ਅਮਰ ਰਹੂਗਾ ਸਿੱਧੂ ਮੂਸੇਵਾਲਾ ਜੱਟ ਮਿੱਤਰੋ। ਘਰ ਸਿੱਧੂਆਂ ਦੇ ਜਾਇਆ, ਨਾਮ ਰੱਜ ਕੇ ਕਮਾਇਆ, ਕਈਆਂ ਡਿੱਗਿਆਂ ਨੂੰ ਉਠਾਇਆ ਦੇ ਕੇ ਹੱਥ ਮਿੱਤਰੋ। ਮੈਂ ਕਹਿ ਦਿੰਦੀ ਹਾਂ ਵੀ ਜੇ ਕੋਈ ਕਵੇ ਨਾ ਵੀ ਤੇਰੀ ਸਾਰੀ ਦੌਲਤ, ਤੇਰੀ ਆਵਾਜ਼ ਵੀ ਵਾਪਸ ਲੈ ਕੇ ਸਿੱਧੂ ਨੂੰ ਵਾਪਸ ਕਰ ਦਾਂਗੇ, ਤੇ ਮੈਂ ਕਹੂੰਗੀ ਵੀ ਠੀਕ ਆ। ਜਦੋਂ ਸਿੱਧੂ ਨੂੰ ਮਿਲ ਪਏ ਅਸੀਂ, ਉਹਨੇ ਗੱਲਾਂ ਹੀ ਐਸੀਆਂ ਵੀਰ ਕੋਲੇ ਬੈਠ ਕੇ ਨਾ, ਸਕੂਨ ਹੀ ਇੰਨਾ ਮਿਲਦਾ ਸੀ। ਜਦੋਂ ਮਿਲਣ ਜਾਈਦਾ ਸੀ ਉਦੋਂ ਵੀ ਸਰੀਰ ਦੇ ਵਿੱਚ ਕੁਝ ਵੱਖਰੇ ਜਿਹੇ ਭਾਵ ਹੁੰਦੇ ਸੀ, ਮਿਲ ਕੇ ਵਾਪਸ ਮੁੜਨ ਤੇ ਵੱਖਰੇ ਜਿਹੇ ਵੀ। ਅੱਜ ਨਾ ਕੋਈ ਕਿਸੇ ਬੜੀ ਵੱਡੀ ਚੀਜ਼ ਨੂੰ ਮਿਲ ਕੇ ਆਏ। ਤੁਸੀਂ ਵੀ ਖਾੜਕੂਵਾਦ ਵੇਲੇ ਦੇ ਗਾਇਕ ਰਹੇ, ਬਿਲਕੁਲ ਬਿਲਕੁਲ। ਉਸ ਟਾਈਮ ਵੀ ਬੰਦੂਕਾਂ ਰਫਲਾਂ ਬੜੀਆਂ ਚੱਲਦੀਆਂ ਹੁੰਦੀਆਂ ਸੀ, ਕਲਾਕਾਰ ਨੂੰ ਉਸ ਟਾਈਮ ਵੀ ਡਰ ਲੱਗਦਾ ਸੀ। ਹੋਇਆ ਵੀ ਆ ਵੀਰ, ਜਦੋਂ ਇਹ ਮਾੜੀਆਂ ਹਵਾ ਚੱਲਦੀਆਂ ਨੇ, ਮਾੜੀਆਂ ਵਗਦੀਆਂ, ਉੱਥੇ ਫਿਰ ਦੇਖਿਆ ਨਹੀਂ ਜਾਂਦਾ, ਚੰਗਾ ਮੰਦਾ ਨਹੀਂ ਦੇਖਿਆ ਜਾਂਦਾ। ਜਿਹੜਾ ਤੈ ਚੜ ਗਿਆ ਸੋ ਰਗੜਿਆ ਗਿਆ, ਕਹਿੰਦਾ ਹੁੰਦਾ ਸੀ ਵੀ ਬਸ ਐਂ ਹੀ ਰਹਿਣਾ, ਐਂ ਹੋ ਗਏ ਤੇ ਉੱਤੇ ਗਿਆ ਕੰਮ। ਪਹਿਲੀ ਵਾਰੀ ਜਿੱਦੇ ਮਿਲੇ ਆ, ਆਹੀ ਪੁੱਛਿਆ, ਕਹਿੰਦੇ ਨਖੀਲਾ ਸਾਹਿਬ ਤੁਹਾਡੇ ਤੇ ਵੀ ਪਰਚਾ ਪੈ ਗਿਆ ਸੀ। ਮੈਂ ਕਿਹਾ ਹਾਂਜੀ। ਕਹਿੰਦੇ ਕਦੋਂ ਪਿਆ ਸੀ? 2012 'ਚ ਕਿ 13-14 'ਚ, ਜਦੋਂ ਤੁਸੀਂ 2 ਸਾਲ, ਹਾਂ 2 ਮਹੀਨੇ ਅੰਦਰ ਰਹਿ ਕੇ ਆਏ। ਕਹਿੰਦੇ ਉਦੋਂ ਤਾਂ ਮੈਂ ਵੀ ਕੁਛ ਨਹੀਂ ਸੀ, ਪਰ ਅੱਜ ਰੱਬ ਨੇ ਭਾਗ ਲਾਇਆ ਮੈਨੂੰ। ਕਿਤੇ ਅੱਜ ਤੁਹਾਨੂੰ ਰੱਬ ਮੁਸੀਬਤ ਪਾਵੇ ਨਾ, ਜੇ ਕਿਤੇ ਲੋੜ ਪਈ ਤੁਹਾਡਾ ਵੀਰ ਆ ਜਰਿਆ। ਚਮਕੀਲਾ ਸਾਹਿਬ ਦੇ ਵੀ ਤੁਸੀਂ ਬੜਾ ਉਹਨਾਂ ਨੂੰ ਨੇੜੇ ਹੋ ਕੇ ਸੁਣਿਆ, ਬਹੁਤ ਬਹੁਤ। ਉਹ ਜਦੋਂ ਗਾਉਂਦੇ ਸੀਗੇ ਤੁਸੀਂ ਸਭ ਤੋਂ ਮੂਹਰੇ ਹੋ ਕੇ? ਮੈਂ ਮੂਹਰੇ ਹੋ ਕੇ ਬੈਠਦੇ। ਸਹੀ ਹੈ, ਸਹੀ ਹੈ। ਸਵਾਲ ਮੇਰਾ ਇਹ ਹੈ ਕਿ ਤੁਸੀਂ ਦੋ ਦੌਰ ਇਹੋ ਜਿਹੇ ਦੇਖੇ ਨੇ, ਹਾਂਜੀ, ਜਿਨ੍ਹਾਂ ਨੂੰ ਦੋਨਾਂ ਫਨਕਾਰਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ। ਉਹ ਵੀ ਬਹੁਤ ਮਾੜਾ ਦੌਰ ਸੀ ਤੇ ਇਹ ਉਸ ਤੋਂ ਵੀ ਮਾੜਾ ਹੈ। ਸਮਾਂ ਉਹ ਵੀ ਚਮਕੀਲਾ ਸਾਹਿਬ ਵਾਸਤੇ ਬਹੁਤ ਮਾੜਾ ਸੀ, ਇਹ ਸਿੱਧੂ ਸਾਹਿਬ ਵਾਸਤੇ ਤੇ ਸਾਡੇ ਵਾਸਤੇ ਬਹੁਤ ਮਾੜਾ ਸੀ, ਕਿਉਂਕਿ ਨਹੀਂ ਸੀ ਹੋਣਾ ਚਾਹੀਦਾ ਇਹ। ਨਾ ਚਮਕੀਲਾ ਸਾਹਿਬ ਜਾਣੇ ਚਾਹੀਦੇ, ਨਾ ਸਿੱਧੂ ਹੀ ਜਾਣਾ ਚਾਹੀਦਾ ਸੀ। ਇਹ ਚਲੋ ਮਰਨਾ ਜਿਉਣਾ ਮੈਂ ਪਹਿਲਾਂ ਦੱਸਿਆ ਸੱਚ ਹੈ, ਪਰ ਕੁਝ ਇਹ ਤਰੀਕੇ ਗਲਤ ਨੇ। ਇਹ ਮੌਤ ਦੇ ਨਾ ਇਹ ਤਰੀਕੇ ਆਈਡੀਏ ਗਲਤ ਸੀ, ਵੀ ਇਸ ਤਰੀਕੇ ਨਾਲ ਨਹੀਂ ਮਰਨਾ ਚਾਹੀਦਾ। ਭੈਣ ਭਰਾ ਕਿਤੇ ਉਹ ਇਕੱਲੇ ਇਕੱਲੇ ਥੋੜ੍ਹਾ ਮਰੇ ਨੇ, ਕਿੰਨੀ ਜਨਤਾ ਚਮਕੀਲਾ ਸਾਹਿਬ ਨਾਲ ਮਰ ਗਈ, ਕਿੰਨੇ ਲੋਕ ਸਿੱਧੂ ਸਾਹਿਬ ਦੇ ਜਿਹੜੇ ਜਿਉਣ ਦੀਆਂ ਲਾਸ਼ਾਂ ਫਿਰਦੇ ਆ, ਇਹ ਪਤਾ ਹੀ ਨਹੀਂ। ਬਹੁਤ ਕੁਛ ਨਾਲ ਲੈ ਸਾਹਿਬ ਜੀਆਂ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਨਾਲ ਡਿਊਟ ਗਾਇਕੀ ਦਾ ਇੱਕ ਵਾਰੀ ਦੌਰ ਖਤਮ ਹੋ ਗਿਆ ਜੀ। ਉਹ ਇੱਕ ਮਿਸਾਲ ਸੀ, ਕਿੰਨੇ ਪਰਿਵਾਰ ਉਹਨਾਂ ਦੇ ਨਾਲ ਜੁੜੇ ਸੀ, ਸਾਰੇ ਮਰੇ। ਦੇਖੋ ਜੋ ਚਮਕੀਲਾ ਸਾਹਿਬ ਦੀ ਸਟੋਰੀ ਸੀ ਨਾ, ਸੇਮ ਸਾਡੀ, ਉਹ ਸੇਮ ਸਟੋਰੀ ਹੈ। ਜੇ ਕਈ ਅਗਲਾ ਕਹਿੰਦਾ ਜਾਣ ਕੇ ਕਰਦੇ ਆ ਯਾਰ, ਜਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ, ਗਰੀਬੀ ਉਹਨਾਂ ਦੇਖੀ, ਮੈਂ ਵੀ ਬਹੁਤ ਦੇਖੀ ਹੈ। ਉਹ ਵੀ ਮਿਹਨਤ ਮਜ਼ਦੂਰੀ ਕਰਦੇ ਰਹੇ, ਮੈਂ ਵੀ ਕਰਦਾ ਰਿਹਾ। ਉੱਧਰ ਵੀ ਅਮਰਜੋਤ ਜੀ ਦੀਆਂ ਦੋ ਭੈਣਾਂ, ਉਹ ਵੀ ਕਲਾਕਾਰ ਸੀ, ਇਹਨਾਂ ਦੀਆਂ ਵੀ ਦੋ ਸਿਸਟਰਾਂ, ਦੋਨੇ ਕਲਾਕਾਰ। ਸਹੁਰਾ ਉਹਨਾਂ ਦਾ ਵੀ, ਸਾਲਾ ਸਾਹਿਬ ਗੱਡੀ ਚਲਾਉਂਦੇ ਰਹੇ ਚਮਕੀਲਾ ਸਾਹਿਬ ਨਾਲ, ਅਮਰਜੋਤ ਜੀ ਦੇ ਬ੍ਰਦਰ, ਇਹਨਾਂ ਦੇ ਬ੍ਰਦਰ ਵੀ ਸਾਡੀ ਗੱਡੀ ਚਲਾਉਂਦੇ ਰਹੇ, ਫਰੀਦਕੋਟ ਏਰੀਆ ਦੇ ਅਸੀਂ ਮੈਮ ਵੀ, ਜ਼ਿਲ੍ਹਾ ਇਹਨਾਂ ਦਾ ਇੱਕੋ ਹੈ। ਰਾਤ ਨੂੰ 12 ਵਜੇ ਮੈਰਿਜ ਉਹਨਾਂ ਦੀ, ਆਨੰਦ ਕਾਰਜ 12 ਵਜੇ ਸਾਡੇ ਹੋ ਜੀ। ਅਸੀਂ ਇੱਕ ਵਿਆਹ 'ਤੇ ਸੱਦਿਆ ਚਮਕੀਲਾ ਸਾਹਿਬ ਨੂੰ, ਮੇਰੇ ਦੋਸਤ ਦੀ ਮੈਰਿਜ ਸੀ, ਛੋਟੇ ਛੋਟੇ ਸੀ ਅਸੀਂ, ਅਤੇ ਇਹਨਾਂ ਕੋਲੋਂ ਤੂੰਬੇ ਦੀ ਤਾਰ ਖਤਮ ਹੋ ਗਈ ਉਸ ਦਿਨ ਚਮਕੀਲਾ ਸਾਹਿਬ ਕੋਲੋਂ। ਵੀ ਰੋਜ਼ ਤਾਂ ਸ਼ੋਅ ਹੁੰਦੇ ਸੀ, ਤਾਰ ਹੈ ਨਹੀਂ ਸੀ, ਤੂੰਬੇ ਦੀ ਭਾਲਦੇ ਫਿਰਦੇ ਨੇ, ਪਰਸ ਫੋਲਿਆ ਜੀ, ਬੜਾ ਕੁਛ ਮੇਰੇ ਸਾਹਮਣੇ ਬੈਠੇ ਦੀ ਮੇਰੀ ਨਜ਼ਰ ਸੀ। ਮੈਂ ਕਿਹਾ ਵੀ ਤਾਰ ਨਹੀਂ ਲੱਭ ਰਹੀ, ਮੇਰੀ ਜੇਬ 'ਚ ਸੀ ਗੁੱਛੀ ਤਾਰ ਦੀ, 10 ਰੁਪਈਆਂ ਦੀ ਆਉਂਦੀ ਹੁੰਦੀ ਗੁੱਛੀ, 3 ਵਾਰੀ ਪੈ ਜਾਂਦੀ ਉਹ ਤੂੰਬੇ 'ਤੇ, ਮੈਂ ਉਹ ਕੱਢ ਕੇ ਜੇਬ 'ਚੋਂ ਬਟੂਏ 'ਚ ਤੋਂ ਐਂ ਲਿਜਾ ਕੇ ਅੱਗੇ ਕਰਦੀ। ਉਸ ਸਮੇਂ ਕਲਾਕਾਰਾਂ ਨੂੰ ਧਮਕੀਆਂ ਆਉਂਦੀਆਂ ਸੀਗੀਆਂ, ਫੋਨ ਆਉਂਦੇ ਸੀਗੇ, ਤੁਸੀਂ ਤਾਂ ਹੈ ਨਾ, ਮੈਂ ਤਾਂ ਪੁੱਛਦਾ ਕਿ ਤੁਸੀਂ ਉਸ ਸਮੇਂ 'ਚ ਰਹੇ ਹੋ। ਤੁਹਾਨੂੰ ਵੀ, ਤੁਸੀਂ ਜ਼ਿਕਰ ਕੀਤਾ ਸੀਗਾ ਕਿ 1-2 ਵਾਰ ਤਾਂ ਤੁਹਾਨੂੰ ਵੀ ਕਈ ਵਾਰੀ ਬਹੁਤੀ ਵਾਰ ਕਿਹਾ ਗਿਆ ਹੈ ਨਾ। ਮੇਰੇ ਤੋਂ ਉਦੋਂ ਵੀ ਕੈਸਲ ਬਹੁਤ ਚੱਲਦੀਆਂ ਸੀਗੀਆਂ, ਬੜਾ ਕੰਮ ਦਿੱਤਾ ਸੀ ਰੱਬ ਨੇ। ਉਦੋਂ ਵੀ ਆਇਆ ਸੀ ਫੋਨ, 70 ਲੱਖ ਰੁਪਇਆ ਮੰਗਿਆ ਸੀ ਉਹ, ਫਿਰ ਚੱਕ ਲਿਆਉਂਦੇ ਸੀ ਬੰਦੇ, ਮਲੋਟਦੇ ਸੀ, ਤਾਂ ਰੱਖਣੇ ਪੈਂਦੇ ਸੀ। ਉਸ ਹਾਲਾਤਾਂ ਦਾ ਤੇ ਇਹਨਾਂ ਹਾਲਾਤਾਂ ਦਾ ਜਿਵੇਂ ਅਸਮਾਨ ਦਾ ਫਰਕ ਹੈ। ਰਾਜਬੜਾ ਸਾਹਿਬ ਨੂੰ ਯਾਦ ਕਰਦੇ? ਬੜਾ, ਉਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ, ਉਹਨੂੰ ਸਾਨੂੰ ਬੂਟਾ ਲਾਉਣ ਵਾਲੇ ਹੀ ਰਾਜਬੜਾ ਸਾਹਿਬ ਆ। ਤੁਹਾਨੂੰ ਚੋਰੀ ਦਾ ਬਹੁਤ ਧੱਬਾ ਵੀ ਤੁਹਾਡੇ ਤੇ ਲੱਗਿਆ, ਡਕੈਤੀ ਦਾ, ਲੁੱਟਖੋ ਦਾ, ਡਕੈਤੀ ਦਾ, ਜਾਨੀ ਕਿ ਜਿਹੜੇ ਨਹੀਂ ਸੀ ਲੱਗਣੇ ਚਾਹੀਦੇ। ਦੱਸੋ ਜਿਹੜੇ ਬੰਦੇ ਕੋਲੇ 45 ਸ਼ੋਅ ਬੁੱਕ ਨੇ 3 ਮਹੀਨਿਆਂ ਦੇ, ਤੇ ਉਹ ਕਿਵੇਂ ਚੋਰੀ ਕਰੂਗਾ?
ਗੱਡੀ ਚ ਲੰਮੇ ਪਾ ਕੇ ਉਵੇਂ ਲੈ ਗਿਆ ਹਸਪਤਾਲ ਚ ਧੱਕੇ ਨਾ ਹੀ ਕਹਿੰਦੇ ਵੀ ਤੁਸੀਂ ਗੱਡੀ ਚ ਹੀ ਬੈਠੇ ਰਹੋ ਇਹ ਗਾ ਲੈਣਗੇ ਉਹ ਆਏ ਸੀਗੇ ਉਸ ਤੋਂ ਬਾਅਦ ਚਲੋ ਜੋ ਵੀ ਕੋਨਸੀਕੁਐਂਸ ਜੋ ਵੀ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਤੁਸੀਂ ਹੈ ਨਾ ਵਿਆਹ ਹੋਇਆ ਅਨਕਿਰਤ ਸਾਹਿਬ ਉਹ ਸਮਾਂ ਯਾਦ ਆਉਂਦਾ ਆ ਪਹਿਲਾਂ ਪਿਆਰ ਕਹਿੰਦੇ ਨੇ ਕਿ ਜ਼ਿੰਦਗੀ 'ਚ ਇਨਸਾਨ ਭੁੱਲ ਨਹੀਂ ਪਾਉਂਦਾ ਆਉਂਦਾ ਪਰ ਮੇਰਾ ਕੋਈ ਸਿਸਟਮ ਹੀ ਵੱਖਰਾ ਸੀਗਾ ਮੇਰੀ ਜਿਹੜੀ ਵੱਡੀ ਵਾਈਫ ਸੀਗੀ ਇਹਨਾਂ ਦੋਵਾਂ ਦਾ ਇੰਨਾ ਕੁ ਪਿਆਰ ਸੀਗਾ ਅੱਜ ਉਹ ਇਸ ਦੁਨੀਆਂ 'ਤੇ ਨਹੀਂ ਆ ਅਟੈਕ ਆ ਗਿਆ ਸੀ ਉਹਨਾਂ ਨੂੰ 14 ਸਾਲ 'ਤੇ ਅਸੀਂ ਇੱਕੋ ਹੀ ਰਸੋਈ ਰਹੀ ਸਾਡੀ ਇੱਕ ਥਾਂ 'ਤੇ ਰੋਟੀ ਪੱਕਦੀ ਰਹੀ ਆ ਮੂੰਹ 'ਤੇ ਬੈਠੀ ਆ ਅਸੀਂ ਕੰਮ 'ਤੇ ਗਏ ਪਰ ਉਹਨੇ ਉਹਨਾਂ ਨੂੰ ਰੋਟੀ ਬਣਾ ਕੇ ਰੱਖਣੀ ਸਾਰਿਆਂ ਨੇ ਬਹਿ ਕੇ ਇਕੱਠਿਆਂ ਖਾਣੀ ਆ ਬੱਚੇ ਆ ਦੋ ਉਹਦੇ ਕੋਲ ਹੁੰਦੇ ਸੀ ਜੇ ਕਿਤੇ ਉਹਨੇ ਜਾਣਾ ਰਿਸ਼ਤੇ ਸਾਰੇ ਉਹਨੇ ਬੱਚੇ ਲੈ ਜਾਣੇ ਸਾਨੂੰ ਕੋਈ ਵਾਸਤਾ ਨਹੀਂ ਹੁੰਦਾ ਵੀ ਅਸੀਂ ਜਦੋਂ ਇਹ 2 ਮਹੀਨੇ ਜੇਲ੍ਹ 'ਚ ਸੀਗੇ ਅਤੇ ਤੁਸੀਂ 12 ਅਖਾੜੇ ਇਕੱਲੇ ਨੇ ਲਾਇਆ ਹੈ ਨਾ ਤੁਸੀਂ ਉਹ ਲੋਕਾਂ ਨੂੰ ਉਹ ਲੋਕਾਂ ਦੀਆਂ ਅੱਖਾਂ ਨੂੰ ਉਹ ਲੋਕਾਂ ਦੀਆਂ ਚੀਜ਼ਾਂ ਨੂੰ ਨਿਗ੍ਹਾ ਨੂੰ ਫੇਸ ਕੀਤਾ ਆ ਤਾਂ ਤੁਸੀਂ ਮੈਂ ਉਹ ਦੌਰ ਨੂੰ ਜਾਣਨਾ ਚਾਹੂੰਗਾ ਕਿ ਜਦੋਂ ਵੀ ਸਾਡੇ ਨਾਲ ਨਾ ਬੜੀਆਂ ਚੀਜ਼ਾਂ ਬੇਇੱਜ਼ਤੀ ਇੱਕ ਸ਼ਬਦ ਜੁੜ ਜਾਂਦਾ ਕਿ ਜਿਹਦਾ ਆਦਮੀ ਅੰਦਰ ਹੋਵੇ ਤਾਂ ਔਰਤ ਗਾਰੀ ਹੋਵੇ ਉਸ ਸਮੇਂ 'ਚ ਲੋਕਾਂ ਦੀ ਅੱਖ ਕੀ ਹੁੰਦੀ ਜਦੋਂ ਅਣਖੀਲਾ ਸਾਹਿਬ ਮੇਰੇ ਨਾਲ ਸੀ ਉਦੋਂ ਲੋਕਾਂ ਨੇ ਮੈਨੂੰ 100% ਇੱਜ਼ਤ ਦਿੱਤੀ ਜਦੋਂ ਅਣਖੀਲਾ ਸਾਹਿਬ ਮੇਰੇ ਨਾਲ ਨਹੀਂ ਸੀ ਉਦੋਂ 200% ਜੇ ਇਹ ਕਮਜ਼ੋਰ ਹੁੰਦੀ ਉਹਨਾਂ ਦਿਨਾਂ 'ਚ ਤਾਂ ਸ਼ਾਇਦ ਮੈਂ ਅੰਦਰੇ ਮਰ ਜਾਂਦਾ ਸਲਮਾਨ ਖਾਨ ਦੇ ਘਰੇ ਗੋਲੀਆਂ ਚੱਲ ਗਈਆਂ ਇਹ ਸਮੇਂ ਨੂੰ ਅਣਖੀਲਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਲੱਗਦਾ ਕਿ ਜੇ ਇਹ ਸਮਾਂ ਇੱਥੇ ਨਾ ਰੁਕਿਆ ਤਾਂ ਆਉਣ ਵਾਲਾ ਸਮਾਂ ਹੋਰ ਵੱਡਾ ਮਾੜਾ ਹੋਏਗਾ ਪੰਜਾਬ ਵਾਸਤੇ ਜਾਂ ਸਹੀ ਹੋਏਗਾ ਆਉਣ ਵਾਲੇ ਟਾਈਮ 'ਚ ਕੁਛ ਦੇਖੋ ਇਸ ਤੋਂ ਮਾੜਾ ਕੁਛ ਨਹੀਂ ਹੋ ਸਕਦਾ ਮਿਲਦੇ ਉਸ ਵਾਹਿਗੁਰੂ ਅੱਗੇ ਦੁਆ ਹੈ ਉਸ ਰੱਬ ਅੱਗੇ ਅਰਦਾਸ ਆ ਕਿ ਦਾਤਾ ਬੁਰੀਆਂ ਨਜ਼ਰਾਂ ਤੋਂ ਬਚਾ ਪੰਜਾਬ ਨੂੰ ਟਰਾਲੀ ਨੂੰ ਢੋਲਕੀ ਬਣਾ ਕੇ ਵੀ ਤੁਸੀਂ ਹਾਂਜੀ ਹਾਂਜੀ ਟਰਾਲੀ ਹੋ ਗਈ ਟੇਬਲ ਹੋ ਗਿਆ ਜੀ ਜੇ ਗੇਟ ਨਾ ਖੜੇ ਗੇਟ ਵਜਾਈ ਗਏ ਉਹ ਇੱਕ ਇਸ਼ਕ ਹੁੰਦਾ ਤਿਰੰਗਾ ਹੁੰਦੀਆਂ ਨੇ ਬੱਚੇ ਨੇ ਜਾਂ ਤੁਸੀਂ ਜਿਹੜੀ ਜਿਹੜਾ ਕੰਮ ਇਸ ਉਮਰ ਦੇ ਵਿੱਚ ਸਾਨੂੰ ਚਿੰਬੜਦਾ ਹੈ ਨਾ ਸਾਡੇ ਸਾਨੂੰ ਇਸ਼ਕ ਪੈਦਾ ਹੁੰਦਾ ਮੈਨੂੰ ਇਹ ਸੰਗੀਤ ਦਾ ਸੀਗਾ ਜੇ ਕਿਤੇ ਖੜਾ ਜਿਵੇਂ ਕਿ ਕੰਧਨਾ ਵੀ ਖੜਾ ਤੇ ਉੱਥੇ ਹੀ ਕਰੀਏ ਨਾ ਬਾਅਦ 'ਚ ਮੈਨੂੰ ਫੋਨ ਕਰਕੇ ਕਹਿੰਦੇ ਹੈਲੋ ਗੁਲਸ਼ਨ ਤੈਨੂੰ ਪਤਾ ਤੈਨੂੰ ਕਿੱਡਾ ਵੱਡਾ ਗਿਫਟ ਮਿਲਣ ਜਾ ਰਿਹਾ ਸ਼ੁਭਦੀਪ ਨੇ ਆਉਣ ਵਾਲੇ ਗਾਣੇ ਚ ਵੀਗਾ ਹਾਂ ਅਜੇ ਇਹ ਨਹੀਂ ਵੀ ਹਾਂਜੀ ਹਾਂਜੀ ਹੋਰ ਗਾਣੇ ਪਏ ਉਹਨਾਂ ਚ ਵੀ ਨਾ ਆਪਣਾ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਸਾਹਿਲ ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ ਅੱਜ ਦੀ ਇਹ ਮੁਲਾਕਾਤ ਬੇਹੱਦ ਖਾਸ ਹੋਣ ਵਾਲੀ ਹੈ ਕਿਉਂਕਿ ਪੰਜਾਬੀ ਜਗਤ ਦੀ ਬਹੁਤ ਵੱਡੀ ਸ਼ਖਸੀਅਤ ਮੇਰੇ ਨਾਲ ਅੱਜ ਮੌਜੂਦ ਨੇ ਜ਼ਿਆਦਾ ਸਮਾਂ ਇਹਨਾਂ ਦੀ ਇੰਟਰੋ 'ਤੇ ਨਹੀਂ ਲੈਂਦੇ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਆਰਟਿਸਟ ਕਮਾਲ ਦੇ ਤੁਹਾਡੇ ਸਾਹਮਣੇ ਬੈਠੇ ਹੋਣ ਇੰਨੇ ਵੱਡੇ ਫਨਕਾਰ ਬੈਠੇ ਹੋਣ ਫਿਰ ਇੰਟਰੋ ਦੀ ਲੋੜ ਬਹੁਤ ਘੱਟ ਹੁੰਦੀ ਹੈ ਸੁਣਨ ਦੀ ਵੇਟ ਇਹਨਾਂ ਨੂੰ ਜ਼ਿਆਦਾ ਹੁੰਦੀ ਹੈ ਸਵਾਗਤ ਕਰਦੇ ਹਾਂ ਬਲਕਾਰ ਅਣਖੀਲਾ ਜੀ ਦਾ ਐਂਡ ਮਨਜਿੰਦਰ ਗੁਲਸ਼ਨ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੂਰੀ ਟੀਮ ਨੂੰ ਜੀ ਆਇਆਂ ਜੀ ਬਹੁਤ ਬਹੁਤ ਵਿਸਾਖੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਜੀ ਸਾਨੂੰ ਦੇਖ ਰਹੇ ਨੇ ਜਿਹੜੇ ਸਾਡੇ ਚਾਹੁਣ ਵਾਲੇ ਉਹਨਾਂ ਨੂੰ ਵੀ ਅਤੇ ਚੈਨਲ ਦੀ ਵੀ ਪੂਰੀ ਟੀਮ ਜੀ ਆਇਆਂ
ਮੈਨੂੰ ਤੁਸੀਂ ਦੋਨੋਂ ਦਾ ਅਟਰੈਕਟ ਕਰ ਹੀ ਰਹੇ ਹੋ, ਪਰ ਜਿਹੜਾ ਤੁਸੀਂ ਇਹ ਚੇਨੀ ਪਾਈ ਹੈ ਗੋਲਡ ਲਈ, ਮੈਨੂੰ ਜ਼ਿਆਦਾ ਅਟਰੈਕਟ ਕਰ ਰਹੀ ਹੈ। ਤੂੰ ਨਹੀਂ ਨਹੀਂ ਪਰ ਸੋਹਣੀ ਲੱਗ ਰਹੀ, ਤੁਹਾਡੇ ਪਈ ਸੋਹਣੀ ਲੱਗ ਰਹੀ ਹੈ, ਤੁਹਾਡੀ ਹੈ ਤੁਹਾਡੀ। ਨਹੀਂ ਨਹੀਂ ਬਹੁਤ ਬਹੁਤ ਧੰਨਵਾਦ, ਮੇਰਾ ਮੁਝ ਮੇ ਕਛ ਨਹੀਂ, ਜੋ ਕੁਛ ਹੈ ਸੋ ਤੇਰਾ। ਹਾਂ ਉਹਦੇ ਮਾਲਕ ਦਾ ਸਭ। ਬਲਕਾਰ ਜੀ, ਪਹਿਲਾਂ ਤਾਂ ਇਹ ਚੀਜ਼ ਕਹਿਣਾ ਚਾਹਾਂਗੇ ਕਿ ਅੱਜ ਦੇ ਸਮੇਂ, ਚਲੋ ਪੁਰਾਣੇ ਸਮੇਂ ਤੋਂ ਹੀ ਤੁਹਾਨੂੰ ਅਕਸਰ ਤੁਹਾਡੇ ਗੀਤਾਂ ਦੇ ਨਾਲ ਨਾਲ ਤੁਹਾਡੀ ਇਸ ਗੱਲਬਾਤ ਨੂੰ ਸੁਣਨ ਦਾ ਚਾਹ ਬੜੇ ਲੋਕਾਂ ਦਿਲ 'ਚ ਸੀਗਾ, ਅਤੇ ਹਮੇਸ਼ਾ ਹੁੰਦਾ ਵੀ ਹੈ, ਅਤੇ ਅੱਜ ਵੀ ਉਸੇ ਚਾਹ ਦੇ ਨਾਲ ਅਸੀਂ ਆਏ ਹਾਂ ਤੁਹਾਡੇ ਕੋਲ। ਅਸੀਂ ਬੜੇ ਕਰਮਾਂ ਵਾਲੇ ਹਾਂ ਜੀ, ਭਾਗਾਂ ਵਾਲੇ ਹਾਂ ਕਿ ਸਾਨੂੰ ਮਿਲਣ ਵਾਸਤੇ ਤੁਸੀਂ ਆਏ, ਔਰ ਸਾਨੂੰ ਪਿਆਰ ਬੜੀ ਲੰਮੀ ਦੇਰ ਤੋਂ ਸਾਡੇ ਚਾਹੁਣ ਵਾਲੇ ਦੇ ਰਹੇ ਨੇ, ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ। ਐਂਡ ਬਲਕਾਰ ਜੀ ਅਤੇ ਗੁਲਸ਼ਨ, ਅੱਜ ਜਿਹੜਾ ਰੀਸੈਂਟ, ਮੈਂ ਪਹਿਲਾਂ ਉਹਦੇ 'ਤੇ ਆਉਣਾ ਚਾਹੂੰਗਾ, ਤੁਹਾਡੀ ਜ਼ਿੰਦਗੀ ਬਾਰੇ, ਤੁਹਾਡੀ ਜਰਨੀ ਦੇ ਬਾਰੇ ਸਾਰੀਆਂ ਗੱਲਾਂ ਤਾਂ ਕਰਾਂਗੇ ਕਰਾਂਗੇ, ਪਰ ਅੱਜ ਦਾ ਜਿਹੜਾ ਦੌਰ, ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਉਹ ਇੱਕ ਸਾਡੇ ਪੰਜਾਬ ਦੇ ਬੜੇ ਵੱਡੇ ਗਾਇਕ ਸਿੱਧੂ ਮੂਸੇਵਾਲਾ ਜੀ ਦਾ ਜਿਹਨਾਂ ਦਾ ਗਾਣਾ ਆਇਆ 410, ਉਸ ਗਾਣੇ ਦੇ ਵਿੱਚ ਤੁਹਾਡਾ ਜ਼ਿਕਰ ਹੋਇਆ, ਉਹ ਇਨਸਾਨ ਤੁਹਾਡਾ ਰਿਗਾਰਡ ਵੀ ਬਹੁਤ ਬਿਹਤਰ ਤਰੀਕੇ ਨਾਲ ਕਰਦਾ ਸੀ, ਬੜਾ ਜ਼ਿਆਦਾ ਤੁਹਾਨੂੰ ਮੰਨਦਾ ਸੀ, ਸੁਣਦਾ ਸੀ। ਤਾਂ ਮੈਂ ਜ਼ਰੂਰ ਚਾਹੂੰਗਾ ਪਹਿਲਾਂ ਮੇਰੇ ਇਸ ਇੰਟਰਵਿਊ ਦੀ ਸ਼ੁਰੂਆਤ ਉਸ ਲੈਜੈਂਡਰੀ ਗਾਇਕ ਤੋਂ ਜ਼ਰੂਰ ਹੋਵੇ। ਦੇਖੋ ਜੀ, ਬਹੁਤ ਪਿਆਰ ਕਰਦਾ ਸੀ ਸਾਡਾ ਵੀਰ, ਦੇਣ ਨਹੀਂ ਦੇ ਸਕਦੇ ਜਿੰਨਾ ਉਹਨਾਂ ਨੇ ਪਿਆਰ ਸਾਨੂੰ ਦਿੱਤਾ। ਅੱਜ ਵੀ ਬੇਬੇ ਬਾਪੂ ਕੋਲ ਜਾਈਏ, ਸਾਨੂੰ ਉਸੇ ਤਰ੍ਹਾਂ ਹੀ ਮੁਹੱਬਤ ਮੋਹ ਮਿਲਦਾ ਹੈ, ਅਸੀਂ ਵੀ ਦਿਲੋਂ ਜੁੜੇ ਹੋਏ ਹਾਂ ਵੀਰ ਦੇ ਨਾਲ, ਜੋ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਨਿਭਾਏ ਆ। ਸੱਚੀ ਹੋਈ ਫਿਲਮ ਦੇ ਵਿੱਚ ਕਿਹਾ ਸੀ ਵੀ ਇੱਕ ਗਾਣਾ, ਬਾਈ ਜੀ ਬਾਈ ਜੀ ਆਪਣੀ ਫਿਲਮ ਆ ਰਹੀ ਹੈ ਮੂਸਾ ਜੱਟ, ਬੰਬੀ ਦੇ ਬੈਠੇ ਸਿੱਧੂ ਦੀ, ਦੀਵਾਲੀ ਦੀ ਪਾਰਟੀ ਸੀ, ਬੰਬੀ ਦੇ ਬੈਠੇ ਆ, ਕਹਿੰਦੇ ਵੀ ਤਿੰਨ ਥੀਮ ਨੇ, ਇੱਕ ਮੋੜ 'ਤੇ ਤੁਸੀਂ ਗਾਣਾ ਗਾਓ। ਅਸੀਂ ਚਲੋ ਗਾਣਾ ਲਿਖਿਆ, ਵਧੀਆ ਗਾ ਤਾ, ਬਾਅਦ 'ਚ ਸਾਨੂੰ ਐਂ ਸੀ ਵੀ ਉਹ ਪਲੇਬੈਕ ਹੀ ਰਹੂਗਾ, ਖਾੜਾ 'ਤੇ ਕਾਹਦਾ ਲਵਾਉਣਾ ਫਿਲਮ, ਪਰ ਉਹਨੇ ਕਿਹਾ ਸੀਗਾ ਸਪੈਸ਼ਲੀ ਸਾਰੀ ਫਿਲਮ ਓਕੇ ਹੋ ਗਈ, ਤੋਂ ਬਾਅਦ ਵੱਖਰਾ ਸੈੱਟ ਲਾ ਕੇ ਸਾਡਾ ਖਾੜਾ ਛੋੜ ਕੇ ਰਿਕਾਰਡ ਕਰਿਆ, ਸਾਰੀ ਫਿਲਮ ਯਾਨੀ ਕਿ ਓਕੇ ਹੋ ਚੁੱਕੀ ਸੀ। ਮੈਂ ਕਿਹਾ ਵੀ ਫਿਲਮ ਤਾਂ ਬਿਲਕੁਲ ਓਕੇ ਹੋ ਚੁੱਕੀ ਹੈ, ਬੇਬੇ ਬਾਪੂ ਤਾਂ ਪਤਾ ਲੱਗਦਾ ਰਹਿੰਦਾ ਸੀ ਖਤਮ ਹੈ ਸ਼ੂਟਿੰਗ ਵੀ ਹੁਣ ਤਾਂ, ਹਨਾ, ਬਟ ਬਾਈ ਉਦੋਂ ਇੱਥੇ ਨਹੀਂ ਸੀ ਹੈਗੇ, ਬਾਹਰ ਸੀਗੇ, ਇੰਗਲੈਂਡ ਸੀ ਬਾਈ, ਬਾਹਰ ਤੋਂ ਉਹਨਾਂ ਨੇ ਫੋਨ ਕੀਤਾ, ਆਪਣੇ ਸ਼ੋ ਸੀਗੇ, ਕਹਿੰਦੇ ਅਣਖਿਲਾ ਸਾਹਿਬ ਫ੍ਰੀ ਹੋ, ਕਹਿੰਦੇ ਹਾਂਜੀ ਦੱਸੋ, ਸਿੱਧੂ ਸਾਹਿਬ ਤੁਹਾਡੇ ਲਈ ਹਮੇਸ਼ਾ ਫ੍ਰੀ ਹੈ, ਕਹਿੰਦੇ ਫਿਰ ਕੱਲ੍ਹ ਨੂੰ ਖਾੜੇ ਦੀ ਸ਼ੂਟ ਆ ਵੀ ਉੱਥੇ ਪਹੁੰਚ ਜਿਓ ਚੰਡੀਗੜ੍ਹ। ਅਸੀਂ ਰਾਤੇ ਰਾਤੀ ਡਰੈਸਾਂ ਰੈਡੀ ਕਰਵਾਈਆਂ ਬਿਲਕੁਲ ਨਿਊ ਫਗਵਾੜੇ ਤੋਂ, ਚਾਹ ਹੀ ਇੰਨਾ ਹੁੰਦਾ ਵੀ ਵੀਰ ਨੇ ਹੁਕਮ ਲਾਇਆ, ਸਿੱਧੂ ਨੇ ਹੁਕਮ ਲਾਇਆ ਸਾਨੂੰ ਆਹ ਕੰਮ ਕਰਨਾ, ਤੇ ਧਰਤੀ ਤੇ ਪੈਰ ਨਹੀਂ ਸੀ ਲੱਗਦੇ ਹੁੰਦੇ। ਮੈਨੂੰ ਇਹ ਲੱਗਦਾ ਕਿ ਜ਼ਿੰਦਗੀ 'ਚ ਨਾ ਦੋ ਕਲਾਕਾਰਾਂ ਦਾ ਜ਼ਿਕਰ ਉਸ ਇਨਸਾਨ ਦੇ ਗੀਤਾਂ ਦੇ ਵਿੱਚ ਹੋਇਆ ਆ, ਜਸਵਿੰਦਰ ਬਰਾੜ ਐਂਡ ਤੁਹਾਡਾ। ਹਾਂਜੀ ਹਾਂਜੀ। ਤੇ ਜਸਵਿੰਦਰ ਬਰਾੜ ਹੋਰਾਂ ਜੀ ਨਾਲ ਵੀ ਤੁਹਾਡਾ ਬਹੁਤ ਪਿਆਰਾ ਸੀ, ਹਨਾ, ਪਿਆਰ ਰਿਹਾ ਹੈ ਤੇ ਹੈ ਵੀ ਹੈ ਵੀ ਹੈ ਜੀ, ਕਿਉਂਕਿ ਤੁਹਾਡੇ ਸ਼ੁਰੂਆਤੀ ਦੌਰ 'ਚ ਉਹਨਾਂ ਦਾ ਯੋਗਦਾਨ ਰਿਹਾ ਹੈ, ਬਿਲਕੁਲ ਬਿਲਕੁਲ। ਤੁਸੀਂ ਪਹਿਲਾ ਗੀਤ ਆਈ ਥਿੰਕ ਉਹਨਾਂ ਨਾਲ ਹੈ ਨਾ, ਤੁਸੀਂ ਆਪਣਾ ਹਾਂਜੀ ਟੇਪ ਸਾਂਝਾ ਕੀਤਾ ਸੀ, ਅੱਜ ਵੀ ਬਹੁਤ ਮੋਹ ਹੈ ਜੀ ਸਾਡਾ, ਅੱਜ ਵੀ ਪਰਿਵਾਰਕ ਪਿਆਰ ਹੈ, ਚੱਲਦੇ ਰਹਿੰਦਾ, ਮਿਲਦੇ ਰਹਿੰਦੇ। ਸਿੱਧੂ ਵੱਲੋਂ ਜਸਵਿੰਦਰ ਬਰਾੜ ਜੀ ਹੋਰਾਂ ਦਾ ਇੱਕ ਤੁਹਾਡਾ ਜ਼ਿਕਰ ਹੋਇਆ, ਪਰ ਅਨਖਿਲਾ ਸਾਹਿਬ ਤੁਸੀਂ ਇਹ ਚੀਜ਼ ਫੀਲ ਕਰਦੇ ਹੋ, ਮੈਂ ਤਾਂ ਇਹ ਚੀਜ਼ ਫੀਲ ਕਰਦਾ ਕਿ ਅੱਜ ਦੇ ਦੌਰ 'ਚ ਜਿਹੜੇ ਨਵੇਂ ਗਾਇਕ ਨੇ ਜਾਂ ਜਿਹੜੇ ਪੁਰਾਣੇ ਗਾਇਕ ਵੀ ਰਹੇ ਨੇ, ਤੁਹਾਡੇ ਤੋਂ ਪੁਰਾਣੇ ਤਾਂ ਨਹੀਂ, ਜਿਹੜੇ ਕੁਛ ਸਾਲਾਂ ਪੁਰਾਣੇ, 2, 4, 5, 7, 8 ਸਾਲ ਪੁਰਾਣੇ ਗਾਇਕ ਵੀ ਰਹੇ ਨੇ, ਅੱਜ ਦੀ ਭੱਜ ਦੌੜ ਵਿੱਚ ਕਿਤੇ ਨਾ ਕਿਤੇ ਉਹ ਜ਼ਿਕਰ ਪੁਰਾਣੇ ਫਨਕਾਰਾਂ ਦਾ, ਪੁਰਾਣੇ ਗਾਇਕਾਂ ਦਾ ਨਹੀਂ ਹੋਇਆ ਕਿਸੇ ਲਿਖਾਰੀ ਦੇ ਵੱਲੋਂ ਜਾਂ ਕਿਸੇ ਗਾਇਕ ਦੇ ਵੱਲੋਂ ਕੀਤਾ ਜਾਵੇ। ਸਿੱਧੂ ਪਰਸਨੈਲਿਟੀ ਏਦਾਂ ਦੀ ਸੀਗੀ ਕਿ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਸੀਗਾ ਕਿ ਇਹ ਗਾਇਕ ਦਾ ਨਾਮ ਹੋਊਗਾ, ਜਾਂ ਹਨਾ ਵੀ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਕਿਸੇ ਐਸੇ ਗਾਇਕ ਵੱਲੋਂ ਜਿਹਦਾ ਇੱਕ ਦੌਰ ਰਹਿ ਚੁੱਕਿਆ, ਕਿਉਂਕਿ ਸਿੱਧੂ ਦਾ ਵੀ ਇੱਕ ਦੌਰ ਹੀ ਰਿਹਾ। ਮੈਂ ਇੱਕ ਗਾਣਾ ਲਿਖਿਆ ਜੀ, ਸ਼ਾਇਦ ਰਿਕਾਰਡ ਵੀ ਕਰਾਉਂਗਾ, ਮਾਨਸਾ ਜ਼ਿਲ੍ਹੇ ਦੇ ਵਿੱਚ ਮੂਸਾ ਪਿੰਡ ਦਾ ਸਾਡਾ ਆਇਆ, ਰੋ
ਅਮਰ ਰਹੂਗਾ ਸਿੱਧੂ ਮੂਸੇਵਾਲਾ ਮੂਸੇਵਾਲਾ ਜੱਟ ਮਿੱਤਰੋ, ਘਰ ਸਿੱਧੂਆਂ ਦੇ ਜਾਇਆ ਨਾਮ ਰੱਜ ਕੇ ਕਮਾਇਆ, ਕਈਆਂ ਡਿੱਗਿਆਂ ਨੂੰ ਉਠਾਇਆ ਦੇ ਕੇ ਹੱਥ ਮਿੱਤਰੋ, ਅਤੇ ਨਾਮ ਅਮਰ ਰਹੂਗਾ ਉਹਨੇ ਜਿਹਨੇ ਜਿਹੜੀ ਜਿਹੜੀ ਮਿੱਟੀ ਨੂੰ ਹੱਥ ਲਾਤਾ ਸਿਉਣਾ ਬਣਾ ਗਿਆ ਸਾਡਾ। ਠੀਕ ਹੈ, 2002 ਤੋਂ ਹੀ ਟੇਪ ਸਾਡੀ ਹਿੱਟ ਸੀਗੀ ਟਾਈਮ ਟਪਾ ਮਿੱਤਰਾ, ਡਾਂਗ ਉੱਤੇ ਡੇਰਾ ਜੱਟ ਦਾ, ਇਹਨਾਂ ਗਾਣਿਆਂ ਦਾ ਹੀ ਫੈਨ ਸੀਗਾ ਸਿੱਧੂ ਵੀਰ ਵੀ। ਅਤੇ ਜਦੋਂ ਸਿੱਧੂ ਨੂੰ ਮਿਲ ਪਏ ਅਸੀਂ ਅਤੇ ਉਦੋਂ ਤਾਂ ਚਾਰ ਚੰਨ ਹੀ ਲੱਗ ਗਏ ਜੀ, ਉਹਨੇ ਗੱਲਾਂ ਹੀ ਐਸੀਆਂ ਵੀਰ ਕੋਲ ਬੈਠ ਕੇ ਨਾ, ਸਕੂਨ ਹੀ ਇੰਨਾ ਮਿਲਦਾ ਸੀ। ਜਦੋਂ ਮਿਲਣ ਜਾਈਦਾ ਸੀ ਉਦੋਂ ਵੀ ਸਰੀਰ ਦੇ ਵਿੱਚ ਕੁਝ ਵੱਖਰੇ ਜਿਹੇ ਭਾਵ ਹੁੰਦੇ ਸੀ, ਮਿਲ ਕੇ ਵਾਪਸ ਮੁੜਨ 'ਤੇ ਵੱਖਰੇ ਜਿਹੇ, ਵੀ ਅੱਜ ਨਾ ਕੋਈ ਕਿਸੇ ਬੜੀ ਵੱਡੀ ਚੀਜ਼ ਨੂੰ ਮਿਲ ਕੇ ਆਏ, ਅਤੇ ਹੈ ਵੀ ਸੀ, ਮੁੱਲ ਵੀ ਮਿਲਦਾ ਸੀ ਉਸ ਗੱਲ ਦਾ। ਅਤੇ ਅੱਜ ਉਹਦੀ ਪ੍ਰੈਜੈਂਸ ਨੂੰ, ਉਹਦੀ ਗੈਰ ਮੌਜੂਦਗੀ ਨੂੰ ਮਹਿਸੂਸ ਕਰਦੇ ਹੋ ਕਿ? ਬਹੁਤ ਜ਼ਿਆਦਾ ਵੀਰ, ਬਹੁਤ ਜ਼ਿਆਦਾ। ਜਦੋਂ ਮੈਂ ਕਿਤੇ ਲੌਂਗ ਰੋਡ 'ਤੇ ਹੁੰਦੇ ਹਾਂ ਜਾਂ ਸ਼ੋਅ 'ਤੇ ਜਾਂਦੇ ਹਾਂ, ਬਸ ਦੂਜਾ ਗਾਣਾ ਤਾਂ ਸੁਣ ਨਹੀਂ ਸਕਦੇ ਅਸੀਂ, ਸਿੱਧੂ ਸਾਹਿਬ ਦਾ ਗਾਣਾ ਸੁਣ ਕੇ ਉਦੋਂ ਹੀ ਨਾਲ ਹੀ ਤਾਹਾਂ ਨਿਕਲ ਜਾਂਦੀਆਂ ਨੇ, ਗੱਲਾਂ ਚੇਤੇ ਆ ਜਾਂਦੀਆਂ ਨੇ ਵੀ ਐਂ ਕਹਿੰਦਾ ਸੀ, ਆਹ ਕਹਿੰਦਾ ਸੀ, ਆਹ ਕੀ ਹੋ ਗਿਆ। ਵੀ ਚਲੋ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਪਰ ਐਂ ਨਹੀਂ ਹੋਣਾ ਚਾਹੀਦਾ। ਅਣਜੀਲਾ ਸਾਹਿਬ, ਇੱਕ ਚੀਜ਼ ਮੈਂ ਇਹਦੇ ਨਾਲ ਜੋੜਨੀ ਚਾਹੂੰਗਾ, ਤੁਸੀਂ ਵੀ ਖਾੜਕੂਵਾਦ ਵੇਲੇ ਦੇ ਆਪਣੇ ਸਮੇਂ ਦੇ ਵਿੱਚ ਉਸ ਟਾਈਮ ਵੀ ਬੰਦੂਕਾਂ ਰਫਲਾਂ ਬੜੀਆਂ ਚੱਲਦੀਆਂ ਹੁੰਦੀਆਂ ਸੀ, ਕਲਾਕਾਰ ਨੂੰ ਉਸ ਟਾਈਮ ਵੀ ਡਰ ਲੱਗਦਾ ਸੀਗਾ ਕਿਤੇ ਵੱਧ ਚੱਲ ਪਏ ਤਾਂ ਕਿਤੇ ਨਾ ਕਿਤੇ ਕਿਤੇ ਦੁਸ਼ਮਣ ਪੈਦਾ ਹੁੰਦੇ ਆ, ਹੋਇਆ ਵੀ ਆ ਤੁਹਾਡੇ ਨਾਲ, ਉਹਦੇ ਤੇ ਮੈਂ ਆਊਂਗਾ ਹੌਲੀ ਹੌਲੀ ਕਰਕੇ। ਬਟ ਅੱਜ ਦੇ ਸਮੇਂ ਵਿੱਚ ਕਦੀ ਸੋਚਿਆ ਨਹੀਂ ਸੀਗਾ ਕਿ ਗੋਲੀਆਂ ਬੰਦੂਕਾਂ ਰਫਲਾਂ ਦਾ ਜ਼ਮਾਨਾ ਅੱਜ ਦੇ ਸਮੇਂ ਵਿੱਚ ਵੀ ਆਊਗਾ, ਕਿਉਂਕਿ ਕਹਿੰਦੇ ਨੇ ਨਾ ਕਿ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਬਦਲਦੀਆਂ ਨੇ, ਸਮੇਂ ਦੇ ਨਾਲ ਹਰ ਇੱਕ ਚੀਜ਼ ਬਦਲ ਗਈ, ਪਰ ਇਹ ਖਾੜਕੂਵਾਦ ਜਿਹੜਾ ਸ਼ਬਦ ਤੁਹਾਡੇ ਸਮੇਂ ਵਰਤਿਆ ਜਾਂਦਾ ਸੀਗਾ, ਕਿਤੇ ਨਾ ਕਿਤੇ ਅੱਜ ਵੀ ਉਹ ਸ਼ਬਦ ਵਰਤਿਆ ਗਿਆ, ਅੱਜ ਵੀ ਕਿਤੇ ਨਾ ਕਿਤੇ ਡਰ ਰਿਹਾ ਕਿ, ਨਾਲੇ ਕਲਾਕਾਰ ਦੀ ਜ਼ਿੰਦਗੀ ਵਿੱਚ ਇਹਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਦੇਖੋ ਬਿਲਕੁਲ ਜੀ ਬਿਲਕੁਲ, ਕਲਾਕਾਰ ਤਾਂ ਇੱਕ ਖੁਸ਼ੀਆਂ ਦਾ ਪ੍ਰਤੀਕ ਹੈ, ਅਸੀਂ ਤਾਂ ਜਿੱਥੇ ਜਾਣਾ ਤਾਂ ਖੁਸ਼ੀਆਂ 'ਚ, ਸਾਨੂੰ ਕਿਸੇ ਨੇ ਬੁਲਾਉਣਾ ਗਮੀ 'ਚ ਨਹੀਂ, ਖੁਸ਼ੀ ਜਾਵਾਂਗੇ ਗਾਵਾਂਗੇ, ਕਿਉਂਕਿ ਕਲਾਕਾਰ ਤਾਂ ਇੱਕ ਮਨੋਰੰਜਨ ਦਾ ਜ਼ਰੀਆ ਹੈ। ਅਤੇ ਜਿਹੜੇ ਦੌਰ ਹੁੰਦੇ ਨੇ ਦੁਨੀਆਂ 'ਤੇ, ਜਿਹੜੇ ਦੌਰ ਜਿਹਨੂੰ ਕਹਿੰਦੇ ਨੇ ਹਵਾ, ਜਦੋਂ ਇਹ ਮਾੜੀਆਂ ਹਵਾ ਚੱਲਦੀਆਂ ਨੇ, ਮਾੜੀਆਂ ਵਗਦੀਆਂ, ਉੱਥੇ ਫਿਰ ਦੇਖਿਆ ਨਹੀਂ ਜਾਂਦਾ, ਚੰਗਾ ਮੰਦਾ ਨਹੀਂ ਦੇਖਿਆ ਜਾਂਦਾ, ਜਿਹੜਾ ਢਹਿ ਚੜ ਗਿਆ ਸੋ ਰਗੜਿਆ ਗਿਆ। ਇਹ ਤਾਂ ਉਹ ਮਾਲਕ ਬਚਾਈ ਰੱਖੇ, ਉਹਦੇ ਹੱਥ ਹੀ ਆ ਸਭ ਕੁਝ, ਪਤਾ ਨਹੀਂ ਉਹ ਕਿਹੜਿਆਂ ਰੰਗਾਂ 'ਚ ਰਾਜੀ ਹੈ, ਤੇ ਉਹਦਾ ਹੀ ਬਣਾਇਆ ਹੋਇਆ, ਕਾਲਾ ਦੌਰ ਵੀ ਉਹਦਾ, ਚਿੱਟਾ ਵੀ ਉਹਦਾ, ਨੀਲਾ ਵੀ ਉਹਦਾ, ਸਾਰੇ ਉਹਦੇ ਰੰਗ ਨੇ। ਬਟ ਇਹ ਦੌਰ ਗਲਤ ਹੈ, ਇਹ ਮਾੜਾ ਹੈ, ਇਹ ਦੌਰ ਜੇ ਸਹੀ ਹੁੰਦਾ ਤੇ ਸ਼ਾਇਦ ਅੱਜ ਸਿੱਧੂ ਸਾਡੇ ਵਿੱਚ ਹੁੰਦਾ। ਫਿਰ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਜਿਹੜੀ ਲਿਖਤ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੇ ਸਮੇਂ 'ਚ ਲਿਖੀ ਜਾਂਦੀ ਸੀਗੀ, ਸਿੱਧੂ ਦੀ ਲਿਖਤ ਸਾਰਿਆਂ ਨਾਲੋਂ ਅਲੱਗ ਤਾਂ ਸੀਗੀ, ਪਰ ਇਹੋ ਜਿਹੀ ਨਹੀਂ ਸੀ, ਸੱਚਾਈ ਸੀ, ਸੱਚਾਈ ਸੀ, ਸੱਚ ਬੋਲਦਾ ਸੀ, ਉਹਨੇ ਸੱਚੀਓ ਨਹੀਂ ਲੱਕ ਮਿਣੇ ਕੁੜੀਆਂ ਦੇ, ਨਾ ਸਿਰ ਤੋਂ ਨਹੀਂ ਲਾਉਂਦੇ ਚੁੰਨੀਆਂ, ਇਹ ਮਰਦਾਂ ਵਾਂਗੂ ਹੀ ਲਿਖਿਆ ਅਤੇ ਮਰਦਾਂ ਵਾਂਗੂ ਹੀ ਗਾਇਆ, ਕਿ ਜਿੰਨਾ ਚਿਰ ਉਹ ਕਹਿੰਦਾ ਹੁੰਦਾ ਸੀ ਵੀ ਬਸ ਐਂ ਹੀ ਰਹਿਣਾ, ਐਂ ਹੋ ਗਏ ਅਤੇ ਉਹਦੇ ਗਿਆ ਕੰਮ, ਉਹੀ ਗੱਲ ਵੀ ਕਰੇ ਕਰਾਵੇ ਆਪੇ ਆਪ ਮਾਰਸ ਦੇ ਕੇ ਕੁਝ ਨਹੀਂ, ਉਹਦੀਆਂ ਗੱਲਾਂ ਹੀ ਐਸੀਆਂ ਸੀਗੀਆਂ, ਤੁਸੀਂ 10 ਮਿੰਟ ਬੈਠ ਜਾਂਦੇ, ਕਲਮ ਹੋਰ ਚੀਜ਼ ਹੈ, ਪਰ ਇਹ ਜੇ ਇਨਸਾਨ ਕਿਤੇ ਜਿਹੜਾ ਬੰਦਾ ਉਹਦੇ ਨਾਲ ਬੈਠ ਗਿਆ 10 ਮਿੰਟ, ਉਹ ਵੇਖ ਕੇ ਯਾਦ ਹੀ ਕਰਦਾ ਯਾਰ, ਏਡਾ ਫੱਕਰ ਬੰਦਾ, ਹਰ ਬੰਦੇ ਨੂੰ ਜੱਫੀ ਪਾ ਕੇ ਮਿਲਣਾ ਹੈ, ਚਾਹ ਪਾਣੀ ਪੁੱਛਣਾ ਹੈ, ਮਾੜੀ ਦੀ ਬਹੁਤ ਦੀਦ ਕਰਦਾ ਸੀ ਸਭ ਤੋਂ ਵੱਡੀ। ਮੈਨੂੰ ਇੱਦਾਂ ਲੱਗਦਾ ਕਿ ਜਦੋਂ ਵੀ ਇਨਸਾਨ ਉਹਦੇ ਬਾਰੇ ਜ਼ਿਕਰ ਕਰਦੇ ਨਾ, ਅੰਦਰੋਂ ਦਿਨ ਥੋੜ੍ਹਾ ਬਹੁਤਾ ਭਰ ਜਾਂਦਾ, ਭਰ ਜਾਂਦਾ ਸੱਚ, ਉਹ ਹਰ ਕਿਸੇ ਨਾਲ ਹੁੰਦਾ, ਯਾਦ ਆਉਂਦੀਆਂ ਉਹ ਗੱਲਾਂ ਨਾ, ਭੁੱਲ ਹੀ ਨਹੀਂ ਸਕਦੇ ਕਦੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਵੀਰ ਦੀਆਂ, ਬਹੁਤ ਜ਼ਿਆਦਾ ਪਹਿਲੀ ਮੁਲਾਕਾਤ 'ਚ ਦਿਲ ਜਿੱਤ ਲਿਆ ਸੀਗਾ, ਕਿਉਂਕਿ ਐਡੀ ਵੱਡੀ ਗੱਲ ਕਹਿਣੀ ਹੈ ਨਾ, ਬੜੀਆਂ ਬੜੀਆਂ ਗੱਲਾਂ। ਸਾਨੂੰ ਪੁੱਛਿਆ ਉਹਨਾਂ ਨੇ ਕਿ ਜਦੋਂ ਵੀਰੇ ਨੂੰ ਅਸੀਂ ਮਿਲਣ ਗਏ ਹਾਂ ਪਹਿਲੀ ਵਾਰੀ, ਜਦੋਂ ਮਿਲੇ ਹਾਂ
ਅਸੀਂ ਪੁੱਛਿਆ, ਕਹਿੰਦੇ ਨਖੀਲਾ ਸਾਹਿਬ ਤੁਹਾਡੇ 'ਤੇ ਵੀ ਪਰਚਾ ਪੈ ਗਿਆ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਕਦੋਂ ਪਿਆ ਸੀ? 2012 'ਚ ਕਿ 13-14 'ਚ, ਦੋ ਮਹੀਨੇ ਅੰਦਰ ਰਿਹਾ। ਕਹਿੰਦੇ ਉਦੋਂ ਤਾਂ ਮੈਂ ਵੀ ਕੁਛ ਨਹੀਂ ਸੀ, ਪਰ ਅੱਜ ਰੱਬ ਨੇ ਭਾਗ ਲਾਇਆ ਮੈਨੂੰ। ਕਿਤੇ ਅੱਜ ਤੁਹਾਨੂੰ ਰੱਬ ਮੁਸੀਬਤ ਪਾਵੇ ਨਾ, ਜੇ ਕਿਤੇ ਲੋੜ ਪਈ ਤੁਹਾਡਾ ਵੀਰ ਆ ਜਿਹਾ, ਕਿਸੇ ਕਿਸਮੋਂ ਵੀ ਮੈਂ ਤੁਹਾਡੇ ਨਾਲ ਹਾਂ। ਅਤੇ ਇਹ ਗੱਲ ਸੁਣ ਕੇ ਸਾਨੂੰ ਦੋਨਾਂ ਨੂੰ ਬਹੁਤ ਚਾਅ ਚੜਿਆ, ਯਾਰ ਇੰਨਾ ਵੱਡਾ ਹੌਸਲਾ। ਫਿਰ ਸਾਡੇ ਰੇਟ ਬਾਰੇ ਪੁੱਛਿਆ, ਕੀ ਕਹਿੰਦੇ ਸੀ, ਕਿੰਨੇ ਪੈਸੇ ਲੈਂਦੇ ਹੋ ਪਿੱਛੋਂ ਉਹਦੇ? ਅਸੀਂ ਦੱਸਿਆ ਤਿੜਕੇ ਵੀ ਇੰਨੇ। ਕਹਿੰਦੇ ਨਹੀਂ ਨਹੀਂ ਨਹੀਂ, ਤੁਸੀਂ ਖੁਦ ਨੂੰ ਪਹਿਚਾਣੋ, ਰੇਟ ਵਧਾਓ। ਮੈਂ ਕਿਹਾ ਵੀ ਇੰਨਾ ਕੁ ਵੀ ਮਿਲਦਾ, ਬੜੇ ਖੁਸ਼ ਹੈ। ਕਹਿੰਦੇ ਨਹੀਂ ਨਹੀਂ, ਰੇਟ ਵਧਾਓ, ਮਿਲੂਗਾ। ਗੁਲਸ਼ਨ ਕਹਿਣ ਲੱਗੀ, ਵੀਰੇ ਕੋਈ ਗਾਣਾ ਗੁਣਾ ਵਧੀਆ ਕਰਦੇ ਆ, ਫਿਰ ਹੀ ਰੇਟ ਵਧੂਗਾ। ਕਹਿੰਦੇ ਕਰਾਂਗੇ ਉਹ ਵੀ, ਦਸ ਗਾਣੇ ਰਿਕਾਰਡ ਕਰ। ਇੱਕ ਗਾਣਾ ਕਰਨ ਗਏ ਸੀ ਥਾਪੀਆਂ, ਫਿਲਮੀ ਗੀਤ, ਉੱਥੇ ਜਿਹੜਾ ਸੁਣਾਉਂਦੇ ਸੀ ਜਾ ਕੇ ਕਹਿੰਦੇ ਆ ਵੀ ਕਰ ਦਿਓ। 7-8 ਗਾਣੇ ਕਿੱਡ ਕੋਲੇ ਹੋਏ ਪਏ, ਜਿਹੜੇ ਹੁਣ ਸਿੱਧੂ ਦੇ ਨਹੀਂ ਨਹੀਂ ਗਾਏ ਅਸੀਂ, ਠੀਕ ਹੈ, ਉਹਨਾਂ 9-11 ਕੰਪਨੀ ਚੋਂ ਰਿਲੀਜ਼ ਕਰ, ਉਹਨਾਂ ਦੀ ਪਸੰਦ, ਯਾਨੀ ਜਿਹੜਾ ਗਾਣਾ ਅਸੀਂ ਸੁਣਾਉਂਦੇ ਉਹਨਾਂ ਨੂੰ ਪਸੰਦ ਆਉਂਦਾ, ਕਹਿੰਦੇ ਇਹ ਵੀ ਕਰ ਦਿਓ ਰਿਕਾਰਡ, ਆ ਵੀ ਕਰ ਦਿਓ ਬਾਈ ਜੀ, ਆ ਵੀ ਕਰ ਦਿਓ। 7 ਗਾਣੇ ਲਾ ਕੇ ਸਾਨੂੰ ਸਾਰੇ ਗਾਣੇ ਸੁਣੇ ਉਹਨਾਂ ਨੇ, ਕਿਹੜਾ ਕਰਤਾ ਕਿਹੜਾ ਕਰਤਾ, ਵੀਡੀਓ ਕਾਲ ਲਾਈ ਸਪੈਸ਼ਲ। ਮੇਰੇ ਹਾਲ ਤੋਂ ਕਲਾਕਾਰ ਦੀ, ਵੱਡੇ ਕਲਾਕਾਰ ਦੀ ਜਾਂ ਸੀਨੀਅਰ ਕਲਾਕਾਰ ਦੀ ਇੱਜ਼ਤ ਕਿਵੇਂ ਕਰਨੀ ਹੈ? ਇਹ ਉਹਨੂੰ ਆਉਂਦੀ ਸੀ, ਸਿੱਧੂ ਨੂੰ ਆਉਂਦੀ ਸੀ। ਮੈਂ ਉਹੀ ਦੱਸਣ ਲੱਗੀ ਸੀ, ਸੌਰੀ ਰਹਿ ਗਿਆ, ਕਿ ਜਦੋਂ ਅਸੀਂ ਫਸਟ ਟਾਈਮ ਵੀਰੇ ਨੂੰ ਮਿਲਣ ਵਾਸਤੇ ਗਏ ਅਤੇ ਰਸਤੇ 'ਚ ਮੈਂ ਅਣਖੀਲਾ ਸਾਹਿਬ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਚੱਲੇ ਤਾਂ ਹਾਂ ਬਟ ਹਨਾ ਪਤਾ ਨਹੀਂ ਬੁਲਾਓਗੇ ਨਾ, ਫਸਟ ਟਾਈਮ ਹੈ ਔਰ ਇੰਨਾ ਵਧੀਆ ਨਾਮ ਹੈ ਬੰਦੇ ਦਾ, ਪਤਾ ਨਹੀਂ ਕਿਵੇਂ। ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਚੱਲਦੇ ਹਾਂ, ਨਾ ਤਾਂ ਆਪਾਂ ਵਾਪਸ ਆ ਜਾਵਾਂਗੇ। ਬਟ ਜਦੋਂ ਉਹਨਾਂ ਨੂੰ ਫੋਨ ਕੀਤਾ, ਮੰਮਾ ਇੱਦਾਂ ਪਏ ਹੋਏ ਸੀ, ਮੰਮਾ ਠੀਕ ਨਹੀਂ ਸੀ, ਉਹਨਾਂ ਦਾ ਬੀ ਪੀ ਹਾਈ ਹੋਇਆ ਸੀ, ਅਤੇ ਅਸੀਂ ਮੰਮਾ ਨਾਲ ਜਾ ਕੇ ਗੱਲਾਂ ਬਾਤਾਂ ਕੀਤੀਆਂ। ਹਲੇ ਚਾਹ ਆਈ ਸੀ, ਸਿੱਧੂ ਵੀਰਾ ਵੀ ਆ ਗਿਆ, ਉਹਨਾਂ ਨੇ ਫੋਨ ਕਰਤਾ ਵੀ ਬਲਕਾਰ ਅਣਖੀਲਾ ਇੱਦਾਂ ਗੁਲਸ਼ਨ ਆਏ ਨੇ। ਔਰ ਤੁਸੀਂ ਯਕੀਨ ਕਰਿਓ, ਜਦੋਂ ਫਸਟ ਟਾਈਮ ਬੰਦੇ ਨੂੰ ਦੇਖਿਆ, ਇੱਕਦਮ ਇੱਦਾਂ ਹੋ ਗਿਆ ਵੀ ਹੈ ਐਵੇਂ ਵੀ ਹੁੰਦਾ, ਇੱਥੋਂ ਤੱਕ ਮਿੱਟੀ ਨਾਲ ਲਿਬੜੇ ਹੋਏ ਦੇਸੀ ਜੱਟ ਪੈਰਾਂ ਤੇ ਚੱਪਲਾਂ, ਔਰ ਬਲੂ ਨੀਲੇ ਰੰਗ ਦੀਆਂ ਉਹਨਾਂ ਨੇ ਚੱਪਲਾਂ ਪਾਈਆਂ ਹੋਈਆਂ ਸੀ, ਬਿਲਕੁਲ ਸਿੰਪਲ, ਔਰ ਇੰਨਾ ਪਸੀਨਾ ਆਇਆ ਹੋਇਆ ਸੀ, ਐਂ ਆ ਕੇ ਬੈਠ ਗਏ ਮੂਰੇ ਤੇ, ਪਾਈ ਸੀ ਪੂਰੀ, ਤੁਹਾਨੂੰ ਤਾਂ ਤੁਹਾਡਾ ਸਮਾਂ ਯਾਦ ਆ ਗਿਆ ਹੋਣਾ, ਯਾਦ ਆ ਗਿਆ ਬਿਲਕੁਲ ਜੀ ਬਿਲਕੁਲ। ਜਦੋਂ ਮੈਂ ਦੇਖਿਆ ਸਿੱਧੂ ਵੀਰਾ ਸੀ, ਸਤਿ ਸ਼੍ਰੀ ਅਕਾਲ, ਉੱਠ ਬੈਠੋ ਬੈਠੋ ਨਹੀਂ 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 ਬੈਠੋ 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 ਸਨਾ ਬੈਠੋ ਬੈਠੋ ਭੈਣ ਮੇਰੀ ਬੈਠੋ ਬੈਠੋ, 2 ਘੰਟੇ ਗੱਲਾਂ ਕਰ ਰਹੇ ਸਨਾ, ਉਹ ਠੀਕ ਠਾਕ ਹੋ ਵਧੀਆ ਸਾ, ਸਭ ਕੁਝ ਪੁੱਛ ਕੇ ਸਾਨੂੰ ਪੁੱਛਿਆ ਕਿ ਕੇਸ ਕਿੱਦਾਂ ਪੈ ਗਿਆ ਕਿਵੇਂ ਪੈ ਗਿਆ। ਫਿਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਉਦੋਂ ਤਾਂ ਮੈਂ ਵੀ ਕੁਝ ਨਹੀਂ ਸੀ, ਹੁਣ ਭਾਜੀ ਕਿਤੇ ਵੀ ਤੁਹਾਨੂੰ ਮੇਰੀ ਜ਼ਰੂਰਤ ਹੈ, ਕਿਤੇ ਵੀ ਕਿਸੇ ਵੀ ਤਰ੍ਹਾਂ ਦੀ, ਤੁਹਾਡਾ ਭਰਾ ਹਾਜ਼ਰ। ਇਹ ਗੱਲ ਬਹੁਤ ਵੱਡੀ ਹੁੰਦੀ ਹੈ, ਕੀ ਬਾਤ ਹੈ। ਉਸ ਦਿਨ ਤੋਂ ਲੈ ਕੇ ਲਾਸਟ ਦਿਨਾਂ ਤੱਕ ਸਾਨੂੰ ਇੰਨਾ ਕੁ ਜ਼ਿਆਦਾ ਹੌਸਲਾ ਕਿ ਬਾਈ ਬੈਠਾ ਕੋਈ ਗੱਲ ਨਹੀਂ, ਬਾਈ ਬੈਠਾ, ਸਿੱਧੂ ਬਾਈ ਬੈਠਾ, ਬੜਾ ਮਾਣ, ਬਹੁਤ ਮਾਣ ਸੀਗਾ ਸਾਨੂੰ ਵੀ। ਅਣਖੀਲਾ ਸਾਹਿਬ, ਇੱਕ ਚੀਜ਼ ਹੋਰ, ਮਤਲਬ ਕਿ ਮੈਂ ਤੁਹਾਡੀ ਜਰਨੀ ਨੂੰ ਨਾ ਥੋੜ੍ਹਾ ਡੀਪ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਆ, ਕੋਈ ਨਹੀਂ, ਲਾਈਕ ਅੱਜ ਦੇ ਸਮੇਂ ਵਿੱਚ ਮੇਰੇ ਖਿਆਲ ਤੋਂ ਜਿਹੜੇ ਯੰਗਸਟਰਸ ਹੈਗੇ ਨੇ, ਨੌਜਵਾਨ ਹੈਗੇ ਨੇ, ਉਹ ਕਿਤੇ ਨਾ ਕਿਤੇ ਨਵੇਂ ਗਾਣਿਆਂ ਵੱਲ ਜ਼ਿਆਦਾ ਉਹਨਾਂ ਦਾ ਮੋਹ ਹੈ ਜੀ, ਤਾਂ ਪੁਰਾਣੇ ਗੀਤ, ਪੁਰਾਣੇ ਗਾਇਕ ਜਿਨ੍ਹਾਂ ਨੂੰ ਸੁਣ ਸੁਣ ਕੇ ਉਹਨੂੰ, ਉਹਨਾਂ ਦੀ ਜਨਰੇਸ਼ਨ, ਉਹਨਾਂ ਦੇ ਸੀਨੀਅਰ, ਉਹਨਾਂ ਦੇ ਫਾਦਰ, ਉਹਨਾਂ ਦੀ ਫੈਮਿਲੀ 'ਚ ਲੋਕ ਵੱਡੇ ਹੋਏ ਨੇ, ਉਹ ਸ਼ਾਇਦ ਉਹ ਨਹੀਂ ਸੁਣਦੇ ਆਏ। ਕਹਿੰਦੇ ਟਰਾਲੀ ਨੂੰ ਢੋਲਕੀ ਬਣਾ ਕੇ ਵੀ ਤੁਸੀਂ, ਹਾਂਜੀ ਹਾਂਜੀ, ਟਰਾਲੀ ਹੋ ਗਈ, ਟੇਬਲ ਹੋ ਗਿਆ ਜੀ, ਜੇ ਗੇਟ ਨਾ ਖੜੇ ਗੇਟ ਵਜਾਈ ਗਏ, ਉਹ ਇੱਕ ਇਸ਼ਕ ਹੁੰਦਾ, ਤਿਰੰਗਾ ਹੁੰਦੀਆਂ ਨੇ, ਬੱਚੇ ਨੇ ਜਾਂ ਤੁਸੀਂ ਜਿਹੜੀ ਜਿਹੜਾ ਕੰਮ ਇਸ ਉਮਰ ਦੇ ਵਿੱਚ ਸਾਨੂੰ ਚਿੰਬੜਦਾ ਨਾ, ਸਾਡੇ ਸਾਨੂੰ ਇਸ਼ਕ ਪੈਦਾ ਹੁੰਦਾ। ਮੈਨੂੰ ਇਹ ਸੰਗੀਤ ਦਾ ਸੀਗਾ, ਜੇ ਕਿਤੇ ਖੜਾ ਜਿਵੇਂ ਕਿ ਕੰਧ ਨਾ ਵੀ ਖੜਾ ਤੇ ਉੱਥੇ ਹੀ ਉੱਥੇ ਹੀ ਕਰੀ ਜਾਣਾ, ਹੋਰ ਨਹੀਂ ਕੁਛ ਮਿਲਿਆ ਲੱਤ 'ਤੇ ਹੀ ਐਂ ਕਰੀ ਜਾਣਾ।
ਇਹ ਅੱਜ ਵੀ ਆਦਤ ਹੈ, ਹੁਣ ਵੀ ਇਹਨਾਂ ਦੀ ਆਦਤ ਆ, ਆਦਤਾਂ ਹੋਣ ਅਸੀਂ ਕਿਤੇ ਡਿਨਰ ਕਰਨ ਜਾਂਦੇ ਆ, ਲੰਚ ਕਰਨ ਮੈਂ ਟੇਬਲ ਵਜਾਉਂ, ਫਿਰ ਇਹ ਟੇਬਲ ਮੈਂ ਇਹਨਾਂ ਦਾ ਹੱਥ ਪਕੜ ਲੈਂਦੀ ਆ ਵੀ ਇੱਥੇ ਰਹਿਣ ਦੇ, ਨਹੀਂ ਟਲਿਆ ਜਾਂਦਾ ਕੀ ਕਰੀਏ। ਨਹੀਂ ਤੁਸੀਂ ਕੰਪੋਜੀਸ਼ਨ ਵੀ ਉਸ ਟਾਈਮ ਬਣਾ ਲੈਂਦੇ ਸੀਗੇ? ਹਾਂਜੀ ਹਾਂਜੀ, ਬਸ 'ਚ ਕਿਤੇ ਜਾ ਰਹੇ ਬਸ 'ਚ ਟਿਕਟਾਂ 'ਤੇ ਗਾਣਾ ਲਿਖ ਲੈਣਾ, ਕੰਪੋਜੀਸ਼ਨ ਹੁਣ ਵੀ ਗੱਡੀ 'ਚ ਹੀ ਬਣਦੀਆਂ ਨੇ, ਹੁਣ ਵੀ ਗੱਡੀ 'ਚ ਹੀ ਆਏ, ਬਸ ਜਿਹੜੀ ਘਰੇ ਤਾਂ ਰਹਿ ਸਕਦਾ ਟਾਈਮ ਹੀ ਨਹੀਂ ਮਿਲਦਾ, ਅੱਜ ਜਿੰਨੀਆਂ ਹੁਣ ਸੌਂਗ ਆਏ ਸਾਰੇ ਕੰਪੋਜੀਸ਼ਨ। ਅਨਕਿਲ ਸਰ, ਤੁਹਾਨੂੰ ਲਾਈਫ ਮਿਲਣ ਦੀ, ਮੈਂ ਸੁਣਿਆ ਟਿਕਟ ਤਾਂ ਬੜੀ ਮਹਿੰਗੀ ਲੱਗਦੀ ਆ, ਪਰ ਮੈਂ ਚਾਹੁੰਗਾ ਇਹ ਮੇਰੇ ਕੋਲ ਇਸ ਟਾਈਮ ਫਰੀ ਦਾ ਮੌਕਾ ਹੈਗਾ, ਅਗਰ ਤੁਹਾਡੇ ਕੋਲ ਮਾੜਾ ਮੋਟਾ ਫਾਇਦਾ ਲੈ ਲਿਆ ਜਾਵੇ ਤਾਂ ਮੈਂ ਜ਼ਰੂਰ ਚਾਹੁੰਗਾ ਕਿ ਕੋਈ ਕੋਈ ਸੁਣਾ ਦਿਓ ਆਪਣਾ। ਜ਼ਰੂਰ ਜ਼ਰੂਰ ਜ਼ਰੂਰ, ਇਹ ਬਾਤ ਤੇ ਸਿਆਣੇ ਕਹਿੰਦੇ ਵੀ ਇਸ਼ਕ ਦੀ ਹੈ, ਕਿਸੇ ਮਸਲੇ ਜਿਵੇਂ ਤੁਸੀਂ ਚਾਹੇ ਫੌਜ ਚੋਂ ਪੁਲਿਸ ਚੋਂ ਕਿਸੇ ਵੀ ਕੰਮ ਚ ਖੇਤਰ ਚੋਂ ਜੇ ਆਪਣੇ ਕੰਮ ਨਾਲ ਤੁਹਾਨੂੰ ਵਿਸ਼ਕਿਆ ਤੇ ਤੁਸੀਂ ਪਾਸ ਹੋ। ਤੁਹਾਡੀ ਜ਼ਿੰਦਗੀ ਚ ਇਸ਼ਕ ਤਾਂ ਬੜਾ ਕਰੇਜ਼ ਰਿਹਾ ਹੈਗਾ, ਇਹ ਸੱਚਾ ਹੋਣਾ ਚਾਹੀਦਾ, ਤੁਹਾਡਾ 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 ਪਹਿਲਾ ਦੂਜਾ ਇਸ਼ਕ ਚੰਗਾ ਰਹੇ, ਸਾਰਾ ਇਹੀ ਹੈ, ਪਹਿਲਾ ਵੀ ਦੂਜਾ ਵੀ, ਸਭ ਕੁਝ। ਮੈਂ ਕੋਈ ਸੁਣਾਉਂਦੇ ਆ ਜਿਹਦੇ ਨਾਲ ਅਸੀਂ ਬਾਈ ਦੇ ਨੇੜੇ ਹੋਏ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਗੁੱਸਾ ਗੱਭਰੂ ਦਾ ਸੂਰਜ ਨੂੰ ਠਾਰਦਾ, ਉਹ ਜੱਟ ਅਣਖੀਆ ਵੇਰੀ ਨੂੰ ਮੰਗਾਰਦਾ, ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁੱਕ ਗਏ ਨੇ ਕੁੰਡੇ, ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁੱਕ ਗਏ ਨੇ ਕੁੰਡੇ, ਉਹ ਡਰਦਾ ਨਾ ਕੋਈ ਬਾਹਰ ਨਿਕਲੇ, ਤੇ ਪਿੰਡ ਸੁਨਸਾਨ ਹੋ ਗਿਆ ਹਾਏ, ਉਹ ਸੱਤ ਚ ਖਲੋ ਕੇ ਮਾਰੇ ਥਾਪੀਆਂ, ਪੁੱਤ ਜੱਟ ਦਾ ਜਵਾਨ ਹੋ ਗਿਆ। ਵਾਹ 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 ਵਾਹ। ਇੱਕ ਨਾ ਗੱਲ ਕਿਸੀ ਅੱਜ ਦੇ ਕਲਾਕਾਰ ਨੇ ਕਹੀ ਸੀ ਕਿ ਮਤਲਬ ਚਲੋ ਕਲਾਕਾਰ ਬੜਾ ਉੱਚੇ ਮੁਕਾਮ ਤੇ ਬੀਪ ਰੱਖ, ਉਹਨੇ ਕਿਹਾ ਸੀਗਾ ਕਿ ਜਿਹੜੇ ਫਨਕਾਰ ਹੈਗੇ ਨੇ ਨਾ ਉਹ ਤਾਂ 10-10 ਘੰਟੇ ਰਿਆਜ਼ ਕਰਦੇ ਹੁੰਦੇ ਸੀਗੇ, ਸਾਡੇ ਵਰਗੇ ਤਾਂ ਹੁਣ ਅੱਜ ਦੀ ਜਨਰੇਸ਼ਨ ਦਾ ਘੰਟਾ ਲਾ ਕੇ ਨਹੀਂ ਰਾਜੀ ਜੀ, ਅਸੀਂ ਬਹੁਤ ਕੀਤਾ। ਸਹੀ ਹੈ, ਅੱਜ ਕੱਲ ਨਾ ਅੱਗੇ ਹੁੰਦਾ ਸੀ ਕਿ ਇਹ ਗੁਰੂ ਕੋਲ ਸਿੱਖਣ ਜਾਣਾ, ਜਾ ਕੇ ਉੱਥੇ 10 ਮਿੰਟ ਉਹਦੀ ਸੇਵਾ ਕਰਨੀ, ਗੁਰੂ ਜੀਆਂ ਨੂੰ ਘੁੱਟਣਾ ਨੱਪਣਾ ਜੋ ਉਹਨਾਂ ਨੇ ਕਿਹਾ। ਅੱਜ ਕੱਲ ਨੈੱਟ ਤੇ ਸਭ ਕੁਝ, ਗੁਰੂ ਵੀ ਨੈੱਟ ਤੇ ਮਿਲੀ ਜਾਂਦਾ, ਸਿੱਖਣਾ ਵੀ ਨੈੱਟ ਤੇ ਹੋਈ ਜਾ ਰਿਹਾ, ਘਰੇ ਬੈਠੇ ਤੁਸੀਂ। ਪਹਿਲਾਂ ਅਸੀਂ ਰਿਕਾਰਡਿੰਗ 'ਤੇ ਜਾਂਦੇ ਸੀ, 10-10 ਬੰਦੇ ਮਜੀਸ਼ੀਅਨ ਇਕੱਠੇ ਹੁੰਦੇ ਸੀ, ਮਿਊਜ਼ਿਕ ਡਾਇਰੈਕਟਰ ਪਹਿਲਾਂ ਪੀਸ ਦਿੰਦਾ ਸੀ ਸਾਰਿਆਂ ਨੂੰ, ਫਿਰ ਉਹ ਇਕੱਠਿਆਂ ਨੇ ਬਹਿ ਕੇ ਗਾਉਣਾ। ਅੱਜ ਕੱਲ੍ਹ ਤਾਂ ਜਿੱਥੇ ਵਾਜੇ ਵਾਲਾ ਬੈਠਾ ਉੱਥੋਂ ਰਿਕਾਰਡ ਕਰ ਦਿੰਦਾ, ਜਿੱਥੇ ਕਲਾਕਾਰ ਬੈਠਾ ਉੱਥੇ। ਮਿਹਨਤ ਬਹੁਤ ਜ਼ਰੂਰੀ ਹੈ, ਸਾ ਮੈਨੂੰ ਤਾਂ ਇਹੀ ਲੱਗਦਾ, ਮਿਹਨਤ ਅੱਜ ਵੀ ਹੈ ਕਿਉਂਕਿ ਉਹੀ ਮਿਹਨਤ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਨਾ ਉਹ ਸਾਡੇ ਅੱਜ ਕੰਮ ਆ ਰਹੀ ਹੈ। ਅੱਜ ਵੀ ਜਿਹੜੀ ਅੱਜ ਸਾਨੂੰ ਰਿਹਰਸਲ ਰਿਆਜ਼ ਬਿਲਕੁਲ ਟਾਈਮ ਨਹੀਂ ਲੱਗਦਾ, ਪਰ ਅਸੀਂ 10-10 ਘੰਟੇ ਵੀ ਸਟੇਜ ਤੇ ਗਾਇਆ, 10 ਘੰਟੇ ਦੀ ਸਟੇਜ ਲਈ। ਕਹਿਣ ਤੋਂ ਭਾਵ ਹੈ ਵੀ ਜਿਹੜੇ ਖੇਤਰ 'ਚ ਮਿਹਨਤ ਕਰਦੇ ਹੋ ਤੁਸੀਂ, ਚਾਹੇ ਅੱਜ ਦਾ ਯੁੱਗ ਆ ਚਾਹੇ ਪੁਰਾਣਾ ਸੀ, ਜੇ ਕੋਈ ਮਿਹਨਤ ਕਰੇਗਾ ਤਾਂ ਉਹ ਦਿਸੇਗੀ। ਮੈਂ ਜਿਵੇਂ ਪੁਰਾਣੀ ਗੱਲ ਹੁਣੇ ਕਰ ਰਿਹਾ ਸੀਗਾ ਸਿੱਧੂ ਹੋਰਾਂ ਦੀ, ਚਮਕੀਲਾ ਸਾਹਿਬ ਦੀ ਵੀ ਤੁਸੀਂ ਬੜਾ ਉਹਨਾਂ ਨੂੰ ਨੇੜੇ ਹੋ ਕੇ ਸੁਣਿਆ, ਬਹੁਤ ਉਹ ਜਦੋਂ ਗਾਉਂਦੇ ਸੀਗੇ ਤੁਸੀਂ ਸਭ ਤੋਂ ਮੂਹਰੇ ਹੋ ਕੇ ਮੈਂ ਮੂਹਰੇ ਹੋ ਕੇ ਬੈਠਦੇ। ਸਹੀ ਹੈ ਸਹੀ ਹੈ। ਸਵਾਲ ਮੇਰਾ ਇਹ ਹੈ ਕਿ ਤੁਸੀਂ ਦੋ ਦੌਰ ਇਹੋ ਜਿਹੇ ਦੇਖੇ ਨੇ ਹਾਂਜੀ, ਜਿਨ੍ਹਾਂ ਨੂੰ ਦੋਨਾਂ ਫਨਕਾਰਾਂ ਨੂੰ ਹੀ ਗੋਲੀਆਂ ਨਾਲ ਮਾਰਿਆ ਗਿਆ, ਚਮਕੀਲਾ ਸਾਹਿਬ ਤੇ ਸਿੱਧੂ ਹੋਣਾ ਦਾ। ਸਹੀ ਹੈ। ਤੁਸੀਂ 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 ਤਾਂ ਆਪਣੀ ਅੱਖੋਂ ਦੇਖੀ ਇੰਸੀਡੈਂਟ ਦੇਖਿਆ ਹੈ, ਚਲੋ ਚਮਕੀਲਾ ਸਾਹਿਬ ਦਾ ਤੁਸੀਂ ਨਹੀਂ ਦੇਖਿਆ ਪਰ ਚਮਕੀਲਾ ਦੇਖਿਆ ਸਿੱਧੂ ਵਾਲਾ ਵੀ ਨਹੀਂ, ਪਰ ਤੁਸੀਂ ਉਸ ਸਮੇਂ 'ਚ ਸੀਗੇ, ਤੁਸੀਂ ਉਹਨਾਂ ਨੂੰ ਸੁਣਿਆ, ਸਿੱਧੂ ਦਾ ਵੀ ਤੁਹਾਡੀ ਜ਼ਿੰਦਗੀ 'ਚ ਬੜਾ ਵੱਡਾ ਯੋਗਦਾਨ, ਬੜਾ ਵੱਡਾ ਯੋਗਦਾਨ, ਤੇ ਜਿਨ੍ਹਾਂ ਨੂੰ ਚਮਕੀਲਾ ਸਾਹਿਬ ਦੇ ਨੇੜੇ ਹੋ ਕੇ ਜਿਹੜੇ ਇਨਸਾਨ ਨੂੰ ਸੁਣਨ ਦਾ ਮੌਕਾ ਮਿਲ ਜਾਵੇ, ਉਸ ਤੋਂ ਵੱਡੀ ਗੱਲ ਵੀ ਕੋਈ ਨਹੀਂ, ਜੱਫੀ ਭਾਈ ਚਮਕੀਲਾ ਸਾਹਿਬ, ਉਸ ਤੋਂ ਵੱਡੀ ਗੱਲ ਵੀ ਕੋਈ ਨਹੀਂ। ਇਹ ਦੋ ਦੌਰ ਜਿਹੜੇ ਤੁਸੀਂ ਪੁਰਾਣੇ ਤੇ ਅੱਜ ਦੇ ਦੇਖੇ ਨੇ, ਇਹਨਾਂ ਨੂੰ ਅਣਖੀਲਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਬਹੁਤ ਮਾੜਾ ਦੌਰ ਸੀ ਤੇ ਇਹ ਉਸ ਤੋਂ ਵੀ ਮਾੜਾ ਹੈ। ਦੇਖੋ ਚਮਕੀਲਾ ਸਾਹਿਬ ਵੀ ਉਹਨਾਂ ਨੇ ਧਾਰਮਿਕ ਵੀ ਵਧੀਆ ਗਾਇਆ, ਚਲੋ ਆਪਾਂ ਉਸ ਗੱਲ 'ਤੇ ਤਾਂ ਨਾ ਜਾਈਏ ਵੀ ਜਿਹਨੂੰ ਮਾੜਾ ਲੱਗਦਾ ਉਹਨੂੰ ਲੱਗਣਾ ਹੀ ਆ, ਜਿਹਨੂੰ ਚੰਗਾ ਲੱਗਦਾ ਉਹਨੂੰ ਲੱਗਣਾ। ਉਹਨੇ ਧਾਰਮਿਕ ਵੀ ਤਲਵਾਰ ਮੈਂ ਕਲਗੀ ਧਰਦੀਆਂ, ਕੰਧੇ ਸਰਹੰਦ ਦੀਏ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਉਹ ਤਾਂ ਜੋ ਮੈਂ ਪਹਿਲਾਂ ਦੱਸ ਕੇ ਡਿਆ ਵੀ ਜੋ ਉਹਨੂੰ ਚੰਗਾ ਲੱਗਦਾ ਉਹੀ ਹੋਣਾ। ਸਮਾਂ ਉਹ ਵੀ ਚਮਕੀਲਾ ਸਾਹਿਬ ਵਾਸਤੇ ਬਹੁਤ ਮਾੜਾ ਸੀ, ਇਹ ਸਿੱਧੂ ਸਾਹਿਬ ਵਾਸਤੇ ਅਤੇ ਸਾਡੇ ਵਾਸਤੇ ਬਹੁਤ ਮਾੜਾ ਸੀ, ਕਿਉਂਕਿ ਨਹੀਂ ਸੀ ਹੋਣਾ ਚਾਹੀਦਾ ਇਹ, ਨਾ ਚਮਕੀਲਾ ਸਾਹਿਬ ਜਾਣੇ ਚਾਹੀਦੇ ਨਾ ਸਿੱਧੂ ਜਾਣਾ ਚਾਹੀਦਾ ਸੀ। ਇਹ
ਚਲੋ ਮਰਨਾ ਜਿਉਣਾ ਮੈਂ ਪਹਿਲਾਂ ਦੱਸਿਆ ਸੱਚ ਹੈ, ਪਰ ਕੋਈ ਇਹ ਤਰੀਕੇ ਗਲਤ ਨੇ, ਇਹ ਮੌਤ ਦੇ ਨਾ ਇਹ ਤਰੀਕੇ ਆਈਡੀਏ ਗਲਤ ਸੀ ਵੀ ਇਸ ਤਰੀਕੇ ਨਾਲ ਨਹੀਂ ਮਰਨਾ ਚਾਹੀਦਾ, ਕੋਈ ਵੀ ਨਹੀਂ ਮਰਨਾ ਚਾਹੀਦਾ, ਦੁਸ਼ਮਣ ਵੀ ਨਾ ਤਾਂ ਮਰੇ ਜਿਵੇਂ ਇਹਨਾਂ ਨਾਲ ਹੋਈ ਹੈ, ਭੈਣ ਭਰਾ ਕਿਤੇ ਉਹ ਇਕੱਲੇ ਇਕੱਲੇ ਥੋੜ੍ਹਾ ਮਰੇ ਨੇ, ਕਿੰਨੀ ਜਨਤਾ ਚਮਕੀਲਾ ਸਾਹਿਬ ਨਾਲ ਮਰ ਗਈ, ਕਿੰਨੇ ਲੋਕ ਸਿੱਧੂ ਸਾਹਿਬ ਦੇ ਜਿਹੜੇ ਜਿਉਂਦੀਆਂ ਲਾਸ਼ਾਂ ਫਿਰਦੇ ਆ ਇਹ ਪਤਾ ਹੀ ਨਹੀਂ, ਇਸ ਕਰਕੇ ਨਹੀਂ ਹੋਣਾ ਹੀ ਨਹੀਂ ਚਾਹੀਦਾ ਇਹ ਤਾਂ ਕਦੇ ਵੀ, ਹਰ ਜਿਹੜਾ ਦੁਨੀਆਂ ਦਾ ਬਹੁਤ ਕੁਛ ਨਾਲ ਲੈ ਗਿਆ। ਸਾਹਿਬ ਜੀਆਂ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਨਾਲ ਡਿਊਟ ਗਾਇਕੀ ਦਾ ਇੱਕ ਵਾਰੀ ਦੌਰ ਖਤਮ ਹੋ ਗਿਆ ਜੀ, ਉਹ ਇੱਕ ਮਿਸਾਲ ਸੀ, ਕਿੰਨੇ ਪਰਿਵਾਰ ਉਹਨਾਂ ਦੇ ਨਾਲ ਜੁੜੇ ਸੀ ਸਾਰੇ ਮਰੇ, ਪਤਾ ਲੱਗਦਾ ਵੀ ਇਹ ਇੱਕ ਦੂਜੇ ਲਈ। ਮੈਂ ਤਾਂ ਦੇਖ ਪਾਉਣਾ ਕਿ ਚਮਕੀਲਾ ਸਾਹਿਬ ਦੀ ਜਿਹੜੀ ਜੋੜੀਦਾਰ ਤੇ ਜਿਹੜੀ ਜ਼ਿੰਦਗੀ ਤੇ ਤੁਹਾਡੇ ਦੋਨਾਂ ਦੀ ਜ਼ਿੰਦਗੀ, ਇਹ ਮੈਨੂੰ ਕਿਤੇ ਨਾ ਕਿਤੇ ਮੈਂ ਸਮਝ ਪਾਉਣਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਜਦੋਂ ਜੋੜੀ ਬਣਦੀ ਸੀਗੀ ਕੋਈ ਜਿਹੜੀ ਨਾਲ ਫੀਮੇਲ ਉਹਨਾਂ ਦੀ ਗਾਉਂਦੀ ਸੀਗੀ ਉਹ ਵੀ ਨਹੀਂ ਟਿਕ ਪਾਈ, ਤੇ ਉਸ ਤੋਂ ਬਾਅਦ ਟਿਕੇ ਅਮਰਜੋਤ, ਤੇ ਉਵੇਂ ਅਣਖੀਲਾ ਸਾਹਿਬ ਦੀ ਜ਼ਿੰਦਗੀ 'ਚ ਤੁਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਮਤਲਬ ਕਿ ਮੈਚ ਕਰਦੀਆਂ, ਬਟ ਅਸੀਂ ਇਹਨਾਂ ਗੱਲਾਂ ਮੈਂ ਜ਼ਰੂਰ ਚਾਹੁੰਗਾ ਕਿ ਤੁਸੀਂ ਇੱਕ ਵਾਰ ਥੋੜਾ ਜਿਹਾ ਜ਼ਰੂਰ ਦੱਸੋ ਅਣਖੀਲਾ ਸਾਹਿਬ, ਜਿਹੜਾ ਸਾਨੂੰ ਨਹੀਂ ਪਤਾ, ਜਿਹੜਾ ਮੈਂ ਚਾਹੁੰਦਾ ਕਿ ਹਾਂ ਪਤਾ ਲੱਗੇ। ਦੇਖੋ ਜੋ ਚਮਕੀਲਾ ਸਾਹਿਬ ਦੀ ਸਟੋਰੀ ਸੀ ਨਾ ਸੇਮ ਸਾਡੀ, ਉਹ ਸੇਮ ਸਟੋਰੀ ਹੈ ਜੇ ਅੱਜ ਕਈ ਅਗਲਾ ਕਹਿੰਦਾ ਜਾਣ ਕੇ ਕਰਦੇ ਆ ਯਾਰ, ਇਹ ਤਾਂ ਜਾਣ ਕੇ ਝੂਠ ਬੋਲਦੇ, ਪਰ ਕੋਈ ਝੂਠ ਵਾਲੀ ਗੱਲ ਨਹੀਂ, ਇਹ ਤੁਹਾਡਾ ਚੈਨਲ ਹੈ, ਇੰਟਰਨੈਸ਼ਨਲ ਚੈਨਲ ਹੈ, ਇਹਦੇ 'ਤੇ ਬੋਲ ਰਹੇ। ਜਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਗਰੀਬੀ ਉਹਨਾਂ ਦੇਖੀ, ਮੈਂ ਵੀ ਬਹੁਤ ਦੇਖੀ ਹੈ, ਉਹ ਵੀ ਮਿਹਨਤ ਮਜ਼ਦੂਰੀ ਕਰਦੇ ਰਹੇ, ਮੈਂ ਵੀ ਕਰਦਾ ਰਿਹਾ। ਉੱਧਰ ਵੀ ਅਮਰਜੋਤ ਜੀ ਦੀਆਂ ਦੋ ਭੈਣਾਂ, ਉਹ ਵੀ ਕਲਾਕਾਰ ਸੀ, ਇਹਨਾਂ ਦੀਆਂ ਵੀ ਦੋ ਸਿਸਟਰਾਂ ਦੋਨੇ ਕਲਾਕਾਰ ਆ, ਸਹੁਰਾ ਉਹਨਾਂ ਦਾ ਵੀ, ਸਾਲਾ ਸਾਹਿਬ ਗੱਡੀ ਚਲਾਉਂਦੇ ਰਹੇ ਚਮਕੀਲਾ ਸਾਹਿਬ ਨਾਲ, ਅਮਰਜੋਤ ਜੀ ਦੇ ਬ੍ਰਦਰ, ਇਹਨਾਂ ਦੇ ਬ੍ਰਦਰ ਵੀ ਸਾਡੀ ਜ਼ਿਲ੍ਹਾ, ਇਹਨਾਂ ਦਾ ਇੱਕੋ ਹੈ, ਰਾਤ ਨੂੰ 12 ਵਜੇ ਮੈਰਿਜ ਉਹਨਾਂ ਦੀ, ਆਨੰਦ ਕਾਰਜ ਹੋਏ 12 ਵਜੇ ਸਾਡੇ ਹੋ ਜੀ। ਇਹ ਕਈ ਗੱਲਾਂ ਜੁੜਦੀਆਂ ਨੇ, ਬਹੁਤ ਸਾਰੀਆਂ ਗੱਲਾਂ ਨੇ ਹੋਰ ਜਿਹੜੀਆਂ ਸੇਮ, ਉਦਾਂ ਹੀ ਜਿੱਦਾਂ ਉਹਨਾਂ ਦੇ ਵੀ ਵਾਈਫ ਪਹਿਲਾਂ ਮੈਰਿਡ ਸੀ, ਉਹਨਾਂ ਦੇ ਵੀ ਦੋ ਬੇਟੀਆਂ ਸੀ, ਮੇਰੇ ਵੀ ਦੋ ਬੱਚੇ, ਇਹਨਾਂ ਦੇ ਵੀ ਦੋ ਬੱਚੇ ਨੇ ਪਹਿਲਾਂ ਮੈਰਿਡ। ਮੈਂ ਤਾਂ ਹੀ ਨਾ, ਮੈਂ ਨਾ ਲਾਈਕ ਮੈਨੂੰ ਤੁਹਾਡੇ ਦੋਨਾਂ ਦਾ ਪਤਾ ਤਾਂ ਸੀਗਾ, ਪਰ ਮੈਂ ਉਹ ਵੀ ਅਨਮੈਰਿਡ ਸੀ ਤੇ ਮੈਂ ਵੀ ਅਨਮੈਰਿਡ ਨਹੀਂ, ਪਰ ਮੈਨੂੰ ਨਾ ਮੈਨੂੰ ਅੱਧ ਤੋਂ ਵੱਧ ਤੇ ਅਣਖੀਲਾ ਸਾਹਿਬ ਸ਼ੌਂਕ ਮੈਨੂੰ ਤਾਂ ਹੋਇਆ ਕਿ ਮੈਂ ਐਕਚੁਅਲੀ, ਚਲੋ ਤੁਹਾਡਾ ਫੈਨ ਤਾਂ ਪੂਰਾ ਪੰਜਾਬ ਹੈ ਹੀ ਹੈ, ਹਰ ਇੱਕ ਥਾਂ 'ਚ ਤੁਹਾਡੇ ਚਾਹੁਣ ਵਾਲੇ ਵੱਸਦੇ ਆ, ਪਰ ਮੈਨੂੰ ਐਂ ਸੀਗਾ ਕਿ ਇਹੋ ਜਿਹੀ ਗੱਲਾਂ ਨਾ ਇਨਸਾਨ ਨੂੰ ਹੋਰ ਜੋੜਦੀਆਂ। ਸਿੱਧੂ ਸਾਹਿਬ ਨਾਲ ਤਾਂ ਇੱਕ ਪਰਿਵਾਰਕ ਪਿਆਰ ਸੀਗਾ, ਜਦੋਂ ਆਵਾਜ਼ ਮਾਰਨੀ ਅਸੀਂ ਭੱਜੇ ਆਉਣਾ ਜੇ ਉਹਨਾਂ ਨੇ ਜਾਣਾ ਬਠਿੰਡੇ, ਸਾਨੂੰ ਦੱਸਣਾ ਹੀ ਮਿਲਣਾ। ਚਮਕੀਲਾ ਸਾਹਿਬ ਵੇਲੇ ਬੱਚੇ ਸੀ, ਉਦੋਂ ਜੀ ਕਰਦਾ ਸੀ ਵੀ ਇਹਨਾਂ ਨੂੰ ਮਿਲ ਗਏ, ਕਿਵੇਂ ਮਿਲ ਗਏ ਜਾਂ ਕੌਣ ਮਿਲਾਊਗਾ। ਅਸੀਂ ਇੱਕ ਵਿਆਹ 'ਤੇ ਸੱਦਿਆ ਚਮਕੀਲਾ ਸਾਹਿਬ ਨੂੰ, ਮੇਰੇ ਦੋਸਤ ਦੀ ਮੈਰਿਜ ਸੀ, ਛੋਟੇ ਛੋਟੇ ਸੀ ਅਸੀਂ, ਅਤੇ ਇਹਨਾਂ ਕੋਲੋਂ ਤੂੰਬੇ ਦੀ ਤਾਰ ਖਤਮ ਹੋ ਗਈ ਉਸ ਦਿਨ ਚਮਕੀਲਾ ਸਾਹਿਬ ਕੋਲੋਂ, ਵੀ ਰੋਜ਼ ਤਾਂ ਸ਼ੋਅ ਹੁੰਦੇ ਸੀ, ਤਾਰ ਹੈ ਨਹੀਂ ਸੀ ਤੂੰਬੇ ਦੀ, ਭਾਲਦੇ ਫਿਰਦੇ ਨੇ, ਪਰਸ ਫੋਲਿਆ ਜੀ ਬੜਾ ਕੁਛ, ਮੇਰੇ ਸਾਹਮਣੇ ਬੈਠੇ ਦੀ ਮੇਰੀ ਨਜ਼ਰ ਸੀ, ਮੈਂ ਕਿਹਾ ਵੀ ਤਾਰ ਨਹੀਂ ਲੱਭ ਰਹੀ, ਮੇਰੀ ਜੇਬ 'ਚ ਸੀ ਗੁੱਛੀ ਤਾਰ ਦੀ, 10 ਰੁਪਈਆਂ ਦੀ ਆਉਂਦੀ ਹੁੰਦੀ ਉਹ ਗੁੱਛੀ, 3 ਵਾਰੀ ਪੈ ਜਾਂਦੀ ਉਹ ਤੂੰਬੇ 'ਤੇ, ਮੈਂ ਉਹ ਕੱਢ ਕੇ ਜੇਬ 'ਚੋਂ ਬਟੂਏ 'ਚ ਤੋਂ ਐਂ ਲਿਜਾ ਕੇ ਅੱਗੇ ਕਰਦੀ। ਚਮਕੀਲਾ ਸਾਹਿਬ ਬਹੁਤ ਖੁਸ਼ ਹੋਏ ਜੀ, ਮੈਨੂੰ ਫੜ ਕੇ ਗੱਲ ਨੂੰ ਲਾਇਆ, ਕਹਿੰਦੇ ਤੂੰ ਇਸ ਸ਼ੌਂਕ ਰੱਖਦਾ, ਮੈਂ ਕਿਹਾ ਹਾਂਜੀ। ਚਲੋ ਜਿਹਨਾਂ ਤਾਰ ਪਾਈ ਗਾਉਣ ਲੱਗ ਗਏ, ਫਿਰ ਵਿਚਾਲ ਦੀ ਬੁਲਾਇਆ ਮੈਨੂੰ ਸਟੇਜ 'ਤੇ, ਫਿਰ ਮੈਨੂੰ ਵੀ ਚਾਅ ਜਿਹਾ ਚੜਿਆ, ਮੈਂ ਜਾ ਕੇ ਮੈਂ ਜੀ ਮੈਂ ਉਸਤਾਦ ਦੀ ਸ਼ਾਗਿਰਦੀ ਕਰਨੀ ਆ ਉਸਤਾਦ ਜੀ ਤੁਹਾਡੇ ਨਾਲ, ਕਹਿੰਦੇ ਪੁੱਤ ਮੈਂ 1 ਮਹੀਨਾ ਵਿਹਲਾ ਨਹੀਂ, ਫਿਰ ਲੁਧਿਆਣੇ ਆ ਜੀ, ਉਹ ਮਹੀਨਾ ਆਇਆ ਹੀ ਨਹੀਂ, ਉਸੇ ਮਹੀਨੇ 'ਚ ਡੈਥ ਹੋ ਗਈ ਉਹਨਾਂ ਦੀ, ਉਹ ਅੱਜ ਤੱਕ ਵੀ ਸੱਲ ਕਾਲਜੇ 'ਚ ਇੱਕ ਦਿਲ 'ਚ ਹੈ, ਵੱਸ ਗਈ ਹੈ ਨਾ ਕਿ ਰਹਿ ਗਈ, ਵੱਸ ਗਈ ਵੀ ਉਹ ਮਹੀਨਾ ਮਿਲਿਆ ਹੀ ਨਹੀਂ। ਅਣਖੀਲਾ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਉਸ ਸਮੇਂ ਕਲਾਕਾਰ ਨੂੰ ਧਮਕੀਆਂ ਆਉਂਦੀਆਂ ਸੀਗੀਆਂ, ਫੋਨ ਆਉਂਦੇ ਸੀਗੇ, ਤੁਸੀਂ ਤਾਂ ਹੈ ਨਾ, ਮੈਂ ਤਾਂ ਪੁੱਛਣਾ ਕਿ ਤੁਸੀਂ ਉਸ ਸਮੇਂ 'ਚ ਰਹੇ ਹੋ, ਤੁਹਾਨੂੰ ਵੀ, ਤੁਸੀਂ ਜ਼ਿਕਰ ਕੀਤਾ ਸੀਗਾ ਕਿ 1-2 ਵਾਰ ਤਾਂ ਤੁਹਾਨੂੰ ਵੀ ਕਈ ਵਾਰੀ ਬਹੁਤੀ ਵਾਰ ਕਿਹਾ ਗਿਆ ਹੈ ਨਾ, ਕਿਉਂਕਿ ਮੈਨੂੰ ਐਂ ਲੱਗਦਾ ਕਿ ਜਿਹੜੀ ਜੋੜੀ ਹਿੱਟ ਹੁੰਦੀ ਸੀਗੀ, ਜਿਹੜਾ ਕਲਾਕਾਰ ਚੱਲਦਾ ਸੀਗਾ, ਉਹਨੂੰ ਕਿਤੇ ਨਾ ਕਿਤੇ ਆਉਂਦਾ ਸੀਗਾ, ਨਾਲੇ ਤੁਸੀਂ
ਇਹ ਚੀਜ਼ ਕਈ ਵੀ ਸੀਗੀ ਕਿ ਤੁਸੀਂ ਰਫਲ ਬੰਦੂਕਾਂ ਆਪਣੇ ਕੋਲ ਰੱਖਦੇ ਸੀਗੇ ਸੇਫਟੀ ਪੁਆਇੰਟ ਆਫ ਵਿਊ ਦੇ ਤੌਰ ਤੇ? ਉਹ ਇਹੋ ਸੀ, ਅੱਜ ਤੋਂ ਵੀ 15-20 ਸਾਲ ਪਹਿਲਾਂ ਜਦੋਂ ਆਹ ਦੌਰ ਨਹੀਂ ਸੀਗਾ, ਹਾਂ ਮੇਰੇ ਤੋਂ ਉਦੋਂ ਵੀ ਕੈਸਲ ਬਹੁਤ ਚੱਲਦੀਆਂ ਸੀਗੀਆਂ, ਬੜਾ ਕੰਮ ਦਿੱਤਾ ਸੀ ਰੱਬ ਨੇ, ਉਦੋਂ ਵੀ ਆਇਆ ਸੀ ਫੋਨ 70 ਲੱਖ ਰੁਪਇਆ ਮੰਗਿਆ ਸੀ ਮੈਥੋਂ, ਉਦੋਂ ਫਿਰ ਚੱਕ ਲਿਆਉਂਦੇ ਸੀ ਬੰਦੇ ਮਲੋਟਦੇ ਸੀ ਤਾਂ ਰੱਖਣੇ ਪੈਂਦੇ ਸੀਗੇ, ਉਹ ਲਿਆਉਂਦੇ ਸੀ ਫੜ ਲਏ ਪੁਲਿਸ ਨੇ, ਯਾਨੀ ਹੁੰਦਾ ਤਾਂ ਸ਼ੁਰੂ ਤੋਂ ਰਿਹਾ ਪਰ ਹੁਣ ਜ਼ਿਆਦਾ, ਹੁਣ ਜ਼ਿਆਦਾ। ਉਦੋਂ ਇਹ ਸੀਗਾ ਵੀ ਆਹ ਫੋਨ ਵੀ ਨਹੀਂ ਸੀਗੇ ਕੋਲ, ਵੀ ਜੇ ਕੋਈ ਲੈਣ ਲੈਣ ਜਾਂ ਚਿੱਠੀਆਂ ਹੀ ਆਉਂਦੀਆਂ ਸੀਗੀਆਂ, ਉਹਨਾਂ ਬਾਰੇ ਆਪਾਂ ਨੂੰ ਗਿਆਨ ਨਹੀਂ, ਕਿਉਂਕਿ ਅਸੀਂ ਤਾਂ ਬੱਚੇ ਸੀ ਉਦੋਂ ਮੂਹਰੇ ਬੈਠ ਕੇ ਸੁਣਦੇ ਹੁੰਦੇ ਸੀ ਚਮਕੀਲਾ ਸਾਹਿਬ ਨੂੰ। ਆ ਜਿਹੜੀਆਂ ਹੁਣ ਤਾਂ ਡਿਜੀਟਲ ਜ਼ਮਾਨਾ ਨਾ, ਉਹਦੇ ਨਾਲੋਂ ਬੜਾ ਫਰਕ ਹੈ ਜੀ, ਉਸ ਹਾਲਾਤਾਂ ਦਾ ਅਤੇ ਇਹਨਾਂ ਹਾਲਾਤਾਂ ਦਾ ਜਿਵੇਂ ਅਸਮਾਨ ਦਾ ਫਰਕ ਹੈ। ਉਦੋਂ ਚਿੱਠੀਆਂ ਸੀਗੀਆਂ, ਕਾਰਡ ਸੀ ਜਾਂ ਕੋਈ ਕਿਸੇ ਨੂੰ ਦੱਸਦਾ ਸੀ, ਹੁਣ ਤਾਂ ਫੋਨ ਹੀ ਆ ਸਭ ਕੁਛ। ਰਾਜਬੜਾ ਸਾਹਿਬ ਨੂੰ ਯਾਦ ਕਰਦੇ? ਬੜਾ, ਉਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ, ਉਹਨਾਂ ਸਾਨੂੰ ਬੂਟਾ ਲਾਉਣ ਵਾਲੇ ਹੀ ਰਾਜਬੜਾ ਸਾਹਿਬ ਆ, ਉਹਨਾਂ ਨੂੰ ਮੇਜ ਵਜਾ ਕੇ ਸੁਣਾਇਆ ਸੀ ਗਾਣਾ ਮੈਂ। ਅੱਛਾ, ਜਦੋਂ ਮੈਂ ਸਿਲੈਕਟ ਕਰ ਲਿਆ ਮੈਨੂੰ ਉੱਥੇ, ਚੱਲ ਸਾਗਾ ਦਿੱਲੀ, ਦਿੱਲੀ ਰਿਕਾਰਡਿੰਗ ਹੈ ਜੀ। ਅਸੀਂ ਤਾਂ ਆਮ ਇੱਕ ਆਮ ਇਨਸਾਨ, ਉਹਨਾਂ ਨੂੰ ਹੁੰਦਾ ਸੀ ਗੁਰਮੇਲ ਭੱਟੀ, ਮੱਲ ਕੇ ਆਉਂਦਾ ਸੀ, ਬਹੁਤ ਸੋਹਣਾ ਗਾਉਂਦਾ ਸੀ ਮੁੰਡਾ, ਅੱਜ ਨਹੀਂ ਹੈ, ਦੋਨੇ ਨਹੀਂ ਹੈਗੇ। ਪਹਿਲਾਂ ਉਹਨਾਂ ਨੂੰ ਭੇਜਿਆ ਰਾਜ ਭਾਅ ਜੀ ਨੇ ਵੀ ਸੁਣ ਕੇ ਆ ਮੁੰਡਾ, ਉਹਨਾਂ ਨੂੰ ਵੀ ਮੇਜ 'ਤੇ ਗਾਣਾ ਸੁਣਾਇਆ, ਫਿਰ ਭਾਅ ਜੀ ਗਏ ਰਾਜ ਭਾਅ ਜੀ, ਉਹਨਾਂ ਨੂੰ ਮੇਜ 'ਤੇ, ਇਹ ਬੂਟੇ ਉਹਨਾਂ ਦੇ ਲੱਗੇ ਹੋਏ ਆ, ਕਦੇ ਵੀ ਨਹੀਂ ਭੁੱਲ ਸਕਦੇ। ਮੈਂ ਜ਼ਰੂਰ ਉਹ ਸਮੇਂ ਨੂੰ ਯਾਦ ਕਰਨਾ ਚਾਹੂੰਗਾ ਪਨਕੀਲਾ ਸਾਹਿਬ, ਜਿਹੜਾ ਰਾਜਬੜਾ ਸਾਹਿਬ ਤੁਸੀਂ ਪਹਿਲਾਂ ਆਪਣਾ ਗਾਣਾ ਸੁਣਾਇਆ ਸੀ, ਉਹ ਮਰਦੇ ਮੈਨੂੰ ਗਾਣਾ ਜ਼ਰੂਰ ਇੱਕ ਵਾਰ ਸੁਣਾ ਦਿਓ, ਕਿਉਂਕਿ ਮੈਨੂੰ ਲੱਗ ਰਿਹਾ ਕਿ ਜਿੰਨਾ ਵੀ ਸੁਣ ਸਕਾਂ ਇਸ ਇੰਟਰਵਿਊ 'ਚ, ਜਿੰਨਾ ਵੀ ਤੁਹਾਡਾ ਫਾਇਦਾ ਲੈ ਸਕੀਏ ਸੀ ਤੁਹਾਡੀ ਗਾਇਕੀ ਦਾ, ਰਾਜਬੜਾ ਟਿਪ ਦਿੱਤੀ ਉਸ ਤੋਂ ਪਹਿਲਾਂ ਰੱਬ ਰਾਖਾ ਮਿੱਤਰਾਂ ਦਾ, ਸਰਪੰਚੀ ਗਾਣਾ ਸੀ ਬੜਾ ਪ੍ਰਚਲਿਤ ਹੁੰਦਾ ਸੀ, ਸਾਰੇ ਗਾਉਂਦੇ ਸੀ, ਉਸ ਨੇ ਉਹ ਵੀ ਰਿਕਾਰਡ ਕਰਵਾਇਆ ਸੀ ਰਾਜ ਭਾਅ ਜੀ ਨੇ, ਕਈ ਭਾਜੀਆਂ ਦੇ ਗੀਤ ਸਿਲੈਕਟ ਹੋਏ ਜੇ ਵੀ ਮੇਰੇ ਕੋਲ ਪਏ ਨੇ। ਹੁਣ ਵੀ ਭਾਅ ਜੀ ਜਦੋਂ ਆਖਰੀ ਦਿਨਾਂ ਦੇ ਵਿੱਚ ਸਾਡੇ ਕੋਲ ਸੀ ਬਠਿੰਡੇ, ਉਦੋਂ ਭਾਅ ਜੀ ਜਾ ਕੇ ਕਹਿਣ ਲੱਗੇ ਗੁਲਸ਼ਨ, ਕਹਿੰਦਾ ਮੈਂ ਤੁਹਾਡੇ 'ਤੇ ਮਿਹਨਤ ਕੀਤੀ ਸੀ ਨਾ, ਹੁਣ ਤੁਸੀਂ ਮੇਰੇ 'ਤੇ ਕਰੋ। ਇਹ ਕਹਿੰਦੀ ਭਾਅ ਜੀ ਕੀ ਗੱਲ? ਰਾਜ ਭਾਅ ਜੀ ਕਹਿੰਦੇ ਮੈਂ ਡਿਊਟ ਕਾਸਟ ਕਰਨੀ ਆ, ਇੱਕ ਤਾਂ ਨਿੱਤ ਗੋਲੀ ਚੱਲਿਆ ਕਰੂ ਗਾਣਾ ਸਾਡਾ ਸੀ, ਕਹਿੰਦੇ ਵਾਪਸ ਦੁਬਾਰਾ ਕਰਨਾ, ਮੈਂ ਕਿਹਾ ਕਰ ਲਓ ਜੀ। ਅਤੇ ਮਨਜਿੰਦਰ ਕੀ ਭਾਅ ਜੀ ਕੁੜੀ ਕਿਹੜੀ ਨਹੀਂ ਗਾਉਣਾ, ਕੀ ਕਹਿ ਸੀ ਤੁਸੀਂ? ਹਾਂਜੀ, ਮੈਂ ਕਿਹਾ ਭਾਅ ਜੀ ਡਿਊਟ ਕਰ ਰਹੇ ਹੋ? ਕਹਿੰਦੇ ਹਾਂ ਡਿਊਟ ਕਰ ਰਹੇ ਹਾਂ। ਮੈਨੂੰ ਕਾਫੀ ਮੁੰਡੇ ਬੈਠੇ ਸੀ ਕੋਲੇ, ਤੇ ਅਸੀਂ ਗਏ ਭਾਜੀ ਦਾ ਪਤਾ ਲੈਣ, ਹੋਸਪਿਟਲ ਸੀਗੇ ਮਾਲਵਾ ਹੋਸਪਿਟਲ ਬਠਿੰਡੇ, ਤੇ ਕਹਿੰਦੇ ਓਏ ਮੇਰਾ ਪੁੱਤ ਵੀ ਹੈ, ਮੇਰੀ ਧੀ ਵੀ ਹੈ, ਕਹਿੰਦੇ ਕੁਝ ਨਹੀਂ ਬੋਲਣਾ, ਕਹਿੰਦੇ ਮੇਰਾ ਪੁੱਤ ਹੈ, ਮੇਰੀ ਬੇਟੀ ਹੈ, ਬਹੁਤ ਇੱਜ਼ਤ ਕਰਦੇ ਆ, ਆਪਾਂ ਵੀ ਕੀਤੀ ਹੈ, ਉਹਨਾਂ ਦੀ ਬਹੁਤ ਕਰਦੇ ਸੀ, ਕਿਉਂਕਿ ਸਭ ਤੋਂ ਪਹਿਲੀ ਟੇਪ ਜਿਹੜੀ ਬਿਸਕੁਟ ਵੇਸਨ ਦਾ ਅਸੀਂ ਰੈਸਲ, ਜਦੋਂ ਵੀ ਉਹਨਾਂ ਨੇ ਆਉਣਾ ਰੈਸਲ ਹੀ ਕਰਦੇ ਸੀ, ਸਕੂਟਰ ਤੇ ਆਉਂਦੇ ਹੁੰਦੇ ਸੀ, ਬਜਾਜ ਚੇਤਕ ਬਜਾਜ ਉਹਦੇ ਤੇ ਆਉਂਦੇ ਹੁੰਦੇ ਸੀ, ਤੇ ਜਦੋਂ ਉਹ ਤੁਸੀਂ ਜਦੋਂ ਵੇਖੋ ਰੈਸਲ ਹੀ ਕਰਦੇ ਰਹਿੰਦੇ, ਚਲੋ ਸੁਣਾਓ, ਗਾਉਂਦੇ ਰਹਿੰਦੇ ਸਾਰਾ ਦਿਨ, ਫਿਰ ਉਹਨਾਂ ਨੇ ਸਾਰਾ ਦਿਨ ਬੈਠ ਕੇ ਸੁਣਨਾ ਸਾਨੂੰ ਸਾਰਾ ਦਿਨ, ਕਿਸੇ ਨਾ ਕਿਸੇ ਦਿਨ ਬਲਕਾਰ ਕਹਿ ਦਿੰਦੇ ਸੀ ਇਹ ਕੁੜੀ ਕੁਛ ਬਣੂਗੀ, ਬਿੰਡਾ ਇਹਦਾ ਨਾਂ ਰੱਖਿਆ ਬਿੰਡਾ। ਉਹ ਪਹਿਲਾ ਗਾਣਾ ਸੀਗਾ ਜਿਹੜਾ ਫੁੱਲ ਚੱਲੇ ਆਪਾਂ ਹੋ ਗਏ, ਚਰਨਾਂ ਵਿੱਚ ਬੇਨਤੀ ਕਰਦਾ ਨਹੀਂ ਤੇਰਾ ਯਾਰ ਇਲੈਕਸ਼ਨ ਲੜਦਾ, ਆਪਾਂ ਘੱਟ ਕਿਸੇ ਤੋਂ ਹੈ ਨਹੀਂ, ਘੱਟ ਕਿਸੇ ਤੋਂ ਹੈ ਨਹੀਂ, ਇਹ ਕੋਈ ਸ਼ੱਕ ਨਾ ਰਹਿਣੀ ਆ, ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਆ, ਆ ਸੀਗਾ। ਮੈਨੂੰ ਇਦਾਂ ਲੱਗਦਾ ਕਿ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਉਹ ਗੀਤ ਨਾ ਆਪਣੇ ਆਪ ਦਿਲ 'ਚ ਯਾਦ ਆਉਣ ਲੱਗਦੇ ਆ, ਤਾਂ ਮੈਨੂੰ ਲੱਗਦਾ ਕਿ ਜਿਹੜੇ ਜਿਹੜੇ ਗੀਤ ਯਾਦ ਆ ਰਹੇ ਨੇ ਉਹ ਸੁਣਦੇ ਜਾਈਏ। ਉਹ ਮੈਟਰ ਜਿਹੜਾ ਵੀ ਸਿਲੈਕਸ਼ਨ ਕਰਦੇ ਨਾ, ਸਿਲੈਕਸ਼ਨ ਜਿਹੜੀ ਗੱਲ ਦੀ ਉਹ ਸਿਰਾ ਹੀ ਹੁੰਦੀ ਸੀ। ਹਾਂ, ਤੇ ਅਨਖਿਲਾ ਸਾਹਿਬ
ਜੋੜੀਆਂ ਦਾ ਜ਼ਮਾਨਾ ਸ਼ੁਰੂ ਹੋਇਆ ਸੀਗਾ ਹੈ ਨਾ ਗਾਇਕੀ ਤੋਂ, ਜਦੋਂ ਜੋੜੀਆਂ ਬਣਦੀਆਂ ਹੁੰਦੀਆਂ ਸੀਗੀਆਂ, ਅਤੇ ਉਸ ਜੋੜੀ ਤੋਂ ਇਹ ਜੋੜੀ ਬਣੀ। ਹਾਂਜੀ ਹੈ ਨਾ, ਉਸ ਉਹ ਅਖਾੜੇ ਵਾਲੀ ਜੋੜੀ ਤੋਂ ਇਹ ਅਸਲ 'ਚ ਜੋੜੀ ਬਣੀ, ਜਿਹੜੀ ਕਿ ਅੱਜ ਤੱਕ ਜੋੜੀ ਕਾਮਯਾਬ ਆ। ਨਹੀਂ ਉਹ ਨਾ, ਕਈ ਵਾਰੀ ਆਪਾਂ ਅੱਜ ਬੈਠੇ ਹਾਂ ਚੈਨਲ 'ਤੇ, ਇਹ ਵੀ ਗੱਲ ਤੁਸੀਂ ਵਧੀਆ ਛੇੜੀ ਹੈ ਵੀ ਕਈ ਨਾ ਬੋਲਦੇ ਨੇ ਜੀ ਜਸਵਿੰਦਰ ਬਰਾੜ ਨੂੰ ਤੋੜਿਆ ਸੈਟਣ ਖੀਲੇ ਨੇ, ਮਨਜਿੰਦਰ ਦੇ ਮਾਰੀਆਂ ਚਪੇੜਾਂ, ਇਹ ਗਲਤ ਨੇ। ਉਹ ਗੱਲ ਨੂੰ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਜੇ ਤੁਸੀਂ ਇਹਨੂੰ ਤੋੜ ਮਰੋੜ ਕੇ ਕਰੋਗੇ ਗਲਤ ਗੱਲ ਹੈ। ਉਹ ਗੱਲ ਇਹ ਹੋਈ ਸੀ ਜਦੋਂ ਰਾਜ ਭਾਅ ਜੀ ਨੇ ਮੈਨੂੰ ਸਿਲੈਕਟ ਕਰ ਲਿਆ, ਮੈਂ ਇਕੱਲਾ ਹੀ ਸੀ ਅਤੇ ਮੈਂ ਕਿਹਾ ਵੀ ਭਾਅ ਜੀ ਗਾਉਣ ਵਾਲੀ ਕੁੜੀ ਤਾਂ ਸਾਡੇ ਕੋਲੋਂ ਹੈ ਨਹੀਂ ਅਤੇ ਉਹਦਾ ਕੀ ਕਰਾਂਗੇ। ਮੈਂ ਤਾਂ ਇੱਕ ਮੁੰਡਾ ਰੋੜੀ ਵਾਲਾ ਪੰਮਾ ਸੀ ਜਿਹਨੇ ਮੈਨੂੰ ਜਿਹਨੇ ਰਾਜ ਭਾਅ ਜੀ ਨੂੰ ਮਿਲਾਇਆ ਸੀ, ਉਹਨੇ ਰਿਕਾਰਡ ਕਰਾਇਆ ਸੀ। ਭਾਅ ਜੀ ਕਹਿੰਦੇ ਤੁਸੀਂ ਕੁੜੀ ਲੱਭ ਲਓ, ਪੈਸੇ ਆਪਾਂ ਦੇ ਦਾਂਗੇ। ਉਦੋਂ ਫਿਰ ਅਸੀਂ ਜਸਵਿੰਦਰ ਬਰਾੜ ਦੇ ਘਰ ਗਏ, ਉਹਨਾਂ ਨਾਲ ਗੱਲ ਹੋਈ, ਚਲੋ ਜਿੰਨੇ 'ਚ ਵੀ ਸਾਡਾ ਮੁੱਕਿਆ। ਭੈਣ ਜੀ ਕਹਿਣ ਲੱਗੇ ਵੀ ਰਿਆਜ਼ ਤੁਹਾਨੂੰ ਰੈਸਲ ਮੇਰੇ ਘਰ ਕਰਨੀ ਪਊਗੀ, ਆ ਕੇ ਤਿਆਰੀ ਇੱਕ ਮਹੀਨਾ ਤਿਆਰੀ ਕਰਨੀ ਅਤੇ ਤੁਹਾਨੂੰ ਇੱਥੇ ਆਉਣਾ ਪਊਗਾ ਵੀ ਮੈਂ ਨਹੀਂ ਜਾਣਾ। ਫਿਰ ਰੋਜ਼ ਜਾ ਕੇ ਜੈਤੋ ਤੋਂ ਬਠਿੰਡੇ ਰੈਸਲ ਕਰਕੇ ਆਉਂਦਾ ਮੈਂ। ਬਾਅਦ ਦੇ ਵਿੱਚ ਕੋਈ ਸਾਡੀ ਜੋੜੀ ਐਂ ਥੋੜ੍ਹਾ ਸੀ ਵੀ ਅਸੀਂ ਪੱਕੀ ਬਣਾ ਕੇ ਬੈਠੇ ਸੀ, ਜਾਂਦੇ ਸੀ ਜਸਵਿੰਦਰ ਬਰਾੜ ਜੀ ਸ਼ੋਅ 'ਤੇ ਸਾਡੇ ਨਾਲ, ਕਿਉਂਕਿ ਕੈਸਟ ਆ ਗਈ ਸੀ ਸਾਡੀ, ਜਾਂਦੇ ਸੀ। ਉਹ ਮਜਬੂਰੀ ਇਹ ਹੁੰਦੀ ਵੀ ਉਹ ਹੋਰ ਵੀ ਕਰਦੇ ਸੀ ਕੰਮ, ਨਾਲ ਨੌਕਰੀ ਵੀ ਕਰਦੇ ਸੀ, ਨਾਲ ਫਿਰ ਨਹੀਂ ਸੀ ਸੂਤ ਆਉਂਦਾ ਸਰ। ਉਦੋਂ ਦੌਰ ਹੀ ਇਦਾਂ ਦਾ, ਇਹ ਨਹੀਂ ਸੀ ਗੱਲ ਵੀ ਜੋੜੀ ਤੋੜ ਕੇ ਦਾ ਉਹਦਾ ਮਨਜਿੰਦਰ ਨਾਲ ਬਣਾ ਲਈ ਜੀ, ਉਹ ਦੌਰ ਇਹੋ ਜਿਹਾ ਸੀ। ਕਲਾਕਾਰ ਕੁੜੀਆਂ ਘੱਟ ਹੁੰਦੀਆਂ ਸੀ, ਘੱਟ ਸੀਗੀਆਂ, ਉਹ ਕਈ ਮੁੰਡੇ ਲੈ ਜਾਂਦੇ ਸੀ, ਕਈ ਰੈਸਲ ਕਰ ਲੈਣੀ ਜਿਹੜਾ ਮਰਜ਼ੀ। ਇਹ ਚੀਜ਼ ਨਾਲ ਨਾ ਜੋੜਿਆ ਗਿਆ ਉਸ ਕਹਾਣੀ ਦਾ ਵੀ, ਚਲੋ ਪਤਾ ਸੀਗਾ ਕੁਝ। ਅੱਜ ਦੇ ਦੌਰ 'ਚ ਇੱਕ ਫਿਲਮ ਵੀ ਰਿਲੀਜ਼ ਹੋਈ ਹੈ ਚਮਕੀਲਾ ਸਾਹਿਬ ਦੇ ਉੱਪਰ, ਹਾਂਜੀ ਹਾਂਜੀ, ਉਹ ਕਾਫੀ ਲੋਕਾਂ ਵੱਲੋਂ ਦੇਖੀ ਜਾ ਰਹੀ ਆ। ਜਿਨ੍ਹਾਂ ਲੋਕਾਂ ਨੂੰ ਅਖਾੜਿਆਂ ਦਾ, ਗਾਇਕਾਂ ਦਾ ਜਾਂ ਜੋੜੀਆਂ ਕਿਵੇਂ ਟੁੱਟਦੀਆਂ ਸੀ ਨਹੀਂ ਪਤਾ ਸੀ, ਉਹਨਾਂ ਨੂੰ ਪਤਾ ਲੱਗਣ ਲੱਗਿਆ। ਤਾਂ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਕਿਤੇ ਨਾ ਕਿਤੇ ਉਸ ਫਿਲਮ 'ਚ ਜਾਂ ਇੱਕ ਹੋਰ ਪੰਜਾਬ 'ਚ ਫਿਲਮ ਬਣੀ ਆ ਜੋੜੀ। ਕਹਿਣ ਤੋਂ ਬਾਬਾ ਬ੍ਰਦਰ ਵੀ ਕੋਈ ਚਪੇੜਾਂ ਵਾਲੀ ਗੱਲ ਨਹੀਂ ਸੀ ਉਹ। ਤੁਸੀਂ ਜਿਵੇਂ ਪੁੱਛ ਲਓ ਵੀ ਮੈਮ ਤੁਸੀਂ ਸਿੱਖ ਦੇ ਰਹੇ ਹੋ ਭਾਜੀ ਤੋਂ, ਕਦੇ ਕੁੱਟ ਵੀ ਖਾਧੀ ਆ? ਉਹਨੇ ਆਹ ਸਵਾਲ ਕੀਤਾ ਸੀ। ਉਹ ਕੁੱਟ ਮੇਰੇ ਖਿਆਲ ਤੋਂ ਹਰ ਇੱਕ ਇਨਸਾਨ ਨੇ ਖਾਧੀ। ਗੱਲ ਉਹ ਸੀ, ਉਹ ਮਰੋੜ ਕੇ ਕਰਤੀ ਜੀ, ਚਪੇੜਾ ਮਾਰ ਕੇ ਘਰ ਉੱਜੜ ਨੂੰ ਬਚਾਇਆ। ਡਿਜੀਟਲ ਜ਼ਮਾਨਾ, ਵੇਖੋ ਕੈਸੀ ਗੱਲ। ਉਹ ਵੀ ਮੈਂ ਦੱਸਦੀ ਹਾਂ ਤੁਹਾਨੂੰ ਕਿ ਉਹ ਵੀ ਇਸ ਤਰ੍ਹਾਂ ਹੀ ਗੱਲ ਹੋਈ ਸੀ ਕਿ ਇੰਟਰਵਿਊ 'ਚ ਪੁੱਛਿਆ ਗਿਆ ਕਿ ਮੈਮ ਜਦੋਂ ਤੁਸੀਂ ਸਿੱਖਦੇ ਸੀ, ਨਿਆਣੀ ਉਮਰ 'ਚ ਸੀ, ਛੋਟੇ ਸੀ, ਵੀ ਸਿੱਖਣ ਲੱਗਿਆ ਕਦੇ ਕੋਈ ਝਿੜਕ ਜਾਂ ਕਦੇ ਕੋਈ ਥੱਪੜ? ਮੈਂ ਫਿਰ ਉਹਨਾਂ ਨੂੰ ਦੱਸਿਆ ਵੀ ਜੇ ਆਪਾਂ ਕੁੱਟ ਖਾਵਾਂਗੇ ਨਹੀਂ ਨਾ ਤਾਂ ਆਪਾਂ ਕਿਸੇ ਨੂੰ ਕੁੱਟ ਵੀ ਨਹੀਂ ਸਕਦੇ, ਰਾਈਟ? ਮੈਂ ਕਿਹਾ ਵੀ ਹਾਂ, ਇੱਕ ਚਪੇੜਾ ਵਜਿਆ ਸਿੰਗਿੰਗ, ਸਿੰਗਿੰਗ 'ਚ ਮੈਨੂੰ ਇੱਕ ਥੱਪੜ ਵੱਜਿਆ ਸਿਰਫ ਇੱਕ ਵਾਰੀ, ਝਿੜਕਾਂ ਵੀ ਪਈਆਂ ਵੀ। ਮੈਂ ਕਿਹਾ ਮੈਂ ਨਹੀਂ ਗਾਉਣਾ ਜਦੋਂ ਮੈਨੂੰ ਆ ਨਹੀਂ ਸੀ ਰਿਹਾ, ਕੋਈ ਸ਼ਬਦ ਅੜਦਾ ਸੀ, ਮੈਂ ਸਮਝ ਗਿਆ ਸਮਝ, ਮੈਨੂੰ ਕਹਾਣੀ ਦਾ ਪਤਾ ਤੁਹਾਡੀ, ਮੈਂ ਕਿਹਾ ਵੀ ਮੈਂ ਨਹੀਂ ਗਾਉਣਾ, ਮੈਂ ਉਹ ਰਜਿਸਟਰ ਸੀ ਮੇਰੇ ਹੱਥ 'ਚ, ਇਹਨੇ ਚਲਾ ਕੇ ਮਾਰਿਆ। ਮੈਂ ਕਿਹਾ ਮੈਂ ਨਹੀਂ, ਇਹਨਾਂ ਨੇ ਕਿਹਾ ਕਹਿੰਦੇ ਬੈਠ ਇੱਥੇ ਤੂੰ ਗਾਉਣਾ ਪੈਣਾ ਤੈਨੂੰ। ਜਦੋਂ ਮੈਨੂੰ ਨਹੀਂ ਆਇਆ ਹੈ ਨਾ, ਇਹਨਾਂ ਨੇ ਇੱਦਾਂ ਬੋਲੇ ਜੇ ਮੈਨੂੰ ਮਾਰਿਆ ਇੱਕ ਥੱਪੜ, ਅਤੇ ਮੈਂ ਰੋਣ ਲੱਗ ਗਈ, ਕਹਿੰਦੇ ਰੋਣਾ ਨਹੀਂ ਗਾਉਣਾ। ਮੁੜ ਕੇ ਸਹੀ ਵੀ ਹੋ ਗਿਆ, ਰੋਣ ਵੀ ਨਹੀਂ ਦਿੱਤਾ, ਇਹ ਤਾਂ ਹੋਰ ਥੱਪੜ ਹੋ ਗਿਆ ਨਾ, ਹੋਰ ਰਮਜਦਾ। ਚੰਗੇ ਤਰੀਕੇ ਨਾਲ ਪਤਾ ਕਿ ਉਹ ਚੀਜ਼ ਕੀ ਸੀ, ਬਣਾ ਗਲਤ ਦਿੱਤੀ ਉਹ ਗੱਲ। ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਅੱਜ ਦੇ ਸਮੇਂ ਵਿੱਚ ਹੁੰਦਾ ਕੁਛ ਹੈ ਨਾ, ਵਿਖਾਇਆ ਕੁਛ ਜਾਂਦਾ, ਦਿਖਦਾ ਕੁਛ ਹੈ, ਨਿਕਲ ਵਿਕਦਾ ਕੁਛ ਹੈ, ਵਿਕਦਾ ਕੁਛ ਹੈ, ਸਹੀ ਹੈ, ਸਹੀ ਹੈ, ਸਹੀ ਹੈ। ਤੁਸੀਂ ਇਹ ਚੀਜ਼ ਫੀਲ ਕਰਦੇ ਹੋ? ਇਹ ਮੈਨੂੰ ਪਤਾ, ਇਹ ਦੌਰ ਗਲਤ ਆ, ਮੈਨੂੰ ਪਤਾ ਗਲਤ ਆ, ਸੱਚ ਹੈ। ਦੇਖੋ ਹੁਣ ਪਿੱਛੇ ਜੇ ਧਮਾਤੀ ਜੀ, ਜਸਵਿੰਦਰ ਬਰਾੜ ਨੂੰ ਮੂਸੇ ਵਾਲੇ ਦੇ ਬਾਪੂ ਨੇ ਦਿੱਤੀ ਗੱਡੀ, ਉਹ ਗੱਲ ਕੋਈ ਵੀ ਨਹੀਂ ਹੈਗੀ ਗੱਲ ਇਹੋ ਜੀ। ਉਹ ਵਿਚਾਰੀ ਉਹਨੂੰ ਪੁੱਛਿਆ ਇਹਨੇ ਫੋਨ ਕਰਕੇ ਦੀਦੀ, ਉਹ ਕਹਿੰਦੀ ਭੈਣੇ ਇਹ ਝੂਠ ਆ। ਗੱਲ ਉਹ ਕਰਨੀ ਚਾਹੀਦੀ ਜਿਹੜੀ ਹੋਵੇ, ਨਾ ਤਾਂ ਅਸੀਂ ਹੁਣ ਘਰੇ ਬੈਠੇ ਗਏ ਉਹ ਪੱਤਰਕਾਰ ਦੇ ਗੱਲ ਪੈ ਸਕਦੇ ਜਾ ਕੇ ਵੀ ਤੂੰ ਯਾਰ ਗਲਤ ਕਹਿਤਾ, ਚਪੇੜਾਂ ਗੁਲਸ਼ਨ ਦੇ ਮਾਰੀਆਂ ਜੀ, ਘਰ ਉੱਜੜ ਨੂੰ ਬਚਾਇਆ, ਕਿੱਧਰ ਨੂੰ ਜਾਂਦੀ ਆ ਗੱਲ? ਮੇਰੇ ਖਿਆਲ ਇਹ ਮਸਲਾ ਹੀ ਨਹੀਂ ਕੋਈ, ਜਦੋਂ ਚੀਜ਼
ਪਬਲਿਕ ਦੇ ਸਾਹਮਣੇ ਗਲਤ ਪੋਰਟਰੇ ਹੋ ਕੇ ਆਉਂਦੀ ਹੈ ਨਾ, ਗਲਤ ਤਰੀਕੇ ਨਾਲ ਆਉਂਦੀ ਹੈ, ਫਿਰ ਤੁਹਾਡੇ ਆਪਸ ਦੇ ਰਿਲੇਸ਼ਨ ਕਿਤੇ ਨਾ ਕਿਤੇ ਦੁੱਖ ਦਾ ਅੰਦਰੋਂ ਦੁੱਖ ਦੀ ਆ ਵੀ ਆ ਗੱਲ ਕਿਉਂ ਹੋਈ ਹੈ। ਸਭ ਤੋਂ ਵੱਡੀ ਗੱਲ ਦੁੱਖ ਦੀ ਵੀ ਚੀਜ਼ ਤਾਂ ਹੈ ਜੇ ਆਪਣੀ ਵਾਈਫ ਹੋਵੇ, ਆਪਣੀ ਭੈਣ ਹੋਵੇ, ਆਪਣਾ ਕੋਈ ਰਿਸ਼ਤੇਦਾਰ ਹੋਵੇ। ਹੁਣ ਸੋਚਣ ਵਾਲੇ ਦੇ ਹੁੰਦੇ ਨੇ ਵੀ ਚਪੇੜਾਂ ਪਤਾ ਨਹੀਂ ਕਿਹੜੀ ਗੱਲੋਂ ਮਾਰ ਕੇ ਘਰ ਟੁੱਟ ਨੂੰ ਬਚਾਇਆ ਵੀ ਉਹ ਕਿਤੇ ਹੋਰ ਕਿਸੇ ਪਾਸੇ ਜਾਂਦੀ ਸੀ। ਸੱਚਾਈ ਆ, ਗੱਲ ਗਲਤ ਨਿਕਲਦੀ ਹੈ ਨਾ। ਉਹ ਸੱਚਾਈ ਇਹ ਸੀ ਵੀ ਸਿੱਖਣ ਵੇਲੇ ਕਿਹੜਾ ਟੀਚਰ ਹੈ ਜਿਹੜਾ ਨਹੀਂ ਬੱਚੇ ਨੂੰ ਕੁੱਟਦਾ। ਆਪਾਂ ਤਾਂ ਉਵੇਂ ਇੱਕ ਥੱਪੜ ਮਾਰਿਆ ਸੀ, ਉਹ ਬਾਅਦ 'ਚੋਂ ਗੱਲ ਆਈ ਵੀ ਰਿਕਾਰਡ ਵੀ ਹੋਇਆ ਗਾਣਾ ਸਿੱਖ ਕੇ, ਉਸ ਥੱਪੜ ਦੀ ਗੱਲ ਸੀ ਉਹ ਹੋਰ ਹੀ ਬਣਾ ਦਿੱਤੀ ਲੇਟ ਗਈ। ਅਦਾਕਾਰੀ ਤੇ ਕਲਾਕਾਰੀ ਦੋਨੋਂ ਅਲੱਗ ਅਲੱਗ ਹੋ ਗਈ। ਦੇਖੋ ਤੁਸੀਂ ਜੇ ਕਲਾਕਾਰ ਤੁਸੀਂ ਬੜੇ ਸੋਹਣੇ ਬਣ ਗਏ ਹੋ, ਪਰ ਜੇ ਅਦਾਕਾਰ ਵੀ ਬਣਦੇ ਤਾਂ ਉਹ ਬੜੇ ਕਮਾਲ ਦੇ ਬਣਦੇ। ਵੇਖੋ ਇਹਦਾ ਜੁੱਥੇ ਜਿੱਧਰ ਨੂੰ ਲਿਜਾਂਦਾ ਉਧਰ ਨੂੰ ਜਾਣਾ ਪੈਂਦਾ, ਜੋ ਕਰਦਾ ਉਹੀ ਕਰਦਾ। ਅੱਜ ਦੇ ਸਮੇਂ 'ਚ ਤੇ ਸਿੰਗਰ ਹੀ ਐਕਟਰ ਬਣੀ ਜਾਂਦੇ। ਹਾਂਜੀ, ਡਰਾਮਾ ਸਾਡੇ ਨਾਲੋਂ ਮੁੰਡੇ ਜਿੰਨੇ ਆ ਸਾਰੇ ਐਕਟਰ ਨੇ ਜਿਹੜੇ ਸਾਡੇ ਨਾਲ ਗਾਣਿਆਂ 'ਚ ਕੰਮ ਕੀਤਾ, ਮੁੰਡਿਆਂ ਨੇ ਸਾਰੇ ਅੱਜ ਕੱਲ੍ਹ ਵਧੀਆ ਫਿਲਮਾਂ ਬਣਾ ਰਹੇ ਆ। ਉਹ ਦੌਰ ਐਸਾ ਸੀਗਾ ਸਾਡਾ ਜੀ, ਉਦੋਂ ਡਰਾਮੇ ਚੱਲਦੇ ਹੁੰਦੇ ਸੀ ਪਿੰਡਾਂ 'ਚ, ਗਾਇਕੀ ਦਾ ਜ਼ਰੀਆ ਹੀ ਇਹ ਸੀ। ਪਿੰਡਾਂ 'ਚ ਕਮਿਊਨਿਸਟੀ ਡਰਾਮੇ ਲੱਗਦੇ ਸੀ, ਵਿੱਚ ਇਹ ਮੁੰਡੇ ਕੁੜੀਆਂ ਵਾਲੇ ਕੱਪੜੇ ਪਾ ਕੇ ਕਿਸਾਨ ਮਜ਼ਦੂਰ ਨੂੰ ਪੇਸ਼ ਕਰਦੇ ਸੀ। ਉਹ ਕਾਮਰੇਡਾਂ ਦਾ ਹੁੰਦਾ ਸੀ ਕਮਿਊਨਿਸਟੀ ਡਰਾਮੇ, ਉਹਨਾਂ 'ਚ ਭਰਤੀ ਸੀਗੇ। ਉਹ ਇਸ਼ਕ 'ਤੇ ਗਾਉਣ ਦਾ ਹੀ ਸੀ ਰੌਲਾ, ਅਤੇ ਵਿੱਚੋਂ ਕਿਤੇ ਨਾ ਕਿਤੇ ਇਹੀ ਸੀਗਾ ਵੀ ਕਿਤੇ ਮੌਕਾ ਮਿਲੋ ਤਾਂ ਗਾਵਾਂਗੇ। ਉਹ ਡਰਾਮੇ 'ਚ ਸਿੱਖਣ ਜਾਂਦਾ ਰਿਹਾ ਮੈਂ, 6 ਕਿਲੋਮੀਟਰ ਤੁਰ ਕੇ ਰੋਜ਼ ਰੋਜ਼ਾਨਾ ਜਾਣਾ ਰੋਜ਼ਾਨਾ ਵਾਪਸ ਪਿੰਡ। ਬਜ਼ੁਰਗ ਸੀਗੇ ਸਾਡੇ ਮਹਾਂਪੁਰਸ਼ ਦਵਿੰਦਰ ਦਿਓਲ ਜੀ ਵਲਟੋਹਾ ਅਤੇ ਸਮੁੰਦ ਸਿੰਘ ਕਵੀ। ਕਿਆ ਬਾਤ ਸੀ ਉਹਨਾਂ ਦੀ ਜੀ, ਮਤਲਬ। ਅਤੇ ਇਹਦੇ ਵਿੱਚ ਨਿਖਿਲਾ ਸਾਹਿਬ, ਮੈਂ ਜ਼ਰਾ ਤੁਹਾਡੀ ਵਾਈਫ ਵੱਲ ਵੀ ਆਉਣਾ ਚਾਹੂੰਗਾ। ਹਾਂਜੀ, ਜ਼ਿੰਦਗੀ 'ਚ ਨਾ ਕਹਿੰਦੇ ਨੇ ਕਿ ਜੇ ਤੁਹਾਡੀ ਧਰਮ ਪਤਨੀ ਜ਼ਿਆਦਾ ਤੁਹਾਡੇ ਸਾਥ ਦੇਣ ਵਾਲੀ ਆ, ਸਪੋਰਟਿਵ ਆ ਨਾ, ਬਿਲਕੁਲ, ਤਾਂ ਮੇਰੇ ਖਿਆਲ ਤੋਂ ਕੋਈ ਵੀ ਇਨਸਾਨ ਦੀ ਤਰੱਕੀ ਬੇਸ਼ੱਕ ਰੁਕ ਜਾਵੇ ਤਾਂ ਰੁਕ ਜਾਵੇ, ਪਰ ਕਦੀ ਵੀ ਕਿਸੇ ਦੀ ਪਰਿਵਾਰਿਕ ਸਪੋਰਟ ਪੱਖੋਂ ਨਹੀਂ ਰੁਕਦੀ ਹੁੰਦੀ, ਬੇਸ਼ੱਕ ਕਾਰਨ ਕੋਈ ਵੀ ਹੋਵੇ, ਬਿਲਕੁਲ, ਕੋਈ ਵੀ ਚੀਜ਼ਾਂ ਬਣ ਜਾਣ। ਪਰ ਤੁਹਾਡੀ ਵਾਈਫ ਦਾ ਬੜਾ ਵੱਡਾ ਯੋਗਦਾਨ, ਬਹੁਤ ਵੱਡਾ ਯੋਗਦਾਨ ਹੁੰਦਾ ਜੀ, ਬਹੁਤ ਵੱਡਾ, ਕਲਾਕਾਰੀ ਦੇ ਖੇਤਰ ਦੇ ਵਿੱਚ, ਬਿਲਕੁਲ। ਮੈਂ ਜ਼ਰੂਰ ਚਾਹੂੰਗਾ ਜ਼ਰਾ ਇਹਦੇ ਬਾਰੇ ਮੈਨੂੰ ਆਪਣੀ ਜ਼ਿੰਦਗੀ ਬਾਰੇ ਥੋੜਾ ਦੱਸੋ। ਹਰ ਜ਼ਿੰਦਗੀ ਦੇ ਵਿੱਚ ਹੀ ਹਰ ਇਨਸਾਨ ਦੇ ਵਿੱਚ ਕਹਿੰਦੇ ਆ ਵੀ ਹੱਥ ਹੁੰਦਾ ਹੈ, ਔਰਤ ਦਾ ਬਹੁਤ ਵੱਡਾ ਇਹ ਮਸਲਾ ਹੈ, ਇਹ ਰਿਸ਼ਤਾ ਹੈ ਮੀਆਂ ਬੀਬੀ ਦਾ, ਇਹਨੂੰ ਕਦੇ ਕੋਈ ਬੁਰੀ ਨਜ਼ਰ ਨਾ ਲੱਗੇ। ਅਤੇ ਮੇਰੇ ਨਾਲ ਤਾਂ ਐਵੇਂ ਕਹਾਂ, ਅੱਜ ਤੱਕ ਜੋ ਮੈਂ ਜੇ ਮੈਂ ਕਹਿਤਾ ਦੇਣਾ ਤਾਂ ਦੇਣਾ, ਜੇ ਕਹਿਤਾ ਰਾਤ ਆ ਤਾਂ ਰਾਤ ਆ। ਸਭ ਤੋਂ ਵੱਡੀ ਸਾਡੀ ਇਹ ਹੈ, ਜੇ ਇਹਨਾਂ ਨੇ ਕੋਈ ਗੱਲ ਕਹਿਤੀ ਆਪਾਂ ਨਹੀਂ ਕਦੇ ਟਾਲੀ ਵੀ ਨਹੀਂ ਆ ਨਹੀਂ ਆ ਕਿਵੇਂ ਹੋ ਗਿਆ, ਇਹ ਹੋਣਾ ਨਹੀਂ ਚਾਹੀਦਾ ਨਾ। ਜਿਹੜਾ ਫੈਸਲਾ ਲੈ ਲਿਆ ਸੋ ਲੈ ਲਿਆ, ਜੇ ਇਹਨੇ ਲੈ ਲਿਆ ਤਾਂ ਕੋਈ ਨਹੀਂ, ਜੇ ਮੈਂ ਫੈਸਲਾ ਲੈ ਲਿਆ ਤਾਂ ਕੋਈ ਨਹੀਂ। ਵੀ ਕਦੇ ਇਹ ਸੁੱਟ ਪਸੁੱਟ ਨਹੀਂ ਹੈਗੀ ਵੀ ਤੂੰ ਆਹ ਗੱਲ ਕੀਤੀ ਤਾਂ ਨਹੀਂ ਹੋਣੀ, ਮੈਂ ਕੀਤੀ ਤਾਂ ਹੋਊਗੀ, ਇਹ ਨਹੀਂ ਹੋਇਆ ਕਦੇ ਵੀ, ਨਾ ਕਦੇ ਇਹੋ ਜਿਹਾ ਦਿਨ ਲਿਆਵੇ ਰੱਬ। ਇਹ ਸਾਡਾ ਤਾਂ ਅੱਜ ਵੀ ਜਿਹੜਾ ਵਿਆਹ ਤੋਂ ਪਹਿਲਾਂ ਸਾਡਾ ਮੁਹੱਬਤ ਸੀ, ਮੁਹੱਬਤ ਸੀ, ਅੱਜ ਵੀ ਉਵੇਂ ਹੀ ਆ। ਅਸੀਂ ਅੱਜ ਵੀ ਯਾਰਾਂ ਵਾਂਗੂ ਹੀ ਰਹਿੰਦੇ ਹਾਂ, ਬੱਚੇ ਸਾਡੇ ਜਿਹੜੇ ਹੋਏ ਆ, ਬਸ ਸਾਡੀ ਯਾਰੀ ਦੋਸਤੀ ਉਵੇਂ ਹੀ ਆ। ਇੱਕ ਚੀਜ਼ ਨਿਕਿਲਾ ਸਾਹਿਬ, ਸਾਡੀ ਜ਼ਿੰਦਗੀ 'ਚ ਨਾ ਹੁੰਦੀ ਹੈ ਇਹ ਬਾਈ ਨੇਚਰ ਹੁੰਦੀ ਹੈ ਜੀ। ਹਾਂਜੀ ਹਾਂਜੀ, ਮੇਰੇ ਸਵਾਲ ਨੂੰ ਗਲਤ ਨਾ ਸਮਝੇ, ਮੈਂ ਜਾਣਨਾ ਚਾਹੁੰਦਾ ਹਾਂ ਆਪਣੀ ਨੌਲੇਜ ਦੇ ਵਾਸਤੇ, ਕਿ ਜਿਹੜਾ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਪਹਿਲਾ ਇਨਸਾਨ ਆਉਂਦਾ ਆ, ਹੈਨਾ, ਜਿਵੇਂ ਥੋੜਾ ਪਹਿਲਾ ਇਸ਼ਕ, ਥੋੜੀ ਫਰਸਟ ਵਾਈਫ, ਹੈਨਾ, ਹਾਂਜੀ ਹਾਂਜੀ, ਉਹ ਆਏ ਸੀਗੇ, ਉਸ ਤੋਂ ਬਾਅਦ ਚਲੋ ਜੋ ਵੀ ਕੰਸੀਕੁਐਂਸ ਜੋ ਵੀ ਚੀਜ਼ਾਂ ਹੋਈਆਂ, ਉਸ ਤੋਂ ਬਾਅਦ ਤੁਸੀਂ, ਹੈਨਾ, ਵਿਆਹ ਹੋਇਆ, ਅਣਕਿਤੇ ਸਭ ਉਹ ਸਮਾਂ ਯਾਦ ਹੁੰਦਾ ਆ, ਪਹਿਲਾ ਪਿਆਰ ਕਹਿੰਦੇ ਨੇ ਕਿ ਜ਼ਿੰਦਗੀ 'ਚ ਇਨਸਾਨ ਭੁੱਲ ਨਹੀਂ ਪਾਉਂਦਾ। ਨਹੀਂ ਨਹੀਂ ਆਉਂਦਾ, ਪਰ ਮੇਰਾ ਕੋਈ ਸਿਸਟਮ ਹੀ ਵੱਖਰਾ ਸੀਗਾ। ਮੇਰੀ ਜਿਹੜੀ ਵੱਡੀ ਵਾਈਫ ਸੀਗੀ, ਇਹਨਾਂ ਦੋਵਾਂ ਦਾ ਇੰਨਾ ਕੁ ਪਿਆਰ ਸੀਗਾ, ਅੱਜ ਉਹ ਇਸ ਦੁਨੀਆਂ 'ਤੇ ਨਹੀਂ ਆ, ਅਟੈਕ ਆ ਗਿਆ ਸੀ ਉਹਨਾਂ ਨੂੰ। 14 ਸਾਲ 'ਤੇ ਸੀ ਇੱਕੋ ਹੀ ਰਸੋਈ ਰਹੀ ਸਾਡੀ,
ਇੱਕ ਥਾਂ 'ਤੇ ਰੋਟੀ ਪੱਕੀ ਦੀ ਨਹੀਂ ਆ, ਮੂੰਹ 'ਤੇ ਬੈਠੀ ਆ। ਅਸੀਂ ਕੰਮ 'ਤੇ ਗਏ ਪਰ ਉਹਨੇ ਉਹਨੂੰ ਰੋਟੀ ਬਣਾ ਕੇ ਰੱਖਣੀ ਸੀ, ਸਾਰਿਆਂ ਨੇ ਬਹਿ ਕੇ ਇਕੱਠਿਆਂ ਖਾਣੀ ਆ। ਬੱਚੇ ਆ ਦੋ ਉਹਦੇ ਕੋਲ ਹੁੰਦੇ ਸੀ, ਜੇ ਕਿਤੇ ਉਹਨੇ ਜਾਣਾ ਰਿਸ਼ਤੇਦਾਰ ਉਹਨੇ ਬੱਚੇ ਲੈ ਜਾਣੇ, ਸਾਨੂੰ ਕੋਈ ਵਾਸਤਾ ਨਹੀਂ ਹੁੰਦਾ ਵੀ ਅਸੀਂ ਸਾਡੇ ਬੱਚੇ ਕਿੱਥੇ ਆ, ਉਹ ਪੁੱਛ ਲਓ। ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਅਤੇ ਨਾ ਕਦੇ ਲੜੀਆਂ 14 ਸਾਲਾਂ 'ਚ 15 ਸਾਲ ਰਹੇ, ਨਾ ਕਦੇ ਕਲੇਸ਼ ਕੀਤੀ ਹੈ ਕੋਈ ਵੀ ਆਹ ਤੂੰ ਲੈ ਲਿਆ ਮੈਂ ਨਹੀਂ ਨਾ। ਮੇਰੇ ਨਾਲ ਜੇ ਕਿਤੇ ਵੱਡੀ ਦਾ ਜਿਹੜਾ ਸੀ, ਜੇ ਕਿਤੇ ਇਹਨੂੰ ਮੈਂ ਕੁਛ ਉਹਨੂੰ ਲੱਗਦਾ ਸੀ ਤਾਂ ਮੇਰੀ ਗੱਲ ਪੈ ਜਾਂਦੀ ਸੀ ਕਿ ਤੁਸੀਂ ਗਲਤ ਹੋ। ਇਹਨਾਂ ਤੋਂ ਬਾਬਾ ਉਹਨਾਂ ਕਦੀ ਉਹ ਸੌਂਕਣਾ ਵਾਲਾ ਮਸਲਾ ਨਹੀਂ ਸਾਡੇ 'ਚ ਰਿਹਾ ਸੀ। ਮੂੰਹ 'ਤੇ ਆ ਇੱਕ ਤਾਂ ਹੁੰਦਾ ਵੀ ਪਿੱਠ ਪਿੱਛੇ ਗੱਲ ਕਰਨੀ, ਇੱਕੋ ਹੀ ਘਰ ਇੱਕੋ ਰਸੋਈ, ਬਾਅਦ 'ਚ ਖੁਸ਼ੀ ਨਾਲ ਦੋ ਕੋਠੀਆਂ ਬਣਾਈਆਂ ਸੀ ਆਪਦੇ 'ਚ ਰਾਏ ਨਾਲ, ਜਾਣੀ ਕੋਈ ਲੜਾਈ ਕਲੇਸ਼ ਤੋਂ ਨਹੀਂ। ਇਸ ਕਰਕੇ ਆਪਾਂ ਕਹਿੰਦੇ ਵੀ ਸਾਡਾ ਮਸਲਾ ਦੁਨੀਆਂ ਨਾਲੋਂ ਵੱਖਰਾ ਸੀ। ਐਂਡ ਗੁਲਸ਼ਨ ਜੀ, ਜਦੋਂ ਵੀ ਕਿਤੇ ਫੀਮੇਲ ਗਾਉਂਦੀ ਆ ਨਾ, ਔਰਤ ਗਾਉਂਦੀ ਆ, ਸਭ ਤੋਂ ਵੱਡੀ ਗੱਲ ਜਦੋਂ ਜੋੜੀ 'ਚ ਗਾਉਂਦੀ ਆ, ਪਿੰਡਾਂ 'ਚ ਜਦੋਂ ਅਖਾੜੇ ਲੱਗਦੇ ਹੁੰਦੇ ਆ, ਹੈ ਨਾ, ਕਦੀ ਕਦੀ ਨਾ, ਮਤਲਬ ਕਿ ਅੱਜ ਦੇ ਸਮੇਂ ਵਿੱਚ, ਮੇਰੇ ਖਿਆਲ ਤੋਂ ਪੁਰਾਣੇ ਸਮੇਂ ਵਿੱਚ ਵੀ ਇੱਦਾਂ ਹੁੰਦਾ ਹੋਏਗਾ, ਕਿਉਂਕਿ ਅਸੀਂ ਫਿਲਮਾਂ 'ਚ ਦੇਖਦੇ ਹਾਂ, ਜਿਵੇਂ ਫੀਮੇਲ ਜਾਂ ਜੋੜੀ ਨੂੰ, ਔਰਤ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ, ਹੈ ਨਾ, ਜ਼ਿਆਦਾ ਤਰਜੀਹ। ਤੁਸੀਂ ਇਹ ਚੀਜ਼ ਕਦੀ ਫੀਲ ਕੀਤੀ ਹੈ ਕਿ ਜਦੋਂ ਤੁਸੀਂ, ਮੈਂ ਸਪੈਸ਼ਲ ਉਸ ਟਾਈਮ ਪੁੱਛਣਾ ਚਾਹੂੰਗਾ ਜਦੋਂ ਇਹ 2 ਮਹੀਨੇ ਜੇਲ੍ਹ 'ਚ ਸੀਗੇ ਅਤੇ ਤੁਸੀਂ 12 ਅਖਾੜੇ ਇਕੱਲੇ ਨੇ ਲਾਇਆ, ਫੇਸ ਕੀਤਾ ਲੋਕਾਂ, ਹੈ ਨਾ, ਤੁਸੀਂ ਉਹ ਲੋਕਾਂ ਨੂੰ, ਉਹ ਲੋਕਾਂ ਦੀਆਂ ਅੱਖਾਂ ਨੂੰ, ਉਹ ਲੋਕਾਂ ਦੀਆਂ ਚੀਜ਼ਾਂ ਨੂੰ, ਨਿਗਾਹ ਨੂੰ ਫੇਸ ਕੀਤਾ ਆ, ਤਾਂ ਤੁਸੀਂ, ਮੈਂ ਉਹ ਦੌਰ ਨੂੰ ਜਾਣਨਾ ਚਾਹੂੰਗਾ ਕਿ ਜਦੋਂ ਵੀ ਸਾਡੇ ਨਾਲ ਨਾ ਬੜੀਆਂ ਚੀਜ਼ਾਂ, ਬੇਇੱਜ਼ਤੀ ਇੱਕ ਸ਼ਬਦ ਜੁੜ ਜਾਂਦਾ ਕਿ ਜਿਹਦਾ ਆਦਮੀ ਅੰਦਰ ਹੋਵੇ ਤਾਂ ਔਰਤ ਗਾਰੀ ਹੋਵੇ, ਉਸ ਸਮੇਂ 'ਚ ਲੋਕਾਂ ਦੀ ਅੱਖ ਕੀ ਹੁੰਦੀ, ਕਿਸੇ ਨੇ ਕੋਈ ਚੋਟ ਲਾਈ ਹੋਵੇ, ਚੋਟ ਲਾਈ ਹੋਵੇ, ਉਹ ਮੇਰੇ ਖਿਆਲ ਤੋਂ ਔਰਤ ਇਕੱਲਾ ਆਪ ਫੀਲ ਕਰ ਸਕਦੀ ਹੈ ਜੀ। ਬਟ ਮੈਂ ਬਹੁਤ ਲੱਕੀ ਮੰਨਦੀ ਹਾਂ ਆਪਣੇ ਆਪ ਨੂੰ, ਕਿ ਜਦੋਂ ਅਣਖੀਲਾ ਸਾਹਿਬ ਮੇਰੇ ਨਾਲ ਸੀ ਉਦੋਂ ਲੋਕਾਂ ਨੇ ਮੈਨੂੰ 100% ਇੱਜ਼ਤ ਦਿੱਤੀ, ਜਦੋਂ ਅਣਖੀਲਾ ਸਾਹਿਬ ਮੇਰੇ ਨਾਲ ਨਹੀਂ ਸੀ ਉਦੋਂ 200% ਦਿੱਤੀ। ਬਹੁਤ ਜ਼ਿਆਦਾ ਮਾਣ ਕੀਤਾ ਲੋਕਾਂ, ਕਿਉਂਕਿ ਪਤਾ ਨਹੀਂ ਹੁਣ ਇਹ ਲੋਕਾਂ ਦੀਆਂ ਨਿਗਾਹ 'ਚ ਕੀ ਕਿੱਦਾਂ, ਮੈਨੂੰ ਨਹੀਂ ਪਤਾ, ਬਟ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਸਾਨੂੰ ਇੱਦਾਂ ਦਾ ਕੁਝ ਨਹੀਂ ਫੇਸ ਕਰਨਾ ਪਿਆ ਜਿਹਦੇ 'ਚ ਸਾਡੀ ਬੇਇੱਜ਼ਤੀ ਮਹਿਸੂਸ ਹੋਵੇ। ਸਾਨੂੰ ਕਦੀ ਕਿਸੇ ਨੇ ਗਲਤ ਬੋਲਿਆ? ਬਹੁਤ ਰਿਸਪੈਕਟ ਕੀਤੀ ਹੈ ਸਾਡੇ ਸਰੋਤਿਆਂ ਨੇ। ਮੈਂ ਜਿਨ੍ਹਾਂ ਦੇ ਵੀ 12 ਪ੍ਰੋਗਰਾਮ ਲਾਏ ਨੇ ਉਹ ਵੀ ਸੁਣਦੇ ਹੋਣਗੇ ਇਹ ਇੰਟਰਵਿਊ, ਔਰ ਬਹੁਤ ਸੱਚ ਹੈ, ਬਿਲਕੁਲ ਬਹੁਤ ਇੱਜ਼ਤ ਮਿਲੀ ਇਹਨੂੰ ਇਕੱਲੀ ਨੂੰ। ਦਿੱਲੀ ਕੋਲ ਇੱਕ ਸ਼ੋਅ ਸੀਗਾ ਸਾਡਾ ਕਰਨਾਲ, ਔਰ ਉਹ ਉਹਨਾਂ ਨਾਲ ਸਾਡੇ ਇੱਦਾਂ ਦੇ ਰਿਲੇਸ਼ਨ ਬਣ ਗਏ, ਉਹ ਬਾਪੂ ਜੀ ਵਿਆਹ ਵਾਲੇ ਵੀਰ ਜੀ ਦੇ ਡੈਡੀ ਅੱਜ ਵੀ ਸਾਨੂੰ ਫੋਨ ਕਰਦੇ, ਅੱਜ ਵੀ ਕਾਲ ਕਰਦੇ, ਅੱਜ ਵੀ ਮੈਨੂੰ, ਹੁਣ ਵੀ 2 ਸ਼ੋਅ ਬੁੱਕ ਉਹਨਾਂ ਦੇ, ਬੇਟੀ ਕਹਿੰਦੇ ਨੂੰ, ਅੱਜ ਵੀ ਮੈਨੂੰ ਆਪਣੀ ਬੇਟੀ ਕਹਿੰਦੇ ਨੇ ਉਹ, ਕਿ ਬੇਟਾ ਜੀ ਮੇਰੀ ਧੀ ਕੀ ਕਰਦੀ ਆ, ਮੇਰੇ ਦੋਹਤੇ ਦੋਹਤੀਆਂ ਕੀ ਕਰਦੇ, ਇੱਦਾਂ ਕਹਿ ਕੇ ਬੁਲਾਉਂਦੇ ਆ, ਦੇਖੋ ਤੁਸੀਂ। ਔਰ ਇਸ ਰਿਸਪੈਕਟ ਮੈਂ ਕਦੇ ਨਹੀਂ ਭੁੱਲੂਗੀ, ਔਰ ਉਹ 2 ਮਹੀਨੇ ਜਿਹੜੇ ਉਹ ਵੀ ਮੈਂ ਕਦੇ ਨਹੀਂ ਭੁੱਲੂਗੀ। ਜੇ ਤੁਸੀਂ ਹੁਣੇ ਪੁੱਛਿਆ ਵੀ ਔਰਤ ਦਾ ਕਿੰਨਾ ਕੱਥ ਹੁੰਦਾ, ਜੇ ਇਹ ਕਮਜ਼ੋਰ ਹੁੰਦੀ ਉਹਨਾਂ ਦਿਨਾਂ 'ਚ ਤਾਂ ਸ਼ਾਇਦ ਮੈਂ ਅੰਦਰੇ ਮਰ ਜਾਂਦਾ, ਜੇ ਇਹ ਦਿਲ ਛੱਡ ਜਾਂਦੀ ਜਾਂ ਕਮਜ਼ੋਰ, ਜਾਂ ਇਹ ਸ਼ੇਰਨੀ ਬਣ ਕੇ ਨਾ ਖੜਦੀ। ਸ਼ੇਰਨੀ ਦਾ ਰੁਤਬਾ ਦਿੱਤਾ ਹੋਇਆ ਸੀ ਇਹਨੂੰ ਸਾਰਿਆਂ ਨੇ, ਸਾਡੇ ਜਿਹੜੇ ਜੇਲਰ ਸੀਗੇ ਜੇਲ੍ਹ ਦੇ ਸੁਪਰਡੈਂਟ, ਉਹ ਵੀ ਕਹਿੰਦੇ ਜਿੰਨੇ ਵੀ ਦੋਸਤ ਜਿੰਨਾ ਜਾਂ ਮੇਰੇ ਜਿੰਨੇ ਦੋਸਤ ਸਾਰੇ ਸ਼ੇਰਨੀ ਕਹਿੰਦੇ, ਤੀਜੇ ਦਿਨ ਜੇਲ੍ਹ 'ਚ ਮੁਲਾਕਾਤ ਕਰਨੀ, ਹਰ ਚੀਜ਼ ਮੇਰੇ ਕੋਲ ਵਾਧੂ ਰੱਖਣੀ, ਮੈਨੂੰ ਵੀ ਹੌਸਲਾ ਦੇਣਾ ਹੈ, ਬਾਹਰ ਵੀ ਸਾਂਭਣਾ ਸਿਸਟਮ ਸਾਰਾ। ਫਿਰ ਉਹ ਜਿੱਥੇ ਸ਼ੋਅ ਸੀ ਆਪਣਾ, ਉਸ ਪਿੰਡ ਗਈ ਬੰਦਿਆਂ ਨੂੰ ਜਾ ਕੇ, ਉੱਥੋਂ 40 ਬੰਦੇ ਨਾਲ ਆਏ ਉਸ ਪਿੰਡ ਦੇ, ਰਾਣੀਪੁਰ ਪਿੰਡ ਆ ਫਗਵਾੜੇ ਦੇ ਨਾਲ ਹੀ, 40 ਬੰਦੇ ਆਏ ਗਵਾਹੀ ਦੇਣ ਵਾਸਤੇ ਵੀ ਜਿਹੜੇ ਦਿਨ ਤਾਂ ਤੁਸੀਂ ਇਹਨਾਂ 'ਤੇ ਇਲਜ਼ਾਮ ਲਾਈ ਬੈਠੇ ਤਾਂ ਸਾਡੇ ਕੋਲ ਸੀ, ਹੁਣ ਤੁਸੀਂ ਬੈਠੇ ਇੱਥੇ ਹੋ, ਉੱਥੇ ਚੰਡੀਗੜ੍ਹ ਕੋਈ ਪਰਚਾ ਹੁੰਦਾ ਤੁਹਾਨੂੰ ਇੱਥੇ ਬੈਠਿਆਂ ਨੂੰ ਵਿੱਚ ਪਾ ਦਿੰਦੇ, ਫਿਰ ਅਸੀਂ ਤਾਂ ਗਵਾਹੀ ਦੇਵਾਂਗੇ ਜਾ ਕੇ, ਇਹ ਤਾਂ ਬਾਈ ਸਾਡੇ ਕੋਲ ਬੈਠੇ ਸੀ। ਬਟ ਚਲੋ ਮਾੜਾ ਸਮਾਂ ਸੀ, ਨਿਕਲ ਮਾੜਾ ਸੀ, ਪਰ ਸਾਨੂੰ ਜਿੰਨੇ ਵੀ ਸਾਡੀ ਹੈਲਪ ਕੀਤੀ ਅਸੀਂ ਦਿਲ ਤੋਂ ਧੰਨਵਾਦ ਕਰਦੇ, ਧੰਨਵਾਦ ਅੱਜ ਵੀ ਨਹੀਂ ਭੁੱਲਦੇ, ਬਹੁਤ ਇੱਜ਼ਤ ਮਿਲੀ ਆ ਲੋਕਾਂ ਵੱਲੋਂ ਵੀ।
ਅੱਜ ਦੇ ਸਮੇਂ ਚ ਨਾ ਮਤਲਬ ਕਿ ਇੱਕ ਨਾ ਡਰ ਹੈਗਾ ਅਣਖੀਲਾ ਸਾਹਿਬ ਕਲਾਕਾਰ ਹੈਗਾ ਜੀ ਹੈਗਾ ਕਲਾਕਾਰ ਬਿਲਕੁਲ ਹੈਗਾ ਜਿੰਨਾ ਕਲਾਕਾਰ ਤਰੱਕੀ ਕਰਦਾ ਜਾਂਦਾ ਜਿੰਨਾ ਪੈਸਾ ਕਮਾਉਂਦਾ ਜਾਂਦਾ ਅੱਖਾਂ ਸਾਹਮਣੇ ਉਹਨਾਂ ਹੀ ਉਹ ਉਹ ਡਰ ਉਹਦੇ ਅੰਦਰ ਵੱਧਦਾ ਜਾਂਦਾ ਉਹ ਵੱਧਦਾ ਤਾਂ ਵੀ ਜਾਂਦਾ ਕਿ ਦਿਨ ਬ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਹੋ ਹੀ ਜਾਂਦਾ ਜੀ ਹੋ ਹੀ ਜਾਂਦਾ ਹੁਣ ਰੀਸੈਂਟਲੀ ਚਲੋ ਮੈਂ ਇਹ ਗੱਲ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਤੁਸੀਂ ਵੀ ਕਲਾਕਾਰ ਹੋ ਮੇਰਾ ਮਕਸਦ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਮੈਂ ਤੁਹਾਡੇ ਨਾਲ ਕੁਛ ਵੀ ਦੂਸਰੀ ਗੱਲ ਕਰਕੇ ਤੁਹਾਡਾ ਵਿਚਾਰ ਲਵਾਂ ਮੈਨੂੰ ਹੁਣ ਇਹ ਗੱਲ ਮਹਿਸੂਸ ਹੋਈ ਹੈ ਕਿਉਂਕਿ ਤੁਸੀਂ ਤਾਂ ਉਸ ਸਮਾਂ ਦੇਖਿਆ ਹੈ ਤਾਂ ਹੀ ਮੈਂ ਤੁਹਾਡੇ ਨਾਲ ਕੰਫਰਟੇਬਲ ਫੀਲ ਕਰ ਰਿਹਾ ਹੁਣ ਰੀਸੈਂਟਲੀ ਮੈਂ ਆ ਰਿਹਾ ਸੀਗਾ ਕੱਲ ਜਿਵੇਂ ਆਪਣੀ ਗੱਲ ਹੋਈ ਤਾਂ ਪਤਾ ਲੱਗਿਆ ਕਿ ਸਲਮਾਨ ਖਾਨ ਦੇ ਘਰੇ ਗੋਲੀਆਂ ਚੱਲ ਗਈਆਂ ਪਿਛਲੇ ਸਮੇਂ ਤੋਂ ਸਾਡਾ ਕੰਮ ਨਿਊਜ਼ ਦਾ ਆ ਅਸੀਂ ਖਬਰਾਂ ਦੇ ਵਿੱਚ ਆਲੇ ਦੁਆਲੇ ਰਹਿੰਦੇ ਹਾਂ ਬਹੁਤ ਮਾੜਾ ਤਾਂ ਇਹ ਸਮੇਂ ਨੂੰ ਅਣਖੀਲਾ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਲੱਗਦਾ ਕਿ ਜੇ ਇਹ ਸਮਾਂ ਇੱਥੇ ਨਾ ਰੁਕਿਆ ਤਾਂ ਆਉਣ ਵਾਲਾ ਸਮਾਂ ਹੋਰ ਵੱਡਾ ਮਾੜਾ ਹੋਏਗਾ ਪੰਜਾਬ ਵਾਸਤੇ ਜਾਂ ਸਹੀ ਹੋਏਗਾ ਆਉਣ ਵਾਲੇ ਟਾਈਮ ਚ ਕੁਛ ਇਸ ਤੋਂ ਮਾੜਾ ਕੀ ਦੇਖੋ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਮਿਲ ਤੇ ਉਸ ਵਾਹਿਗੁਰੂ ਅੱਗੇ ਦੁਆ ਹੈ ਉਸ ਰੱਬ ਅੱਗੇ ਅਰਦਾਸ ਆ ਕਿ ਦਾਤਾ ਬੁਰੀਆਂ ਨਜ਼ਰਾਂ ਤੋਂ ਬਚਾ ਪੰਜਾਬ ਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਇੱਕ ਦੂਜੇ ਨੂੰ ਵੇਖ ਜਰਨ ਕੋਈ ਕਿਸੇ ਨੂੰ ਖਾਂਦਾ ਵੇਖ ਕੇ ਜਰੇ ਕੋਈ ਕਿਸੇ ਦਾ ਮਾੜਾ ਨਾ ਕਰੇ ਨਾ ਕਿਸੇ ਨਾਲ ਮਾੜਾ ਹੋਵੇ ਐਡਾ ਵੱਡਾ ਅਨਮੋਲ ਹੀਰਾ ਚਲ ਗਿਆ ਦੁਨੀਆ ਤੋਂ ਐਡੀਆਂ ਐਡੀਆਂ ਮਹਿੰਗੀਆਂ ਚੀਜ਼ਾਂ ਪੰਜਾਬ ਦੀਆਂ ਜਿਹੜੀਆਂ ਉਹ ਗੁੰਮ ਗਈਆਂ ਨੇ ਗੁਆਚ ਗਈਆਂ ਨੇ ਇੱਕ ਉਹ ਹਾਸਦੇ ਦਾ ਸ਼ਿਕਾਰ ਹੋ ਗਈਆਂ ਨਹੀਂ ਹੋਣਾ ਚਾਹੀਦਾ ਯਾਰ ਬੰਦਾ ਇਹ ਜੀਵਨ ਬੜੇ ਬੜੀਆਂ ਮੁਸ਼ਕਲਾਂ ਨਾਲ ਮਿਲਦਾ ਹੈ ਅਤੇ ਸੈਂਕੜੇ ਜਨਮ ਹੰਢਾ ਕੇ ਫਿਰ ਇਨਸਾਨ ਬਣਦਾ ਬੰਦਾ ਇੱਕ ਭੰਗ ਦੇ ਭਾਣੇ ਇਨਸਾਨ ਨੇ ਚਲੇ ਜਾਣਾ ਯਾਰ ਉਹਨੂੰ ਉਹਦਾ ਕਸੂਰ ਵੀ ਨਹੀਂ ਦੱਸਣਾ ਅਤੇ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਆਪਾਂ ਤਾਂ ਇਹੀ ਕਹਿੰਦੇ ਹਾਂ ਨਹੀਂ ਹੋਣਾ ਚਾਹੀਦਾ ਬਹੁਤ ਮਾੜਾ ਸਮਾਂ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਕਿ ਮੇਰੇ ਖਿਆਲ ਤਾਂ ਪੂਰਾ ਪੰਜਾਬ ਆਈ ਥਿੰਕ ਇਹ ਚੀਜ਼ ਫੀਲ ਕਰਦਾ ਅੱਜ ਦੇ ਸਮੇਂ 'ਚ ਜਦੋਂ ਤਾਂ ਨਿੱਕਾ ਸਿੱਧੂ ਆਇਆ ਮਾਤਾ ਚਰਨ ਕੌਰ ਜੀ ਨੇ ਹੈ ਨਾ ਜਿਹੜੇ ਪੁੱਤ ਨੂੰ ਜਨਮ ਦਿੱਤਾ ਸਾਰੇ ਕਹਿੰਦੇ ਕਿ ਸਿੱਧੂ ਮੂਸੇਵਾਲਾ ਦੁਬਾਰਾ ਆਇਆ ਤਾਂ ਤੁਸੀਂ ਚੀਜ਼ ਫੀਲ ਕਰਦੇ ਹੋ ਕਿਤੇ ਨਾ ਕਿਤੇ ਸਿੱਧੂ ਉਹਨੂੰ ਦੇਖ ਕੇ ਏਦਾਂ ਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਉਹ ਹੀਰਾ ਉਹ ਉਹ ਪੁੱਤ ਵਾਪਸ ਆ ਗਿਆ ਆ ਗਿਆ ਤੁਸੀਂ ਚੀਜ਼ ਫੀਲ ਕਰ ਰਹੇ ਹੋ ਕਿਉਂਕਿ ਇਹ ਬੜੀ ਜੁੜ ਰਹੀ ਹੈ ਚੀਜ਼ ਨਹੀਂ ਕਰ ਰਹੀ ਮੈਨੂੰ ਤਾਂ ਯਕੀਨ ਹੈ ਕਿ ਉਹ ਸਿੱਧੂ ਵਾਪਸ ਆ ਗਿਆ ਕਿਉਂਕਿ ਇਸ ਉਮਰ ਦੇ ਵਿੱਚ ਨਾ ਪੰਜਾਬ 'ਚ ਆਈ ਥਿੰਕ ਚਲੋ ਦੁਨੀਆ 'ਚ ਹੋਈਆਂ ਹੋਣਗੀਆਂ ਚੀਜ਼ਾਂ ਇਦਾਂ ਦੀਆਂ ਇਸ ਉਮਰ 'ਚ ਜਨਮ ਦਿੱਤਾ ਹਾਂ ਹੋਇਆ ਬੜੀ ਬੜੀ ਬਰੀ ਹੋਇਆ ਬਹੁਤ ਪਰ ਪੰਜਾਬ 'ਚ ਚੀਜ਼ ਬੜੀ ਅਲੱਗ ਹੋਈ ਹੈ ਚਲੇ ਅਲੱਗ ਹੋ ਕੇ ਇਦਾਂ ਲੱਗ ਰਹੀ ਹੈ ਕਿ ਇੱਕ ਗਾਇਕ ਐਸਾ ਸਾਡੇ ਹੱਥੋਂ ਗਿਆ ਜਿਹੜਾ ਕਿ ਪੂਰੇ ਪੰਜਾਬ ਨੂੰ ਬੜਾ ਵੱਡਾ ਰੀਪ੍ਰੈਜ਼ੈਂਟ ਕਰ ਰਿਹਾ ਸੀਗਾ ਵਰਲਡ ਵਾਈਡ ਤੇ ਸਿੱਧੂ ਨੂੰ ਵਾਪਸ ਕਰ ਦੋ ਰੱਬ ਜੀ ਇਹ ਆਮ ਹੀ ਗੱਲ ਕਰਦੀ ਹੁੰਦੀ ਜੀ ਕਿਤੇ ਸਾਰਾ ਕੁਛ ਵੇਚ ਕੇ ਕੋਈ ਬੰਦਾ ਆ ਕੇ ਆਖੇ ਵੀ ਆਪਣਾ ਆਪ ਵੇਚ ਦੋ ਘਰ ਵੇਚ ਦੋ ਗੱਡੀਆਂ ਵੇਚ ਦੋ ਸਿੱਧੂ ਵਾਪਸ ਕਰ ਦਿੰਦੇ ਕਹਿੰਦੀ ਮੈਂ ਤਾਂ ਮਿੰਟ ਹੁਣ ਲੋਕ ਇਹ ਵੀ ਕਹਿਣਗੇ ਵੀ ਲਓ ਜੀ ਫੇਮ ਮਰਿਆ ਇਹ ਸੱਚੀ ਗੱਲ ਹੈ ਕਿ ਪਰਮਾਤਮਾ ਦੀ ਕਸਮ ਮੈਂ ਵੈਸੇ ਮੁਸਲਮਾਨਾਂ ਦੀ ਬੇਟੀ ਹਾਂ ਅਸੀਂ ਹਰੇਕ ਧਰਮ ਨੂੰ ਮੰਨਦੇ ਹਾਂ ਮੈਨੂੰ ਉਸ ਵਾਹਿਗੁਰੂ ਦੀ ਉਸ ਅੱਲਾਹ ਤਾਲਾ ਦੀ ਮਹਾਮਾਈ ਦੀ ਅੱਜ ਮੇਰਾ ਫਾਸਟ ਰੱਖਿਆ ਹੋਇਆ ਨਰਾਤਾ ਰੱਖਿਆ ਹੋਇਆ ਮਹਾਮਾਈ ਦੀ ਕਸਮ ਇਹ ਗੱਲ ਬਿਲਕੁਲ ਸੱਚ ਹੈ ਕਿ ਮੈਂ ਰੋਂਦੀ ਵੀ ਹੁੰਦੀ ਹਾਂ ਬਾਈ ਦੀ ਫੋਟੋ ਦੇਖ ਕੇ ਮੈਂ ਕਹਿ ਦਿੰਦੀ ਹਾਂ ਵੀ ਜੇ ਕੋਈ ਕਵੇ ਨਾ ਵੀ ਤੇਰੀ ਸਾਰੀ ਦੌਲਤ ਤੇਰੀ ਆਵਾਜ਼ ਵੀ ਵਾਪਸ ਲੈ ਕੇ ਸਿੱਧੂ ਨੂੰ ਵਾਪਸ ਕਰ ਦਾਂਗੇ ਅਤੇ ਮੈਂ ਕਹੂੰਗੀ ਵੀ ਠੀਕ ਆ ਸਿੱਧੂ ਨੂੰ ਵਾਪਸ ਕਰ ਦੇ ਉਹ ਵੀ ਬ੍ਰਦਰ ਜਿੰਨਿਆਂ ਨੂੰ ਮਿਲਿਆ ਸੁਪਨੇ 'ਚ ਜਿੰਨਿਆਂ ਨੂੰ ਸੁਪਨੇ 'ਚ ਮਿਲਿਆ ਮੈਨੂੰ ਇਹਨਾਂ ਨੂੰ ਬੇਬੇ ਨੂੰ ਕਿਸੇ ਨੂੰ ਮਿਲਦਾ ਉਹ ਕਹਿ ਦਿੰਦੇ ਘਰੇ ਜਾਣਾ ਬਾਈ ਮੈਨੂੰ ਜਦੋਂ ਮੈਂ ਬਾਈ ਆ ਜਾ ਕਿੱਧਰ ਫਿਰਦਾ ਬਾਈ ਮੈਂ ਸਵੇਰ ਦਾ ਘਰੋਂ ਆਇਆ ਮੈਂ ਘਰੇ ਜਾਣਾ ਹਰੇਕ ਬੰਦੇ ਨੂੰ ਕਹਿੰਦਾ ਤਾਂ ਮੈਂ ਘਰੇ ਜਾਣਾ ਅਤੇ ਆ ਗਿਆ ਸਾਨੂੰ ਐਂ ਲੱਗਦਾ ਵੀ ਸਿੱਧੂ ਹੀ ਆ ਗਿਆ ਸੱਚੀ ਮੁੱਚੀ ਰੱਬ ਨੇ ਮੋੜਿਆ ਉਹਦੀ ਲੰਮੀ ਉਮਰ ਕਰੇ ਬਾਬਾ ਜੀ
ਹਮੇਸ਼ਾ ਬੇਬੇ ਬਾਪੂ ਨੂੰ ਇੰਨੀ ਤਾਕਤ ਲੱਗਦਾ ਕਿ ਮੈਂ ਤੁਹਾਡੇ ਲਈ ਗੱਲ ਨਾ ਤੁਹਾਡੇ ਲਈ ਗੱਲ ਨੇ ਬੜਾ ਉਹ ਦਿਲ ਨਾ ਹੋਰ ਇਮੋਸ਼ਨਲ ਇਸ ਟਾਈਮ ਕਰਦਾ ਹੈ ਸੱਚ ਹੈ ਕਿ ਜਦੋਂ ਇੱਕ ਗਾਇਕ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਦੌਲਤ ਆਪਣੀ ਸ਼ੋਹਰਤ ਵੇਚ ਦੇਵੇ ਤੇ ਇਹਦੇ ਭੰਨੇ ਇਹ ਕਹਿ ਦੇਵੇ ਕਿ ਬਸ ਉਹ ਸਿੱਧੂ ਨੂੰ ਮੋੜ ਦਿਓ ਮੋੜ ਦਿਓ ਸਿਰਫ ਨਾਲੇ ਤੁਹਾਡੀ ਜ਼ਿੰਦਗੀ 'ਚ ਯੋਗਦਾਨ ਕੀ ਰਿਹਾ ਕਿ ਉਹਨਾਂ ਨੇ ਬਸ ਤੁਹਾਨੂੰ ਬਹੁਤ ਘੱਟ ਮੁਲਾਕਾਤਾਂ ਹੋਈਆਂ ਸਾਡੀਆਂ ਬਟ ਅਟੈਚਮੈਂਟ ਹੁੰਦੀ ਆ ਅਟੈਚਮੈਂਟ ਜਦੋਂ ਨਾ ਮੈਂ ਉਹ ਬੇਬੇ ਬਾਪੂ ਦਾ ਸੀ ਹਾਲ ਦੇਖਿਆ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਅੱਜ ਵਾਹਿਗੁਰੂ ਨੇ ਉਹਨੂੰ ਵਾਪਸ ਮਾੜਾ ਜਿਹਾ ਹਾਸਾ ਆਇਆ ਉਹਨਾਂ ਦੇ ਫੇਸ ਤੇ ਬਹੁਤ ਵਧੀਆ ਗੱਲ ਕਰੇ ਢੋਲਕੀਆਂ ਵਜੇ ਵਜੇ ਖੁਸਰੇ ਨੱਚੇ ਇਹਦੂ ਖੁਸ਼ੀ ਕੀ ਹੋ ਸਕਦੀ ਉਸ ਵੇਲੇ ਵਿੱਚ ਬਹੁਤ ਕੈਮਰੇ ਅੱਗੇ ਅਸੀਂ ਬਹੁਤ ਘੱਟ ਆਏ ਆ ਜਦੋਂ ਅਸੀਂ ਪੱਤਰਕਾਰਾਂ ਨੂੰ ਕਹਿ ਦਿੰਦੇ ਸੀ ਪਲੀਜ਼ ਨਹੀਂ ਮੈਨੂੰ ਬਿਲਕੁਲ ਪਤਾ ਹੈ ਮੈਨੂੰ ਬਿਲਕੁਲ ਪਤਾ ਹੈ ਪਰ ਬੇਬੇ ਬਾਪੂ ਨੂੰ ਇਸ ਗੱਲ ਦਾ ਪਤਾ ਹੈ ਹਫਤੇ 'ਚ ਇੱਕ ਵਾਰੀ ਦੋ ਵਾਰੀ ਅਸੀਂ ਜਾਣਾ ਹੀ ਜਾਣਾ ਬਾਈ ਦੀ ਜਦੋਂ ਡੈਥ ਹੋਈ ਆ ਜਦੋਂ ਬਾਈ ਉੱਥੇ ਸੀਗਾ ਹਲੇ ਸੰਸਕਾਰ ਨਹੀਂ ਸੀ ਹੋਇਆ ਉਦੋਂ ਵੀ ਅਸੀਂ 3 ਦਿਨ ਉੱਥੇ ਹੀ ਰਹੇ ਹਾਂ ਉੱਥੇ ਪੈਂਦੇ ਰਹੇ ਅਸੀਂ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਬੇਬੇ ਬਾਪੂ ਸਾਡਾ ਵੀ ਸਾਰੀ ਦੁਨੀਆ ਹੀ ਪਰ ਅੱਜ ਕੁਛ ਨਾ ਲੱਗਦਾ ਵੀ ਜ਼ਖਮ ਜਿਹੜਾ ਨਾ ਉਹ ਅੱਠ ਬਹੁਤ ਲੋਕਾਂ ਨੇ ਬਹੁਤ ਕੁਛ ਬੋਲਿਆ ਹਨਾ ਕੋਈ ਨਹੀਂ ਕੋਈ ਨਹੀਂ ਐਂ ਹੋ ਜੂਗਾ ਇਹ ਹੋ ਜੂਗਾ ਇਹਨਾਂ ਨੇ ਬੱਚਾ ਨਹੀਂ ਸੀ ਲੈਣਾ ਕਿਉਂ ਨਹੀਂ ਸੀ ਲੈਣਾ ਕਿਉਂ ਨਹੀਂ ਯਾਰ ਜ਼ਿੰਦਗੀ ਦਾ ਜ਼ਰੀਆ ਮਿਲ ਗਿਆ ਕੌਣ ਸੀ ਦੱਸੋ ਉਹਨਾਂ ਦਾ ਉੱਥੇ ਕੌਣ ਹੈ ਕੰਧਾ ਲੈ ਚੱਕ ਜਾਂਦੇ ਇੰਨੀ ਦੌਲਤ ਇੰਨੀ ਜਾਇਦਾਦ ਕਿਹਦੇ ਵਾਸਤੇ ਛੱਡਣੀ ਨਹੀਂ ਜੀ ਨਹੀਂ ਬੜਾ ਰੱਬ ਨੇ ਹਵੇਲੀ ਬਣਾਈ ਸੀ ਹਾਂ ਬੜੇ ਚਾਵਣ 10 ਦਿਨ ਨਹੀਂ ਵਸਣਾ ਮੈਂ ਤਾਂ ਹੀ ਵਾਪਸ ਉਹ ਨਹੀਂ ਆ ਗਿਆ ਉਹ ਨਹੀਂ ਵਸਣਾ ਇੱਥੇ ਉਹ ਪਰਮਾਤਮਾ ਨੇ ਤਾਂ ਹੀ ਵਾਪਸ ਤਾਂ ਹੀ ਵਾਪਸ ਉਹ ਸਾਰੀਆਂ ਰੀਝਾਂ ਬੇਬੇ ਬਾਪੂ ਦੀਆਂ ਪੂਰੀਆਂ ਕਰੂਗਾ ਕਰੂਗਾ ਉਸ ਹਵੇਲੀ 'ਚ ਬਹੂ ਲੈ ਕੇ ਆਊਗਾ ਇਹ ਸਾਡੀ ਦਵਾ ਹੈ ਇਹ ਬਾਬਾ ਜੀ ਉਹਨੂੰ ਵਾਪਸ ਤਾਂ ਤੂੰ ਲੈ ਗਿਆ ਉਹਨੂੰ ਵਾਪਸ ਭੇਜਿਆ ਨਾ ਹੁਣ ਉਹਨਾਂ ਤਿੰਨਾਂ ਦੀ ਇੰਨੀ ਲੰਮੀ ਉਮਰ ਹੋਵੇ ਬਾਈ ਬਿਲਕੁਲ ਬਿਲਕੁਲ ਖੁਸ਼ੀਆਂ ਵੇਖ ਸਕਣ ਸਾਰੇ ਸਾਰੀਆਂ ਰੀਝਾਂ ਪੂਰੀਆਂ ਕਰ ਸਕਣ ਹਾਂਜੀ ਦੇਖੋ ਫਰਮਾਇਸ਼ਾਂ ਤਾਂ ਪਹਿਲਾਂ ਆਪਣੇ ਗਾਣੇ ਇੰਨੇ ਰਿਕਾਰਡ ਹੋਏ ਨੇ ਵੀ ਆਪਦੀਆਂ ਫਰਮਾਇਸ਼ਾਂ ਹੀ ਨਹੀਂ ਮੁੱਕਦੀਆਂ ਆਪਣੇ ਗਾਣੇ ਦੀਆਂ ਫਰਮਾਇਸ਼ਾਂ ਕਰਦੇ ਨੇ ਜੇ ਚਮਕੀਲਾ ਸਾਹਿਬ ਦੇ ਗਾਣੇ ਦੀ ਫਰਮਾਇਸ਼ ਹੁੰਦੀ ਆਪਾਂ ਜ਼ਰੂਰ ਗਾ ਦਿੰਦੇ ਹਾਂ ਸਿੱਧੂ ਸਾਹਿਬ ਦੇ ਗਾਣੇ ਦੀ ਫਰਮਾਇਸ਼ ਹੁੰਦੀ ਹੈ ਤੇ ਮੈਂ ਕਿਹਾ ਪੱਕਾ ਗੱਲ ਹੈ ਕੋਈ ਵੀਰੋ ਤੇ ਸੁਣਾਓ ਜੀ ਸਿੱਧੂ ਸਾਹਿਬ ਦਾ ਗਾਣਾ ਪਹਿਲਾਂ ਉਹਦੀ ਥਾਂ ਤੇ ਉਹੀ ਸੀਗਾ ਮੇਰੇ ਖਿਆਲ ਇਸ ਕਲਾਕਾਰ ਦੀ ਖੇਤਰ ਕੋਈ ਵੀ ਨੀ ਕਿਸੇ ਵਰਗਾ ਗਾ ਸਕਦਾ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਕਿ ਬਾਈ ਜਿਉਂਦੇ ਜੀ ਸਾਨੂੰ ਬਹੁਤ ਪਿਆਰ ਕਰਦਾ ਸੀ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ ਥੋੜੀਆਂ ਹੋਈਆਂ ਬਾਲੀਆਂ ਹੋਈਆਂ ਕਿ ਵਾਹਿਗੁਰੂ ਜਾਣਦਾ ਕਿ ਉਹਨਾਂ ਨੇ ਇੰਨੀ ਕੁ ਰਿਸਪੈਕਟ ਦਿੱਤੀ ਸਾਨੂੰ ਇੱਕ ਬਹੁਤ ਜ਼ਰੂਰੀ ਗੱਲ ਹੈ ਵੀ ਕਈ ਵਾਰੀ ਸਾਨੂੰ ਨਹੀਂ ਸੀ ਪਤਾ ਹੁੰਦਾ ਇੱਦਾਂ ਵੀ ਅਸੀਂ ਫੋਨ ਕਰਕੇ ਬਾਈ ਅਸੀਂ ਕੱਲ੍ਹ ਨੂੰ ਆਉਣਾ ਸੀ ਇਹ ਕਦੇ ਨਹੀਂ ਕਿਹਾ ਅਸੀਂ ਕਹਿਣਾ ਬਾਈ ਅਸੀਂ ਆ ਰਹੇ ਹਾਂ ਉਹਨਾਂ ਨੇ ਕਦੇ ਨਹੀਂ ਸੀ ਕਿਹਾ ਵੀ ਕੱਲ੍ਹ ਨੂੰ ਆਇਓ ਪਰਸੋਂ ਉਹਨਾਂ ਨੇ ਕਹਿਣਾ ਆ ਜਾਓ ਔਰ ਅਸੀਂ ਜਾ ਕੇ ਦੇਖਣਾ ਕਿ ਗੱਡੀਆਂ ਸਟਾਰਟ ਖੜੀਆਂ ਬਾਈ ਬਿਲਕੁਲ ਰੈਡੀ ਆ ਬਾਈ ਚੰਡੀਗੜ੍ਹ ਚੱਲੇ ਆ ਅਸੀਂ ਜਾਣਾ ਉਹਨਾਂ ਨੇ ਕਹਿਣਾ ਵੀ ਗੱਡੀਆਂ ਬੰਦ ਕਰਕੇ ਆਓ ਆ ਜਾਓ ਬੈਠੇ ਆ ਆ ਜਾਓ ਬਾਈ ਬੈਠੋ ਗਾਣੇ ਸੁਣਨੇ ਕੋਈ ਵਾਰੀ ਹੁਣ ਇਦਾਂ ਬੈਠੇ ਮੈਂ ਕਹਿਣਾ ਚੱਲੀਏ ਬਾਈ ਨੇ ਜਾਣਾ ਉਹ ਨਹੀਂ ਨਹੀਂ ਭੈਣ ਮੇਰੀ ਕੋਈ ਗੱਲ ਨਹੀਂ ਬੈਠ ਜਾਓ ਔਰ ਉਹ ਭੁੱਲ ਹੀ ਜਾਂਦੇ ਸੀ ਕਿ ਮੈਂ ਜਾਣਾ ਕਿਤੇ ਗਾਣੇ ਗਾਉਣ ਲੱਗ ਜਾਂਦੇ 5 ਘੰਟੇ ਅਸੀਂ ਇਦਾਂ ਬੈ ਕੇ ਉਹਨਾਂ ਨੇ ਗੀਤ ਸੁਣਾਈ ਜਾਣੇ ਸਾਨੂੰ ਆਉਣ ਵਾਲੇ ਗਾਣੇ ਵੀ ਸੁਣਾ ਦੇਣੇ ਵਾਹ ਹਵੇਲੀ ਹੁੰਦੀ ਰਹੀ ਤਾਂ ਉਹ ਗਾਣਾ ਆਇਆ ਨਹੀਂ ਸੀਗਾ ਖਬਰਾਂ ਚਾਉਂਦਾ ਤੇਰਾ ਨਾਂ ਇਹ ਵੀ ਸਾਨੂੰ ਪਹਿਲਾਂ ਹੀ ਸੁਣਾਤਾ ਸੀ ਜਿੰਨੇ ਸੌਂਗ ਹੈ ਜਿਹੜੇ ਤਕਰੀਬਨ ਹੀ ਸਾਨੂੰ ਪਹਿਲਾਂ ਸੁਣਾ ਚੁੱਕੇ ਸੀ ਬਾਈ ਜੀ ਔਰ ਅਸੀਂ ਆਹ ਜਿਹੜੇ ਸੌਂਗ ਹੁਣ ਸਾਡੇ ਆ ਰਹੇ ਨੇ ਜਾਂ ਆਉਣ ਵਾਲੇ ਜਿਹੜੇ ਰਿਕਾਰਡ ਹੋਏ ਪਏ ਸਾਰੇ ਬਾਈ ਨੂੰ ਪਤਾ ਸੀ ਸਾਰੇ ਸੁਣਾਏ ਹੋਏ ਸੀ ਬਾਈ ਨੂੰ ਔਰ ਕਈ ਸੌਂਗ ਇੱਦਾਂ ਦੇ ਹੁੰਦੇ
ਇੱਕ ਮਿੰਟ ਬਾਈ ਬੇਬੇ ਇੱਧਰ ਆਈ, ਮੰਮੀ ਇੱਧਰ ਆਈ, ਬਾਈ ਸੁਣਾਏ ਦੁਬਾਰਾ ਸੁਣਾਇਓ, ਭੈਣੇ ਦੁਬਾਰਾ ਸੁਣਾਇਓ, ਬੇਬੇ ਬਾਪੂ ਨੂੰ ਵੀ ਸੁਣਾਉਣੇ। ਬਹੁਤ ਬਹੁਤ ਪਸੰਦ ਕਰਦਾ ਸੀਗਾ ਬਾਪੂ ਨੂੰ ਆਵਾਜ਼, ਬਾਪੂ ਜੀ ਜਦੋਂ ਵੀ ਅਸੀਂ ਚਲੇ ਜਾਣਾ ਬਾਪੂ ਨੂੰ ਆਵਾਜ਼ ਮਾਰਨੀ, ਬਾਪੂ ਜੀ ਆਜਾ ਤੇਰੀ ਜੋੜੀ ਆ ਗਈ, ਬਾਪੂ ਜੀ ਆਜਾ ਤੇਰੀ ਜੋੜੀ ਆ ਗਈ। ਮੇਰੀ ਇੱਕ ਰਿਕੁਐਸਟ ਹੈ ਤੁਹਾਨੂੰ ਪਲੀਜ਼, ਕਿ ਜਿਹੜਾ ਜੇ ਤੁਸੀਂ 9-11 ਵਾਲਾ ਜਿਹੜਾ ਤੁਹਾਡਾ ਰਿਕਾਰਡ ਹੋਇਆ ਵਾ ਕੋਈ, ਉਹ ਵਾਲਾ ਗਾਣਾ ਮੈਨੂੰ ਸੁਣਾ ਦਿਓ, ਮਾੜਾ ਜਿਹਾ ਲੀਕ ਕਰ ਦਿਓ। ਨਹੀਂ ਉਹ ਨਹੀਂ ਸੁਣਾ ਸਕਦੇ ਆਪਾਂ, ਹਨ ਚਲੋ ਮੇਰੇ ਕੋਲ ਆ ਜਾਣਗੇ, ਹਾਂ ਵੀ ਆਉਣਗੇ ਜਾਂ ਨਹੀਂ ਆਉਣਗੇ, ਕੋਈ ਸ਼ੋਦੀ ਦਾ ਗਾਣਾ ਸੁਣਾ ਦਿਓ, ਕੋਈ ਵੀ ਸੁਣਾ ਦਿਓ, 11 ਚੋਣ ਕੇ ਸੁਣਾਓ, ਕੋਈ ਗੱਲ ਨਹੀਂ, ਫਿਰ ਤੁਹਾਡੀ ਦਿਲੀ ਖੁਸ਼ ਜਿਹੜਾ ਤੁਸੀਂ ਤੁਹਾਡਾ ਲੀਕ ਹੋ ਜਾਂਦਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਔਰ ਭਾਈ ਨੇ ਜਾਣ ਤੋਂ ਬਾਅਦ ਸਾਨੂੰ ਕਿੱਡਾ ਵੱਡਾ ਗਿਫਟ ਦਿੱਤਾ, ਇਹ ਦੇਖੋ ਤੁਸੀਂ, ਕਿ ਮੈਰਿਜ ਐਨਵਰਸਰੀ ਵਾਲੇ ਦਿਨ ਮੈਂ ਬੇਬੇ ਬਾਪੂ ਨੂੰ ਫੋਨ ਕੀਤਾ ਕਿ ਮੈਂ ਕਿਹਾ ਵੀ ਮੰਮਾ ਭਾਣਾ 2 ਮਿੰਟ ਹੀ ਆਓ ਬਾਪੂ ਜੀ ਨੂੰ, ਚਲੋ ਵੀਰਾ ਛੋਟਾ ਤੁਹਾਨੂੰ ਨਹੀਂ ਮੈਂ ਕਹਿੰਦੀ ਪਰ ਬਾਪੂ ਨੂੰ, ਅਤੇ ਬਾਪੂ ਕਹਿੰਦੇ ਮੈਂ ਅੱਧੇ ਘੰਟੇ ਬਾਅਦ ਪੁੱਤ ਫੋਨ ਕਰਦਾ, ਅਤੇ ਬਾਅਦ 'ਚ ਮੈਨੂੰ ਫੋਨ ਕਰਕੇ ਕਹਿੰਦੇ ਹੈਲੋ ਗੁਲਸ਼ਨ ਤੈਨੂੰ ਪਤਾ ਤੈਨੂੰ ਕਿੱਡਾ ਵੱਡਾ ਗਿਫਟ ਮਿਲਣ ਜਾ ਰਿਹਾ, ਮੈਂ ਕਿਹਾ ਵੀ ਤੁਸੀਂ ਆ ਰਹੇ ਹੋ, ਕਹਿੰਦੇ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਆ ਜਾਂਗੇ, ਹੋਰ ਬਹੁਤ ਵੱਡਾ ਗਿਫਟ ਹੈ, ਮੈਂ ਕਿਹਾ ਕੀ ਕਹਿੰਦੇ ਤੇਰੇ ਬਾਈ ਨੇ ਤੁਹਾਡਾ ਨਾਮ ਬੋਲਿਆ, ਫਿਰ ਨਾਮ ਬੋਲਿਆ ਤੁਹਾਡਾ, ਕਹਿੰਦੇ 5 ਵਜੇ ਗਾਣਾ ਰਿਲੀਜ਼ ਹੋ ਰਿਹਾ ਤੁਸੀਂ ਕੇਕ ਕਿੰਨੇ ਵਜੇ ਕੱਟਣਾ, ਮੈਂ ਕਿਹਾ ਅਸੀਂ 7 ਵਜੇ, ਕਹਿੰਦੇ ਦੇਖ ਲਓ ਫਿਰ ਆ ਗਿਆ, ਉਹ ਗੱਲ ਸੱਚ ਹੈ, ਤੁਹਾਡਾ ਗਿਫਟ ਹੀ ਹੈ, ਵਾਹ, ਇਹ ਬਹੁਤ ਵੱਡਾ ਗਿਫਟ ਹੈ, ਗਾਣੇ ਤੇ ਹੋਰ 2-3 ਗਾਣੇ ਦੇ ਨਾਮ ਪਾਇਆ, ਸਭ ਤੋਂ ਵੱਡਾ ਗਿਫਟ ਸ਼ੁਭਦੀਪ ਨੇ ਆਉਣ ਵਾਲੇ ਗਾਣੇ 'ਚ ਵੇਗਾ, ਵਾਹ, ਹਾਂ ਅਜੇ ਇਹ ਨਹੀਂ ਵੀ, ਹਾਂਜੀ ਹਾਂਜੀ ਹੋਰ ਗਾਣੇ ਪਏ ਉਹਨਾਂ 'ਚ ਵੀ ਨਾਮ ਆਪਣਾ ਹੈਗਾ, ਕਿਆ ਬਾਤ ਹੈ, ਇੱਕ ਦੇ ਵਿੱਚ ਗਾਣਾ ਵੀ ਵਜਾਇਆ ਆਪਣਾ, ਵਾਹ, ਹਾਂ ਅਣਗਿਲੇ ਸਾਹਿਬ, ਇਸ ਚੀਜ਼ ਦੇ ਨਾ ਬੜਾ ਉਹਦੀ ਆਪਦੀ ਮੌਜ ਸੀਗੀ, ਕਦੀ ਆਪਾਂ ਇਹ ਨਹੀਂ ਕਿਹਾ ਨਾ ਪਾਉਣਾ, ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਸ ਗਾਣੇ 'ਚ ਸਾਡਾ, ਅਸਲ 'ਚ ਜਦੋਂ ਵੀਰੇ ਦਾ ਗਲਾ ਖਰਾਬ ਹੋਇਆ ਨਾ ਤੇ ਦਵਾਈਆਂ ਲੈ ਕੇ ਅੰਬ ਗਿਆ ਸੀ, ਤੇ ਕਲਾਕਾਰ ਦੀ ਜ਼ਿੰਦਗੀ ਗਾਲਿਆ, ਉਹ ਫਿਰ ਸਾਡੇ ਕੋਲੇ ਗੱਲ ਕੀਤੀ, ਮੈਂ ਚਲੋ ਡਾਕਟਰ ਮਿਲਾਇਆ, ਉਹ ਡਾਕਟਰ ਨੇ ਜੀ 15 ਦਿਨਾਂ 'ਚ ਵੀਰ ਨੂੰ ਠੀਕ ਕਰਤਾ, ਹਾਲਾਂਕਿ ਉਹ ਅੰਬ ਗਿਆ ਸੀ, ਦਵਾਈ ਲੈ ਲਗੇ, ਫਿਰ ਦਵਾਈ ਵੀ ਅਸੀਂ ਆਪ ਹੀ ਫੜਾ ਆਉਂਦੇ ਸੀ, ਪਰਚੀ ਭੇਜ ਦਿੰਦਾ ਸੀ ਬਾਈ ਜੀ ਦਵਾਈ ਮੇਰੀ ਅੱਜ ਦੀ ਰਹਿ ਗਈ ਆ, ਆ ਪਰਚੀ ਭੇਜਤੀ ਦਵਾਈ, ਅਸੀਂ ਆਪ ਫੜਾ ਕੇ ਆਉਂਦੇ, ਭਰੋਸਾ ਸੀ ਨਾ, ਨਹੀਂ ਤਾਂ ਕੌਣ ਕਿਸੇ ਤੋਂ ਦਵਾਈ ਲਿਜਾ ਕਿਸੇ ਤੋਂ ਮੰਗਵਾਉਂਦਾ, ਪਰ ਅਸੀਂ ਵੀ ਦੇ ਕੇ ਆਏ ਇੰਜਨੀਅਰੀ ਦਵਾਈ ਦੇ, ਐਂ ਠੀਕ ਹੋ ਗਿਆ, ਕਹਿਣਾ ਹੁਣ ਤਾਂ ਬਾਈ ਮੈਂ 400 ਵੱਧ ਗਿਆ, ਸ਼ੋਅ ਸੀਗਾ ਮੈਰਿਜ ਦਾ ਸ਼ੋਅ ਸੀ, ਉਧਰੋਂ ਮੰਮਾ ਦਾ ਫੋਨ ਆ ਗਿਆ ਕਿ ਦਵਾਈ ਖਤਮ ਹੋਈ ਪਈ ਹੈ, ਮੈਂ ਕਿਹਾ ਮੰਮਾ ਕੋਈ ਨਾ ਸਲਿੱਪ ਸੈਂਡ ਕਰੋ, ਅਸੀਂ ਦਵਾਈ ਲੈ ਕੇ ਗਏ, ਅਸੀਂ ਸ਼ੋਅ ਤੋਂ ਲੇਟ ਹੋ ਗਏ, ਅਸੀਂ 3:30 ਵਜੇ ਪਹੁੰਚੇ ਸ਼ੋਅ ਤੇ, ਕਿਸੇ ਨੇ ਸਾਨੂੰ ਮੈਡੀਸਨ ਦੇ ਕੇ ਬਾਈ ਨੂੰ ਫੇਰ ਗਏ, ਸਾਨੂੰ ਪੁੱਛਿਆ ਲੇਟ ਹੋ ਗਏ, ਮੈਂ ਕਿਹਾ ਦਵਾਈ ਫੜਾਉਣੀ ਹੈ ਸ਼ੁਭਦੀਪ ਦੀ, ਕਿਸੇ ਨੇ ਸਾਨੂੰ ਕਿਹਾ, ਇਹ ਤਾਂ ਬਹੁਤ ਛੋਟੀ ਗੱਲ ਹੈ, ਕੋਈ ਗੱਲ ਨਹੀਂ, ਉਹਨਾਂ ਨੇ ਸਾਡੇ ਲਈ ਕੀਤਾ, ਮਤਲਬ ਇਹ ਹੈ ਭਰੋਸਾ ਕਿ ਇਹ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ, ਇਹ ਦੇਖੋ ਮੈਨੂੰ ਪਤਾ ਤੁਸੀਂ ਕਿਹੜੀ ਚੀਜ਼ ਵਾਸਤੇ ਬੋਲ ਰਹੇ ਹੋ, ਇਹ ਸਾਡਾ ਮਤਲਬ ਜਾਂ ਲੋਕਾਂ ਦਾ ਮਤਲਬ ਜੋ ਵੀ ਹੋਵੇ, ਪਰ ਇਹ ਤੁਹਾਡੇ ਕੋਲੇ ਬੈਠੇ ਆ ਤਾਂ ਮੈਨੂੰ ਪਤਾ ਕਿ ਤੁਸੀਂ ਆਪਣੀ ਇਮੋਸ਼ਨਸ ਸਾਨੂੰ ਦੱਸ ਰਹੇ ਹੋ, ਤੁਸੀਂ ਆਪਣੀ ਦਿਲ ਦੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਦੁਨੀਆ ਨੂੰ ਕੋਈ ਨਹੀਂ ਜਿੱਤ ਸਕਦਾ ਵੀਰ ਜੀ, ਬਟ ਮੈਂ ਇਹ ਗੱਲ ਕਹਿਣੀ ਆ ਕਿ ਸਿੱਧੂ ਬਾਈ ਨੇ ਜੋ ਸਾਡੇ ਲਈ ਕੀਤਾ ਉਹ ਕੋਈ ਕਿਸੇ ਲਈ ਨਹੀਂ ਕਰਦਾ, ਨਹੀਂ ਕਰਦਾ, ਕੋਈ ਵੀ ਨਹੀਂ ਕਿਸੇ ਲਈ ਕਰਦਾ, ਬਹੁਤ ਸਪੋਰਟ ਕੀਤੀ ਸਾਡੀ, ਠੀਕ ਆ, ਹੁਣ ਦੁਬਾਰਾ ਮੈਂ ਨਹੀਂ ਤਾਂ ਰੋਪੂਗੀ, ਕਿਉਂਕਿ ਅੱਜ ਕੱਲ ਆਪਣੇ ਜ਼ਿਆਦਾ ਹੁੰਦੇ ਨੇ, ਅਸੀਂ ਕੀ ਕਰ ਸਕਦੇ ਸਰ, ਅਸੀਂ ਤੇ ਸਤਿਕਾਰ ਕਰ ਸਕਦੇ ਆ ਨਾ, ਜੋ ਸਾਡੇ ਲਈ ਉਹ ਕਰ ਗਏ ਉਹ ਅਸੀਂ ਨਹੀਂ ਕਰ ਸਕਦੇ ਕਿਸੇ ਲਈ, ਕਿਉਂਕਿ ਨਹੀਂ ਕਰ ਸਕਦੇ, ਉਹੀ ਸੀਗਾ, ਕੋਈ ਵੀ ਸਿੰਗਰ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਇੱਕ ਚੀਜ਼ ਤਾਂ ਮੈਨੂੰ ਤੁਹਾਨੂੰ ਦੋਨੋਂ ਦੇਖ ਕੇ ਯਾਦ ਆ ਰਹੀ ਹੈ ਕਿ ਸਭ ਤੋਂ ਜ਼ਿਆਦਾ ਅਣਖਿਲਾ ਸਾਹਿਬ ਜ਼ਿੰਦਗੀ 'ਚ ਤੁਹਾਡੀ ਮਾੜਾ ਕੀ ਚੀਜ਼ ਹੋਈ ਹੈ ਜਿਹੜੀ ਆਪਣੀ ਜ਼ਿੰਦਗੀ 'ਚ ਇਨਸਾਨ ਦੀ ਜ਼ਿੰਦਗੀ 'ਚ ਜਿਹੜੀ ਉਹਨੂੰ ਧੱਕਾ ਲੱਗਿਆ ਹੋ ਕਿ ਇਸ ਚੀਜ਼ ਨੇ ਬੜਾ ਮੈਨੂੰ ਦੁੱਖ ਪਹੁੰਚਾਇਆ ਜਾਂ ਝੰਜੋੜਿਆ, ਸਭ ਤੋਂ ਵੱਡਾ ਧੱਕਾ ਤੁਹਾਡੀ ਜ਼ਿੰਦਗੀ 'ਚ ਕੀ ਸੀਗਾ, ਤੁਹਾਡੀ ਆਪਣੀ ਕਲਾਕਾਰੀ ਦੇ ਖੇਤਰ 'ਚ ਵੀ ਤੇ ਸਿੱਧੂ ਦਾ ਵੀ, ਚਲੋ ਸਾਰਿਆਂ ਨੂੰ ਸਹੀ ਗਈ ਸੀਗਾ, ਪਰ ਆਪਣੀ ਕਲਾਕਾਰੀ ਦੇ ਖੇਤਰ 'ਚ ਕੋਈ ਰਿਹਾ ਅਣਖਿਲਾ ਸਾਹਿਬ, ਕਿਉਂਕਿ ਕਲਾਕਾਰ ਦੀ ਜ਼ਿੰਦਗੀ 'ਚ ਨਾ ਬੜੇ ਹਿੱਸੇ ਬੜੇ ਹਾਦਸੇ ਏਦਾਂ ਦੇ ਹੁੰਦੇ ਆ, ਬੜੀ ਬੜੀ ਗੱਲ ਬੜੀ ਵਧੀਆ ਕੀਤੀ ਆ ਤੁਸੀਂ, ਵੈਸੇ ਤਾਂ ਹਰੇਕ ਇਨਸਾਨ ਦੀ ਜ਼ਿੰਦਗੀ ਕੁਝ ਗਈ ਹੁੰਦੀਆਂ ਨੇ, ਪਰ ਮੈਨੂੰ ਤਾਂ ਜੇ ਮੇਰੀ ਜ਼ਿੰਦਗੀ 'ਚ ਕੁਛ ਮਾੜਾ ਲੱਗਿਆ ਨਾ, ਉਹੀ ਲੱਗਿਆ ਵੀ ਮੈਂ ਜਿਹਨੂੰ ਵੀ ਆਪਣਾ ਬਣਾਇਆ ਨਾ, ਦਿਲੋਂ ਹੀ ਬਣਾਇਆ,
ਮੈਂ ਕਹਿੰਦਾ ਤੂੰ ਚੀਰ ਕੇ ਵਿਖਾਉਣ ਵਾਲੀ ਚੀਜ਼ ਜੋ ਦਿਖਾ ਦਿਆ ਵੀ ਮੇਰੇ ਮਨ 'ਚ ਕੋਈ ਇਹੋ ਜਿਹਾ ਕਦੇ ਪਾਪ ਨਹੀਂ ਆਇਆ ਵੀ ਆਹ ਬੰਦਾ ਮੇਰੇ ਨਾਲ, ਮੈਨੂੰ ਇਹਦੇ ਤੋਂ ਫਾਇਦਾ ਹੋਣਾ ਚਾਹੀਦਾ, ਇਹਦਾ ਨੁਕਸਾਨ ਹੋ ਜੇ ਤਾਂ ਹੋ ਜੇ, ਇਹ ਕਦੇ ਵੀ ਨਹੀਂ ਸੋਚਿਆ। ਪਰ ਜਦੋਂ ਇੰਨਾ ਭਰੋਸਾ ਕਰਨ ਤੋਂ ਬਾਅਦ ਕੋਈ ਬੰਦਾ ਵਿਖਾਉਂਦਾ ਨਾ ਔਕਾਤ ਆਪਦੀ, ਉਹ ਦੁੱਖ ਲੱਗਦਾ। ਝੰਜੋੜਿਆ ਇਸ ਗੱਲ ਨੇ ਕਿ ਜਿਹੜਾ ਉਹ ਦੌਰ ਆਇਆ ਸੀ ਜਦੋਂ ਅਣਖੀਲਾ ਸਾਹਿਬ ਸਾਡੇ 'ਤੇ ਕੇਸ ਪੈ ਗਿਆ ਸੀ, ਉਦੋਂ ਵੱਡਾ ਤਾਂ ਕੁਛ ਵੀ ਨਹੀਂ ਸੀ, ਕਿਉਂਕਿ ਇੱਕ ਘੰਟਾ ਨਹੀਂ ਸਾਈਡ ਤੇ ਰਹਿਣਾ, ਕਦੇ ਮੈਂ ਆਪਣੇ ਆਪ ਕਦੇ ਸਬਜ਼ੀ ਨਹੀਂ ਸੀ ਖਰੀਦੀ, ਔਰ ਕਚਹਿਰੀਆਂ ਤੇ ਥਾਣਿਆਂ ਦੇ ਧੱਕੇ ਖਾਣੇ ਪਏ। ਬਹੁਤ ਮਾੜਾ ਦੌਰ ਸੀ। ਮੇਰਾ ਬੇਟਾ ਹੁੰਦਾ ਸੀ ਮੇਰੇ ਨਾਲ, ਮੇਰੀ ਮੰਮਾ ਹੁੰਦੀ ਸੀ, ਅਤੇ ਬਸ ਉਹ 2 ਮਹੀਨੇ ਮੈਨੂੰ ਐਂ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਸਾਰੇ ਮੁਲਾਕਾਤ ਦੇ ਖੜੀ ਦੇ ਪੈਰ ਸੁੱਜ ਜਾਂਦੇ ਸੀ ਏਡੇ ਏਡੇ, ਜਦੋਂ ਅਸੀਂ ਆਉਣਾ ਮੁਲਾਕਾਤ ਤੇ ਵੇਖਣਾ ਗਿੱਟੇ ਸੁੱਜੇ ਹੋਣੇ, ਕਦੋਂ ਦੇ ਖੜੇ ਹੋ, 4 ਘੰਟੇ ਹੋ ਗਏ ਖੜਿਆਂ ਨੂੰ, 5 ਘੰਟੇ ਹੋ ਗਏ ਖੜਿਆਂ ਨੂੰ, ਆਹ ਹਾਲਾਤ ਹੰਢਾਏ ਆ। ਔਰ ਉਸ ਤੋਂ ਜ਼ਿਆਦਾ ਝੰਜੋੜਿਆ ਬਾਈ ਦੀ ਮੌਤ ਨੇ ਬਹੁਤ, ਕਿਉਂਕਿ ਜਿਹੜੇ ਬੰਦੇ ਦਾ ਤੁਹਾਨੂੰ ਇੰਨਾ ਹੌਸਲਾ ਹੋਵੇ ਕਿ ਕੋਈ ਨਹੀਂ ਮੈਂ ਹੈਗਾ, ਉਹੀ ਆਪਣੇ ਤੇ ਨਾ ਰਵੇ ਤੇ ਆਸਰੇ ਵਾਲਾ ਥਾਮੇ ਨਿਕਲ ਜੇ ਇੱਥੋਂ। ਸਾਨੂੰ ਵੀ ਇਸ ਚੀਜ਼ ਦਾ ਜ਼ਿਆਦਾ ਫੀਲ ਹੋਇਆ ਸੀਗਾ ਜਦੋਂ ਅਣਖੀਲਾ ਸਭ ਤੁਹਾਡੇ 5 ਐਕਸੀਡੈਂਟ ਹੋਏ, ਤੋੜਿਆ ਨੀ ਸੀ ਇਹਨਾਂ ਨੇ, ਟੁੱਟਿਆ ਸੀਗਾ ਕੋਈ ਨੀ ਹੋ ਗਿਆ, ਤੇਰਾ ਸਾਡਾ ਕੀ ਹੈ ਯਾਰ, ਜੇ ਉਤਰ ਚੰਗਾ ਲੱਗਦਾ ਦੁੱਖ ਚ ਇਕੱਠੇ ਰਹੇ, ਪਰ ਉਹ 2 ਮਹੀਨੇ ਸਾਨੂੰ ਐਂ ਲੱਗਦਾ ਸੀ ਹੁਣ ਜ਼ਿੰਦਗੀ ਖਤਮ ਹੈ ਯਾਰ, ਐਵੇਂ ਹੀ ਹੋ ਜਾਂਦਾ ਸਾਡਾ, ਬੱਚੇ ਅਸੀਂ ਕਦੇ ਇਕੱਠੇ ਨਹੀਂ। ਹਾਂਜੀ, ਗੁਨਾਹ ਕੀਤਾ ਹੋਵੇ ਬੰਦਾ ਅੰਦਰ ਚਲੇ ਜੇ, ਉਹਨੂੰ ਭੁਗਤ ਨੂੰ ਪਤਾ ਵੀ ਯਾਰ ਮੈਂ ਤਾਂ ਪਾਪ ਕੀਤਾ ਤੇ ਭੁਗਤੂੰਗਾ, ਜਿਹੜਾ ਕੀਤਾ ਹੀ ਨਹੀਂ ਉਹਦਾ ਦੁੱਖ ਬਹੁਤ ਆ। 2 ਮਹੀਨੇ ਸਾਲਾ ਬੱਚਿਆਂ ਤੋਂ ਦੂਰ ਬਾਈ, ਤੇ 2 ਘੰਟੇ ਨਹੀਂ ਕਦੇ ਰਹੇ ਅੱਜ ਤੱਕ ਜਦੋਂ ਦਾ ਸਾਡਾ ਵਿਆਹ ਹੋਇਆ, ਕਦੇ ਪੇਕਿਆਂ ਦੇ ਪਿੰਡ ਨਹੀਂ ਰਾਤ ਰਹੀ ਸਾਡੇ ਤੋਂ ਬਿਨਾਂ, ਨਾ ਹੀ ਕਦੇ ਅਸੀਂ ਇਕੱਠੇ ਵਾਪਸ। ਇੱਕ ਚੀਜ਼ ਨਾ ਬੜੀ ਇਨਸਾਨ ਨੂੰ ਹਰਟ ਕਰਦੇ, ਜਦੋਂ ਉਹਦੀ ਜ਼ਿੰਦਗੀ 'ਚ ਨਾ ਜਦੋਂ ਅਣਖੀਲਾ ਸਾਹਿਬ ਤੇ ਕੇਸ ਪੈ ਗਿਆ ਦਸੰਬਰ 'ਚ ਦੀ ਗੱਲ ਹੈ ਇਹ, ਔਰ ਉਦੋਂ ਜਦੋਂ ਅਸੀਂ ਰਿਕਾਰਡ ਦਿਖਾਇਆ ਪੁਲਿਸ ਨੂੰ ਕਿ ਸਾਡੇ ਕੋਲ ਆਹ ਹੈ ਵੀ ਅਸੀਂ ਇੱਥੇ ਨਹੀਂ ਸੀਗੇ, ਉਹ ਡਾਇਰੀਆਂ ਪੁਲਿਸ ਨੇ ਦੇਖੀਆਂ, ਸ਼ੋਅ ਸਾਡੇ ਅੱਜ ਵੀ ਡਾਇਰੀਆਂ ਮੇਰੇ ਕੋਲੇ ਪਈਆਂ ਨੇ, ਘੱਟੋ ਘੱਟ ਵੀ ਸਾਡੇ ਕੋਲੇ 45 ਸ਼ੋਅ ਬੁੱਕ ਸੀ ਉਦੋਂ। ਦੱਸੋ ਜਿਹੜੇ ਬੰਦੇ ਕੋਲੇ 45 ਸ਼ੋਅ ਬੁੱਕ ਨੇ 3 ਮਹੀਨਿਆਂ ਦੇ, ਤੇ ਉਹ ਕਿਵੇਂ ਚੋਰੀ ਕਰੂਗਾ, ਉਹਨੂੰ ਕੀ ਜ਼ਰੂਰਤ ਹੈ ਅੱਧਾ ਅੱਧੀ ਰਾਤ ਨੂੰ ਡਾਕੇ ਮਾਰ ਰੋਜ਼ ਹੀ ਕਮਾ ਕੇ ਲੋੜੇ। ਦੱਸੋ ਮੈਨੂੰ ਤੁਸੀਂ, ਅਸੀਂ ਉਦੋਂ ਵੀ ਬਾਬਾ ਜੀ ਦੀ ਕਿਰਪਾ ਨਾਲ 2-2 ਸ਼ੋਅ ਅਸੀਂ 3-3 ਸ਼ੋਅ ਵੀ ਕੀਤੇ ਨੇ ਉਸ ਟਾਈਮ। ਬਸ ਉਹ ਜਿਹੜਾ ਨਜਾਇਜ਼ ਸੀ ਨਾ, ਉਹਨੇ ਬਹੁਤ ਤੋੜਿਆ, ਕੀਤੀ ਹੋਵੇ ਫਿਰ ਤਾਂ ਬੰਦੇ ਨੂੰ ਭੁਗਤ ਦੇ ਫਿਰ ਰਿਕਾਰਡ ਹੈ। ਔਰ ਉਸ ਟਾਈਮ ਦੇ ਤੁਸੀਂ 2014 ਤੋਂ 13 ਤੋਂ ਲੈ ਕੇ 12 ਤੋਂ ਲੈ ਕੇ 2017 ਤੱਕ ਦੇ ਤੁਸੀਂ ਸਾਰੇ ਲਾਈਵ ਸ਼ੋਅ ਕੱਢ ਕੇ ਦੇਖ ਸਕਦੇ ਹੋ ਵੀ ਕਿੱਥੇ ਕਿੱਥੇ ਸ਼ੋਅ ਕੀਤੇ ਜੋ ਸੀਗੇ। ਇਹ ਤਾਂ ਬਸ ਚਲੋ, ਫਿਰ ਵੀ ਮੈਂ ਕਹਿੰਦਾ ਵੀ ਹੋ ਜਾਂਦੀਆਂ ਗਲਤੀਆਂ, ਉਹਨਾਂ ਹੋ ਸਕਦਾ ਪੁਲਿਸ ਤੋਂ ਹੋ ਗਈ, ਹੋ ਸਕਦਾ ਜਿਹੜਾ ਬੰਦਾ ਕਹਿ ਰਿਹਾ ਸੀ ਉਹਨੂੰ ਸਕੂਨ ਮਿਲਿਆ ਹੋਵੇ, ਪਰ ਹੈ ਨਹੀਂ ਸੀ ਕੋਈ ਵੀ ਗੱਲ, ਜੇ ਹੁੰਦੀ ਫਿਰ ਆ ਨਹੀਂ ਸੀ ਫਿਰਦੇ, ਉਹ ਤਾਂ ਅੱਜ ਵੀ ਅੰਦਰ ਨੇ ਜਿਹੜੇ ਸੱਚੇ ਸੀ ਜਿਹਨਾਂ ਨੇ ਕੀਤੇ ਸੀ ਕੰਮ, ਅੱਜ ਵੀ ਅੰਦਰ ਨੇ। ਪਰ ਅੱਜ ਦੀ ਜ਼ਿੰਦਗੀ ਦਾ ਆਨੰਦ ਲੈ ਰਹੇ ਹੋ? ਪੂਰਾ ਜੀ ਪੂਰਾ, ਖੁਸ਼ ਹਾਂ, ਬਹੁਤ ਖੁਸ਼ ਹਾਂ ਤੁਹਾਡੇ ਵਰਗੇ ਭਰਾ ਮੇਰੇ ਨਾਲ ਹੁੰਦੇ ਖੁਸ਼ ਨਾ ਹੋਏ, ਮਾਲਕ ਸੁੱਖ ਰੱਖੇ। ਮੈਨੂੰ ਤਾਂ ਇੱਦਾਂ ਲੱਗਦਾ ਭਾਈ ਮੇਰੇ ਨਾਲ ਨਾਲ ਪੂਰੇ ਪੰਜਾਬ ਦਾ ਇਹ ਸੰਦੇਸ਼ ਆ ਕਿ ਜਿਹੜੀਆਂ ਜੋੜੀਆਂ ਨੇ ਰੱਬ ਨੇ ਬਣਾ ਕੇ ਭੇਜੀਆਂ ਹੋਈਆਂ, ਉਹ ਜੋੜੀਆਂ ਕਿਹੜੀ ਟੁੱਟਣ ਨਾ, ਟੁੱਟਣ ਨਾ, ਗਾਇਕੀ ਦੇ ਖੇਤਰ ਟੁੱਟਣ ਨਾ,
ਉਂਝ ਜ਼ਿੰਦਗੀ ਪੁੱਟਣ। ਸਪੈਸ਼ਲ ਧੰਨਵਾਦ ਅਸੀਂ ਆਪਣੇ ਸਰੋਤਿਆਂ ਦਾ ਕਰਾਂਗੇ ਜਿਨ੍ਹਾਂ ਨੇ ਸਾਨੂੰ ਹਰ ਹੌਸਲਾ ਦਿੱਤਾ, ਹਰ ਹਾਲ 'ਚ ਕਬੂਲਿਆ ਕਬੂਲਿਆ ਹੌਸਲਾ ਵੀ ਹਰ ਹਾਲ 'ਚ। ਜਦੋਂ ਐਕਸੀਡੈਂਟ ਹੋਏ ਅਣਖੀਲਾ ਸਾਹਿਬ ਦੀ ਮਤਲਬ ਕਿ ਲੱਤ ਫ੍ਰੈਕਚਰ ਹੋ ਗਈ, ਵਾਕਰ ਨਾਲ ਹੀ ਲੈ ਜਾਂਦੇ ਰਹੇ, ਉਹ ਵੀ ਸਾਡੇ ਸਰੋਤਿਆਂ ਨੇ ਸਾਡਾ ਸਾਥ ਨਹੀਂ ਛੱਡਿਆ। ਉਦੋਂ ਵਾਕਰ ਨਾਲ ਹਾਕੀ ਨਾਲ ਇਹ ਸ਼ੋਅ ਕੀਤੇ, ਇਦਾਂ ਸਾਰੇ ਅਸੀਂ ਕੇਰਾਂ ਤਾਂ ਤੁਰਿਆ ਵੀ ਨਹੀਂ ਜਾਂਦਾ ਨਾ, ਵਾਕਰ ਨਾਲ ਹਾਕੀ ਨਾਲ ਗੱਡੀ ਦੇ ਵਿੱਚ ਬੈੱਡ ਵਾਲੀ ਗੱਡੀ ਸੀ, ਗੱਡੀ 'ਚ ਪੈ ਕੇ ਗੱਡੀ 'ਚ ਲੰਮੇ ਪਾ ਕੇ ਉਵੇਂ ਹੀ ਲੈ ਗਿਆ ਹਸਪਤਾਲ 'ਚ, ਉਹ ਧੱਕੇ ਨਾਲ ਹੀ ਕਹਿੰਦੇ ਵੀ ਤੁਸੀਂ ਗੱਡੀ 'ਚ ਹੀ ਬੈਠੇ ਰਹੋ। ਇਹ ਗਾ ਲੈਣਗੇ ਮਨਜਿੰਦਰ ਗੱਲ ਵੀ, ਤੁਸੀਂ ਗੱਡੀ ਦੇ ਵਿੱਚ ਲੋਕਾਂ ਨੂੰ ਦਿਖਾਈ ਦਿਓ ਵੀ ਉਹ ਬੈਠਾ ਅਣਖੀਲਾ ਅਤੇ ਪੇਮੈਂਟ ਲੈ ਲਿਓ। ਉਹ ਮੈਂ ਕਿਹਾ ਭਰਾ ਹਿੱਲ ਜੂਗਾ ਕੰਮ, ਦੇਖੋ ਖਿੱਚਿਆ ਪਈਆਂ ਨੇ ਲੱਤ ਨੂੰ। ਕਹਿੰਦੇ ਜੀ ਅਸੀਂ ਡਾਕਟਰਾਂ ਨੂੰ ਪੁੱਛ ਲਿਆ, ਅਸੀਂ ਜਿਵੇਂ ਲਿਜਾਵਾਂਗੇ ਉਵੇਂ ਛੱਡ, ਉਵੇਂ ਹੀ ਲੈ ਗਏ, ਉਵੇਂ ਛੱਡ ਗਿਆ, ਉਦੋਂ ਵੀ ਕਬੂਲਿਆ, ਉਦੋਂ ਵੀ ਕਬੂਲਿਆ, ਕੇਸ ਪੈ ਗਿਆ ਸੀ। ਉਦੋਂ ਬਾਹਰ ਆਉਣ ਸਾਰੀ ਸਾਨੂੰ ਸਾਡੇ ਸਰੋਤਿਆਂ ਨੇ ਇੰਨੀ ਇੱਜ਼ਤ ਇੰਨੀ ਰਿਸਪੈਕਟ ਦਿੱਤੀ ਕਿ ਉਸੇ ਦਿਨ ਤੋਂ ਹੀ ਸ਼ੋਅ ਸ਼ੁਰੂ ਹੋਣੇ ਮਤਲਬ ਕਿ ਬੁੱਕ ਹੋਣੇ ਸ਼ੁਰੂ ਹੋ ਗਏ ਵੀ ਅਣਖੀਲਾ ਸਾਹਿਬ ਆ ਗਏ, ਅਣਖੀਲਾ ਸਾਹਿਬ ਆ ਗਏ। ਔਰ ਬਹੁਤ ਸ਼ੋਅ ਕੀਤੇ ਅਸੀਂ, ਮੈਰਿਜਾਂ ਦੇ ਵੀ ਕੀਤੇ, ਮੇਲਿਆਂ ਦੇ ਵੀ ਕੀਤੇ। ਸੋ ਇੱਦੋਂ ਵੱਧ ਕੇ ਹੋਰ ਕੀ ਚਾਹੀਦਾ। ਪਰ ਇਸ ਮੁਲਾਕਾਤ ਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਵੇਟ ਸੀ ਅਤੇ ਮੈਨੂੰ ਇੱਦਾਂ ਲੱਗਦਾ ਕਿ ਹੁਣ ਤੱਕ ਦੀ ਮੇਰੀ ਸਭ ਤੋਂ ਸੋਹਣੀ ਮੁਲਾਕਾਤ ਹੈ ਸੱਚੀ ਸੱਚੀ ਸਭ ਤੋਂ ਸੋਹਣੀ ਮੁਲਾਕਾਤ ਮੇਰੀ, ਕਿਉਂਕਿ ਮੁਲਾਕਾਤ ਇਸ ਕਰਕੇ ਵੀ ਰਹੀ ਹੈ ਕਿ ਚਲੋ ਗੱਲਾਂ ਬਾਤਾਂ ਤਾਂ ਹੋਈਆਂ ਹੋਈਆਂ ਨੇ, ਮੁਲਾਕਾਤ ਇਹ ਵੀ ਰਹੀ ਹੈ ਕਿ ਤੁਹਾਨੂੰ ਬੈਠ ਕੇ ਨਾ ਤੁਸੀਂ ਆਪਣੀ ਗੱਲਾਂ ਕਰਦੇ ਰਹੇ ਹੋ ਪਰ ਮੈਂ ਤੁਹਾਨੂੰ ਓਬਜ਼ਰਵ ਕਰਦਾ ਰਿਹਾ। ਤੇ ਮੈਨੂੰ ਜਿਹੜੀ ਤੁਹਾਡੀ ਓਬਜ਼ਰਵੇਸ਼ਨ ਮੈਨੂੰ ਲੱਗੀ ਹੈ, ਮੈਨੂੰ ਬੜੀ ਹੀ ਸੋਹਣੀ ਬੜੀ ਪਿਆਰੀ ਲੱਗੀ ਹੈ। ਏਦਾਂ ਲੱਗਿਆ ਕਿ ਸ਼ਾਇਦ ਮੈਂ ਲੇਟ ਹੋ ਗਿਆ ਕਿਤੇ ਨਾ ਕਿਤੇ ਗੱਲਬਾਤ ਕਰਨ, ਕੋਈ ਗੱਲ ਨਹੀਂ। ਪਰ ਇਹ ਆਪਾਂ ਐਂਟਰੀ ਕਲੋਜ਼ਿੰਗ ਤੁਹਾਡੀ ਐਵੇਂ ਤਾਂ ਨਹੀਂ ਕਰਾਂਗੇ, ਗਾਣੇ ਦੇ ਨਾਲ ਹੀ ਕਰਾਂਗੇ। ਕੋਈ ਗੱਲ ਨਹੀਂ, ਕੋਈ ਗਾਣਾ ਤੁਹਾਡਾ ਪੁਰਾਣੇ ਸਮੇਂ ਦਾ ਹੋਵੇ ਜਾਂ ਤੁਸੀਂ ਅੱਜ ਦੇ ਸਮੇਂ ਦਾ ਹੋਵੇ, ਕੋਈ ਵੀ ਗਾਣਾ ਜਿਹੜਾ ਤੁਹਾਡੀ ਜ਼ਿੰਦਗੀ ਸਭ ਤੋਂ ਹਿੱਟ ਹੋਵੇ, ਪਲੀਜ਼। ਜਿਹੜੇ ਗਾਣੇ ਨੇ ਸਾਨੂੰ ਬੁਲੰਦੀਆਂ ਤੇ ਪਹੁੰਚਾਇਆ, 302 ਲੱਗੂਗੀ ਹਨਾ, ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਉਹ ਪੂਰੀ ਟੀਮ ਦਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ, ਮਿਊਜ਼ਿਕ ਡਾਇਰੈਕਟਰ ਦਾ, ਰਾਈਟਰ ਦਾ, ਸਾਡਾ ਜਾਂ ਜਿਹੜੇ ਸਾਡੇ ਨਾਲ ਸੀ ਸਾਰਿਆਂ ਦਾ ਹੀ ਹਨਾ, ਕਿ ਇਹ ਗਾਣਾ ਸਾਡੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖਦਾ। ਬਹੁਤ ਜੀ ਬਹੁਤ ਨੇ, ਜ਼ਿੰਦਗੀ ਬਦਲ, ਬੱਚੇ ਬੱਚੇ ਦੀ ਜ਼ਬਾਨ 'ਤੇ ਆ, 302 ਲੱਗੂਗੀ। ਅਸੀਂ ਕਿਤੇ ਵੀ ਜਾਂਦੇ ਹਾਂ, ਬਜ਼ੁਰਗ ਬੱਚੇ ਔਰ ਲੇਡੀਜ਼ ਫਰਮੈਸ਼ ਕਰਦੀਆਂ ਇਸ ਗਾਣੇ ਨੂੰ। ਬਾਲਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ, ਹੋ ਗਈ ਕਿਉਂ ਤੇਲੀ ਉਹ ਤੇਲੀ ਨੇ ਨਖਰੋ ਕੀ ਹੋ ਗਿਆ ਤੈਨੂੰ, ਸਾਡੀ ਸੀ ਲਵ ਸਟੋਰੀ ਗੱਲ ਹੀ ਕੁਝ ਹੋਰ ਬਣਾਤੀ, ਮੰਤਰੀ ਮਾਮਾ ਮੇਰਾ ਆਇਓ ਨੇ ਸਾਰੀ ਗੇਮ ਕਮਾਤੀ, ਉਹ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਡਿੱਠੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ, ਮਿੱਤਰਾ ਤੈਨੂੰ ਕੈਦ ਬੋਲ ਗਈ। ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਸ ਮੁਲਾਕਾਤ ਲਈ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਮਿਹਰ ਕਰੇ ਤੁਹਾਡੇ, ਤੁਹਾਡੀ ਜੋੜੀ, ਤੁਹਾਡੀ ਗਾਇਕੀ, ਤੁਹਾਡੀ ਕਲਾਕਾਰੀ, ਤੁਹਾਡੀ ਆਪਣੀ ਜ਼ਿੰਦਗੀ, ਮਾਲਕ ਸੁਖੀ ਰੱਖੇ, ਖੁਸ਼ ਰੱਖੇ, ਖੂਬ ਤਰੱਕੀਆਂ ਕਰਦੇ ਰਹੋ, ਸਾਨੂੰ ਹੋਰ ਮਾਣ ਮਹਿਸੂਸ ਕਰਾਉਂਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ।